जी पंजाबी का अकैडमी ते राम स्वरूप अणखी सभा दे रलत नाल अज दे कहानी दरबार च सब दोस्तां जी मित्रां मलिक साहब, मिठिया मैं नूं हुण वैसे सुन रहा, अगर कोई दोस्त कहानी पढ़ रहा तो पढ़ सकता है। जी सर शुरू करदा जी असीं। अच्छा जी अज दा ये कहानी दरबार जिहड़ा है ये असीं दोवां पंजाबां दे बल्कि सारे पंजाबां दे नामवर कहानीकार जाहिद हसन अरां दी प्रधानगी च हो रहा है ते जिहड़े जिहड़े कहानीकार दो पंजाबां चो शरीक हो रहे ने उहनां दे साडे साथी चढ़दे पंजाब चो बपिंदर सिंह बेदी साहब और दर्शन जोगा जी और लहिंदे पंजाब तो जाहिद हसन ते डॉक्टर करामत मुगल जिहड़े ने ओह इच हिस्सा पा रहे ने अज दी कहानी दरबार च। ते सब तो पहलां ते असीं राम स्वरूप अणखी अरां नूं उहनां दे धन्नवादी हाँ कि उहनां दे नां ते असीं इकट्ठे होए पर उहनां जिहड़ा कम्म कीता नावल दे खेतर च कहानी च और शायरी च वो हमेशा रहेगा। मां बोली दे झोली च उन्होंने जो सुलेख से अदब पा गए वो सानू रस्ता दसदा रहेगा। तो असी अज का ये जरा बकायदा तरतीब ये कि एक कहानी सारे दोस्त पढ़नगे तो असी इस कहानी दरबार च उन्होंने असी सलाम और खराजे तहसील पेश करा राम स्वरूप असी अणखीअरां नूं। ते अज के जेडे प्रधान ने ਉਹ ਜ਼ਾਹਿਦ ਹਸਨ ਲੈਂਦੇ ਪੰਜਾਬ ਲਾਹੌਰ ਤੋਂ ਤੱਲ ਕੇ ਉਹਨਾਂ ਦਾ ਚਾਰ ਨਾਵਲ ਉਹਨਾਂ ਦੇ ਆ ਚੁੱਕੇ ਨੇ ਔਰ ਉਹ ਚਾਰੇ ਨਾਵਲ ਜਿਹੜੇ ਨੇ ਬੜੇ ਨਾਮਵਰ ਹੋਏ ਔਰ ਇਸ਼ਕ ਲਤਾੜੇ ਆਦਮੀ ਗਲੀਚਾ ਉਹਨਾਂ ਨਾਲ ਹੀ ਤੇ ਕਿੱਸਾ ਆਸ਼ਿਕਾਂ ਜਿਹੜਾ ਚੌਥਾ ਨਾਵਲ ਸੀ ਤੱਸੀ ਧਰਤੀ ਉਹਦੇ ਤੇ ਇਹਨਾਂ ਨੂੰ ਡਾਹਾ ਅਵਾਰਡ ਮਿਲਿਆ ਜਿਹੜਾ ਇੱਕ ਇੰਟਰਨੈਸ਼ਨਲ ਅਵਾਰਡ ਹੈ ਔਰ ਉਹ ਹਰ ਪੰਜਾਬੀ ਲਈ ਮਾਣਯੋਗ ਗੱਲ ਹੈ ਕਿ ਕਿਸੇ ਪੰਜਾਬੀ ਨੂੰ ਅਵਾਰਡ ਮਿਲਿਆ। ਫਿਰ ਇਹਨਾਂ ਦੀ ਕਹਾਣੀਆਂ ਦੀਆਂ ਦੋ ਕਿਤਾਬਾਂ ਨੇ ਤੇ ਹਿਜਰ ਤੇਰਾ 50 ਵਰਿਆਂ ਦੀ ਉਦਾਸੀ ਤੇ ਹਿਜਰ ਤੇਰਾ ਜੇ ਪਾਣੀ ਮੰਗੇ। ਫਿਰ ਇਹਨਾਂ ਦੇ ਬਹੁਤ ਸਾਰੇ ਅਨੁਵਾਦ ਕੀਤੇ ਇਹਨਾਂ ਨੇ ਬੜਾ ਸੂਫੀਜ਼ਮ ਤੇ ਕੰਮ ਹੈ ਔਰ ਅੱਜ ਕੱਲ੍ਹ ਲਮਜ਼ ਯੂਨੀਵਰਸਿਟੀ ਜਿਹੜੀ ਹੈ ਉਹਦੇ 'ਚ ਪੜ੍ਹਾ ਰਹੇ ਨੇ ਪੰਜਾਬੀ ਉਹਨਾਂ ਬਾਲਾਂ ਨੂੰ ਜਿਨ੍ਹਾਂ ਸਿਰਫ ਅੰਗਰੇਜ਼ੀ ਸਿੱਖੀ ਸੀ ਔਰ ਅੰਗਰੇਜ਼ੀ ਬੋਲਦੇ ਸਨ ਅੰਗਰੇਜ਼ੀ ਸੁਣਦੇ ਸਨ। ਠੀਕ ਤੇ ਅਸੀਂ ਇਹਨਾਂ ਬਹੁਤ ਨੂੰ ਜੀ ਵਧੀਆ ਅੱਜ ਦੇ ਪ੍ਰਧਾਨ ਨੇ ਨਾਲ ਹੀ ਸਾਡੇ ਜਿਹੜੇ ਦੂਜੇ ਮਹਿਮਾਨ ਨੇ ਸਾਡੇ ਲੈਂਦੇ ਪੰਜਾਬ ਤੋਂ ਡਾਕਟਰ ਕਰਾਮਤ ਮੁਗਲ ਇਹ ਵੀ ਪੰਜਾਬੀ ਜ਼ੁਬਾਨ ਦੇ ਉਸਤਾਦ ਨੇ। ਰਵੇਲ ਇੱਕ ਅਖਬਾਰ ਜਿਹੜਾ ਹੈ ਉਹਦੀ ਆਨਲਾਈਨ ਜ਼ਿੰਮੇਵਾਰੀਆਂ ਇਹ ਆਨਲਾਈਨ ਵੀ ਔਰ ਦੂਜਾ ਵੀ ਅਖਬਾਰ ਕੱਢਦੇ ਨੇ ਤੇ ਇਹਨਾਂ ਦੇ ਚਾਰ ਜਿਹੜੇ ਕਹਾਣੀਆਂ ਦੇ ਪਰਾਗੇ ਆ ਚੁੱਕੇ ਨੇ ਇਹ ਵੀ ਅੱਜ ਆਪਣੀ ਕਹਾਣੀ ਸਾਂਝੀ ਕਰਨਗੇ ਤੇ ਨਾਲ ਨਾਲ ਸਾਡੇ ਦੋਸਤ ਜਿਹੜੇ ਚੜ੍ਹਦੇ ਪੰਜਾਬ ਤੋਂ ਸ਼ਾਮਲ ਨੇ ਭੁਪਿੰਦਰ ਸਿੰਘ ਬੇਦੀ ਹਰੀ ਉਹਨਾਂ ਦੀ ਇੱਕ ਕਿਤਾਬ ਚਿੜੀਆਂ ਦਾ ਚੰਬਾ ਇਹ ਆ ਚੁੱਕੀ ਇਹ ਬਹੁਤ ਸੋਹਣੀ ਕਹਾਣੀ ਲਿਖਦੇ ਨੇ ਔਰ ਇਹਨਾਂ ਨੂੰ ਮੌਕਾ ਮਿਲਿਆ ਖੁਸ਼ ਕਿਸਮਤੀ ਨਾਲ ਰਾਮ ਸਰੂਪ ਅਣਖੀਆਂ ਦੇ ਨਾਲ ਉਹ ਵਕਤ ਵੀ ਬਿਤਾਉਣ ਦਾ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਲੇਕਿਨ ਪਹਿਲਾਂ ਅਸੀਂ ਇੱਕ ਇੱਕ ਕਹਾਣੀ ਜਿਹੜੀ ਏ ਉਹ ਦੋਸਤਾਂ ਬੇਲੀਆਂ ਕੋਲ ਸੁਣ ਲਈਏ। ਦਰਸ਼ਨ ਸਿੰਘ ਜੋਗਾ ਦੀ ਜਿਹੜੇ ਸਾਡੇ ਦੋਸਤ ਨੇ ਚੜ੍ਹਦੇ ਪੰਜਾਬ ਤੋਂ ਉਹਨਾਂ ਦੀ ਪਹਿਲੀ ਕਹਾਣੀ ਦੀ ਕਿਤਾਬ ਨਮਸਕਾਰ ਸੀ ਉਹਦੇ 2 ਐਡੀਸ਼ਨ ਛਪ ਚੁੱਕੇ ਇੱਕ ਹੋਰ ਵੀ ਕਿਤਾਬ ਉਹਨਾਂ ਦੀ ਆ ਚੁੱਕੀ ਤੇ ਉਹ ਤਾਰਫ ਸੀ ਜਿਹੜਾ ਸੀ ਇਸ ਥੋੜੇ ਮਹਿਦੂਦ ਸਮੇਂ 'ਚ ਬਾਕੀ ਦਿਨਾਂ ਦਾ ਬਹੁਤ ਤਾਰਫ ਜਿਹੜਾ ਮਾਂ ਬੋਲੀ 'ਚ ਲਿਖ ਰਿਹਾ ਦਰਸ਼ਨ ਜੋਗਾ ਦੀ ਕਿਤਾਬ ਦੇ ਦਰਸ਼ਨ ਵੀ ਕਰਾ ਰਹੇ ਨੇ ਔਰ ਧੰਨਵਾਦ ਸਾਡੇ ਕਿ ਅਸੀਂ ਦੋ ਪੰਜਾਬਾਂ ਦੇ ਬੰਦੇ ਬੈਠੇ ਆ ਅੱਜ ਅਣਖੀ ਸਾਹਿਬ ਦੇ ਨਾਂ ਤੇ ਉਹਨਾਂ ਦੇ ਜਨਮ ਦਿਨ ਦੀ ਤਕਰੀਬਾਤ 'ਚ ਤੇ ਮੈਂ ਦਰਖਾਸਤ ਕਰਾਂਗਾ ਪ੍ਰਧਾਨ ਅੱਜ ਦੇ ਜ਼ਾਹਿਦ ਹਸਨ ਹਰਾਂ ਨੂੰ ਕਿ ਉਹ ਉਹਨਾਂ ਦੀ ਇਜਾਜ਼ਤ ਨਾਲ ਸਭ ਤੋਂ ਪਹਿਲਾਂ ਕਿਸੇ ਬੇਲੀ ਨੂੰ ਇਜਾਜ਼ਤ ਦੇਈਏ ਤਾਂ ਕਹਾਣੀ ਆਪਣੀ ਪੜ੍ਹ ਸਕਣ। ਜੀ ਜੀ ਡਾਕਟਰ ਕਰਾਮਤ ਸਾਹਿਬ ਤੁਸੀਂ ਪੜ੍ਹੋਗੇ ਪਹਿਲਾਂ ਜੀ? जी जी मैं हाजिर। मेरी कहानी का सरनामा है स्वाद। वाह जल टीवी दी इस खबर तो शुरू हुई कि गैरत दे नां ते कतल करन वालियां नूं फांसी या फिर उम्र कैद की सजा दिते जावन का कानून बन रहा है, शायद बन गया। वो दोवें घर विच इकले सन, 40 कु वरिया दी मेरी पतले आवाज शरीर आ रही है ना जी? आ रही आ रही जी, आ रही आ रही जी। 40 कु वरिया दी पतले शरीर वाली सवाणी ਉਹ ਤੂਤ ਦੀ ਛਮਕ ਵਾਂਗੂ ਲਿਫ ਲਿਫ ਜਾਂਦੀ। ਉਹ ਹੱਸ ਕੇ ਆਖਣ ਲੱਗੀ, ਇਹ ਕਾਨੂੰਨ ਲੱਗਦਾ ਮੇਰੇ ਲਈ ਬਣਿਆ, ਮੈਨੂੰ ਵੀ ਮੇਰਾ ਭਰਾ ਮਾਰਨ ਨੂੰ ਫਿਰਦਾ ਹੈ, ਹੁਣ ਉਹ 100 ਵਾਰੀ ਸੋਚੇਗਾ। ਹਾਂ, ਸਵਾਣੀਆਂ ਨਾਲ ਸਦੀਆਂ ਤੋਂ ਹੀ ਜ਼ਿਆਤੀਆਂ ਤੇ ਜ਼ੁਲਮ ਹੁੰਦੀਆਂ ਆ ਰਹੀਆਂ ਨੇ, ਲੱਗਦਾ ਹੈ ਹੁਣ ਔਰਤਾਂ ਦੀ ਵੀ ਸੁਣੀ ਗਈ ਹੈ। ਮਰਦ ਨੇ ਪੜ੍ਹੇ ਲਿਖੇ ਤੇ ਖੁੱਲੇ ਜ਼ੇਨ ਦਾ ਹੋਣ ਦਾ ਸਬੂਤ ਦਿੱਤਾ। ਫਿਰ ਇੱਕੋ ਵਾਰੀ ਔਰਤ ਨੂੰ ਜਿਵੇਂ ਕੁਝ ਚੇਤੇ ਆਇਆ, ਅੱਜ ਮੈਨੂੰ ਬੱਤੀ ਪਈ ਏ ਤੇ ਠੀਕ ਠਾਕ ਪਈ ਏ। ਉਹ ਕਿਵੇਂ? ਹੀਟਰ ਲਾਇਆ ਹੋਇਆ ਸੀ, ਇੱਕ ਥਾਂ ਤੋਂ ਤਾਰ ਨੂੰ ਜੋੜ ਸੀ, ਬੇਧਿਆਨੀ ਵਿੱਚ ਮੇਰੇ ਹੱਥ ਵਿੱਚ ਫੜੀ
ਸਿਲਵਰ ਦੀ ਥਾਲੀ ਉਸ ਜੋੜ ਨਾਲ ਟੱਚ ਹੋ ਗਈ ਤੇ ਚੰਗਾ ਭਲਾ ਝਟਕਾ ਪਿਆ। ਤੈਨੂੰ ਇਹਤਿਆਤ ਕਰਨੀ ਚਾਹੀਦੀ, ਬਿਜਲੀ ਨਹੀਂ ਵੇਖਦੀ ਕੋਈ ਕਿੰਨਾ ਸੋਹਣਾ ਹੈ ਤੇ ਹਾਲੇ ਇਹਨੂੰ ਮਰਨਾ ਨਹੀਂ ਚਾਹੀਦਾ। ਔਰਤ ਹੱਸ ਕੇ ਤੇ ਥੋੜਾ ਜਿਹਾ ਵੱਲ ਖਾ ਕੇ ਮਰਦ ਦੀ ਤਾਰੀਫ ਨੂੰ ਕਬੂਲਿਆ ਤੇ ਆਖਣ ਲੱਗੀ, ਮੈਂ ਘਰ ਵਿੱਚ ਉੱਕਾ ਇਕੱਲੀ ਸਾਂ, ਕੋਈ ਨਹੀਂ ਸੀ ਜਿਹੜਾ ਮੈਨੂੰ ਛਡਾਉਂਦਾ, ਉਹ ਤਾਂ ਬਿਜਲੀ ਨੇ ਝਟਕਾ ਮਾਰ ਕੇ ਪਰਾਂ ਸੁੱਟਤਾ, ਨਹੀਂ ਤਾਂ ਹੁਣ ਨੂੰ ਮਰੀ ਪਈ ਹੋਈ ਆ। ਲੋਕੀ ਮੇਰੀ ਜਵਾਨ ਮੌਤ ਵੇਖ ਕੇ ਅਫਸੋਸ ਕਰਦੇ ਹੋਵਨ। ਔਰਤਾਂ ਆਪਣੇ ਨੱਕ ਉੱਤੇ ਉਂਗਲਾਂ ਰੱਖ ਕੇ ਆਖਣਾ ਸੀ, ਹਾਏ ਹਾਏ ਕਿੰਨੀ ਸੋਹਣੀ ਜਵਾਨ ਜਹਾਨ ਕੁੜੀ ਬਿਜਲੀ ਨਾਲ ਲੱਗ ਕੇ ਮਰ ਗਈ, ਹਾਲੇ ਉਹਨੇ ਵੇਖਿਆ ਹੀ ਕੀ ਸੀ, ਆਖਦੀਆਂ ਪਈਆਂ ਹੋਵਣ ਆ ਤੇ ਮੈਂ ਆਖਣਾ ਸੀ ਕਿੰਨੀ ਛੇਤੀ ਮਰ ਗਈ, ਹਾਲੇ ਤਾਂ ਅਸਾਂ ਦੋਵਾਂ ਬੜੀ ਦੂਰ ਤੱਕ ਜਾਣਾ ਸੀ। ਮਰਦ ਨੇ ਸ਼ਰਾਰਤ ਕੀਤੀ, ਲੈ ਤੈਨੂੰ ਉਸ ਵੇਲੇ ਵੀ ਇਹੋ ਜਿਹੀਆਂ ਗੱਲਾਂ ਹੀ ਚੇਤੀਆਂ ਆਣੀਆਂ ਸਨ, ਤੂਤ ਦੀ ਛਮਕ ਲਹਿਰਾ ਕੇ ਆਖਿਆ। ਹਰ ਕੋਈ ਆਪਣੇ ਦੁੱਖ ਨੂੰ ਹੀ ਰੋਂਦਾ ਹੈ, ਮਰਿਆਂ ਬਾਰੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਉਹ ਕਿਉਂ, ਅੱਲਾ ਮਾਫ ਵੀ ਤਾਂ ਕਰ ਦਿੰਦਾ ਹੈ। ਤੇਰੇ ਬੱਤੀ ਲੱਗਣ ਵਾਲੀ ਗੱਲ ਤੋਂ ਮੈਨੂੰ ਸ਼ੇਖੂਪੁਰੇ ਦੀ ਇੱਕ ਕੁੜੀ ਚੇਤੇ ਆ ਗਈ, ਬੜੀ ਸੋਹਣੀ ਕੁੜੀ ਸੀ, ਹਾਲੇ ਕੁਆਰੀ ਸੀ ਉਹ, ਕਿਸੇ ਭਾਰਤੀ ਅਦਾਕਾਰ ਨਾਲ ਉਹਦੀ ਸ਼ਕਲ ਮਿਲਦੀ ਸੀ, ਉਹਦਾ ਆਸ਼ਕ ਉਹਨੂੰ ਉਸੇ ਨਾਂ ਨਾਲ ਬੁਲਾਉਂਦਾ। ਉਹ ਵੀ ਤੇਰੇ ਵਾਂਗੂ ਇੱਕ ਦਿਨ ਇਕੱਲੀ ਕੱਪੜੇ ਇਸਤਰੀ ਪਈ ਕਰਦੀ, ਉਹਨੂੰ ਬਿਜਲੀ ਲੱਗੀ ਤੇ ਉਹ ਉੱਥੇ ਹੀ ਮਰ ਗਈ, ਵਿਚਾਰੀ। ਖੈਰ ਇੰਨੀ ਵਿਚਾਰੀ ਵੀ ਨਹੀਂ ਸੀ, ਉਹ ਅੱਗ ਲੱਗੀ ਹੋਈ ਸੀ, ਲੁਗਣ ਤੋਂ ਪਹਿਲਾਂ ਹੀ ਉਹਨੂੰ ਉੱਡਣ ਲੱਗ ਪਈ, ਕੁਛ ਨੇ ਉਹਦੇ ਭਰਾ ਨੇ ਆਪ ਮਾਰੀ ਤੇ ਉਹਦਾ ਆਸ਼ਕ ਔਰਤ ਨੇ ਗੁੱਸੇ ਨਾਲ ਪੁੱਛਿਆ, ਉਹ ਫਿਰਦਾ ਹੈ ਬਗਾਨਾ ਪੁੱਤਰ ਮਾਰਨਾ ਐਡਾ ਸੌਖਾ ਨਹੀਂ, ਸਰਦਾਰਾਂ ਆਪਣੀ ਕੁੜੀ ਬੱਤੀ ਲਾ ਕੇ ਮਾਰੀ ਤਾਂ ਨਾਲ ਹੀ ਉਹਦਾ ਆਸ਼ਕ ਵੀ ਮਰਵਾ ਦਿੱਤਾ, ਔਰਤ ਇਨਕਸ਼ਾਫ਼ ਕੀਤਾ। ਅੱਛਾ, ਮਰਦ ਰੱਤਾ ਕੋ ਹੈਰਾਨ ਹੋਇਆ, ਮੈਨੂੰ ਨਹੀਂ ਸੀ ਪਤਾ ਸਰਦਾਰ ਆਪਣੀਆਂ ਬਹੁਤ ਸਾਰੀਆਂ ਗੱਲਾਂ ਦਾ ਕਦੋਂ ਪਤਾ ਲੱਗਣ ਦਿੰਦੇ, ਇਹ ਤਾਂ ਤੂੰ ਠੀਕ ਆਖਿਆ ਹੈ। ਤੇ ਉਹ ਜਿਹੜੇ ਨਿੱਕੀ ਚੌਧਰੀਆਂ ਦੀ ਆਪਣੀ ਕੁੜੀ ਮਾਰੀ, ਉਹਦਾ ਤੇ ਤੈਨੂੰ ਪਤਾ ਹੋਣਾ, ਔਰਤ ਨੇ ਪੁੱਛਿਆ, ਜਿਹੜੀ ਆਪਣੇ ਭਨਵਈਏ ਨਾਲ ਨਿਕਲ ਗਈ ਸੂ। ਹਾਂ ਸੁਣਿਆ ਤਾਂ ਸੀ ਪਰ ਪੂਰੀ ਗੱਲ ਦਾ ਪਤਾ ਨਹੀਂ, ਤੁਹਾਨੂੰ ਔਰਤਾਂ ਨੂੰ ਪੂਰੀ ਗੱਲ ਦਾ ਪਤਾ ਹੁੰਦਾ। ਹਾਂ, ਜਦ ਉਹਨੂੰ ਮੋੜ ਕੇ ਲਿਆਏ ਤਾਂ ਬਾਅਦ ਵਿੱਚ ਅਦਾਲਤ ਵਿੱਚ ਬਾਬੂ ਨੇ ਫਿਰ ਮੁੰਡੇ ਦੇ ਹੱਕ ਵਿੱਚ ਬਿਆਨ ਦੇ ਦਿੱਤੇ, ਮਾਪਿਆਂ MPA ਨੂੰ ਵਿੱਚ ਪਾ ਕੇ ਕਿਵੇਂ ਨਾ ਕਿਵੇਂ ਕਰਕੇ ਫਿਰ ਵੀ ਕੁੜੀ ਬਣਾ ਲਈ, ਪਰ ਹੁਣ ਉਹਨਾਂ ਦੇ ਦਿਲ ਤੋਂ ਲੈ ਗਈ, ਸਾਰਿਆਂ ਘਰ ਵਾਲਿਆਂ ਏਕਾ ਕਰਕੇ ਉਹਨੂੰ ਜ਼ਹਿਰ ਦੇ ਦਿੱਤਾ। MPA ਨੇ ਜ਼ੁਮਾ ਨਹੀਂ ਸੀ ਚੁੱਕਿਆ, ਮਰਦ ਪੁੱਛਿਆ, ਕਾਹਦਾ, ਬੱਤੀ ਕੁੜੀ ਨੂੰ ਜਾਨੋ ਨਹੀਂ ਮਾਰਿਆ ਜਾਵੇਗਾ, ਬਈ ਕੁੜੀ ਨੂੰ ਜਾਨੋ ਨਹੀਂ ਮਾਰਿਆ ਜਾਵੇਗਾ, ਇਹੋ ਜਿਹੇ ਜ਼ੁਮਿਆਂ ਦੀ ਕੌਣ ਪਰਵਾਹ ਕਰਦਾ ਹੈ, ਨਾਲੇ ਜ਼ੁਮੇਦਾਰ ਕਿਹੜਾ ਬਾਅਦ ਵਿੱਚ ਗੁਨਹਗਾਰਾਂ ਨੂੰ ਫਾਹੇ ਲਾ ਦਿੰਦਾ ਹੈ, ਜ਼ੁਮੇਦਾਰ ਕੌਣ ਹੁੰਦਾ ਹੈ ਪੁੱਛਣ ਵਾਲਾ, ਜਿਨ੍ਹਾਂ ਦੀ ਕੁੜੀ ਸੀ ਉਹਨਾਂ ਮਾਰ ਦਿੱਤੀ ਜ਼ਹਿਰ ਦੇ ਕੇ। ਹੀਰ ਦੇ ਮਾਪਿਆਂ ਦਾ ਤਾਂ ਪਤਾ ਨਹੀਂ, ਬੱਬੂ ਦੇ ਮਾਪੇ ਤਕੱਬਰ ਬੜਾ ਕਰਦੇ ਸਨ, ਬੜੇ ਹੰਕਾਰੇ ਹੋਏ ਸਨ, ਉਹ ਖਾਸ ਕਰ ਬੱਬੂ ਦੀਆਂ ਵੱਡੀਆਂ ਭੈਣਾਂ ਪਿੰਡ ਵਿੱਚ ਜਦ ਵੀ ਕੋਈ ਕੁੜੀ ਮੁੰਡਾ ਫਿਰ ਫੜੇ ਜਾਂਦੇ ਜਾਂ ਕੋਈ ਰੰਨ ਉਧਲ ਜਾਂਦੀ, ਉਹ ਬੜਾ ਨੱਕ ਮਰੋੜ ਮਰੋੜ ਕੇ ਗੱਲਾਂ ਕਰਦੀਆਂ, ਕਿਸੇ ਕੁੜੀ ਦੇ ਯਾਰਾਨੇ ਦਾ ਪਤਾ ਲੱਗਦਾ ਤਾਂ ਬਜਾਏ ਪਰਦਾ ਪਾਵਣ ਦੇ ਉਹਨੂੰ ਛੱਜ ਵਿੱਚ ਪਾ ਕੇ ਭੰਡਦੀਆਂ। ਉਹਨਾਂ ਨੂੰ ਉਹਨਾਂ ਦੇ ਗਰੂਰ ਦੀ ਸਜ਼ਾ ਇੰਝ ਮਿਲੀ ਕਿ ਉਹਨਾਂ ਦੀ ਆਪਣੀ ਨਿੱਕੀ ਭੈਣ ਭਨਵਈਏ ਨਾਲ ਨਿਕਲ ਗਈ, ਰੱਜ ਬੇਇੱਜ਼ਤ ਹੋਏ। ਹਾਂ, ਕਿਸੇ ਹੋਰ ਨਾਲ ਜਾਂਦੀ ਤਾਂ ਸ਼ਾਇਦ ਉਹ ਅੰਦਰ ਵੜ ਕੇ ਬਹਿ ਜਾਂਦੇ, ਪਰ ਉਹ ਤਾਂ ਗਈ ਵੀ ਤਾਂ ਆਪਣੀ ਸਗੀ ਭੈਣ ਦੇ ਘਰ ਵਾਲੇ ਨਾਲ, ਦੋ ਸਕੀਆਂ ਭੈਣਾਂ ਇੱਕ ਮਰਦ ਦੇ ਘਰ ਤਾਂ ਨਹੀਂ ਰਹਿ ਸਕਦੀਆਂ, ਰਹਿ ਤਾਂ ਨਹੀਂ ਸਨ ਸਕਦੀਆਂ, ਪਰ ਨੰਨੀ ਤੇ ਨਾਦੀਆਂ ਤਾਂ ਵਸਦੀਆਂ ਪਈਆਂ ਨੇ। ਔਰਤ ਆਪਣੇ ਵੱਲੋਂ ਧਮਾਕਾ ਕੀਤਾ, ਉਹ ਕੋਈ ਜ਼ਾਹਿਰਨ ਚਿੱਟਾ ਨੰਗਾ ਤਾਂ ਨਹੀਂ ਰਹਿੰਦੀਆਂ, ਉਹਨਾਂ ਕੋਈ ਨਿਕਾਹ ਤਾਂ ਨਹੀਂ ਕੀਤਾ, ਚੋਰੀ ਛੁਪੇ ਦਾਈਏ ਜਿੰਨਾ ਮਰਜ਼ੀ ਕੋਈ ਲਾ ਲਵੇ, ਦੁਨੀਆਂ ਕੋਲੋਂ ਵੀ ਚੋਰੀ ਤੇ ਆਪਣੇ ਰੱਬ ਕੋਲੋਂ ਵੀ ਚੋਰੀ, ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ। ਸਾਲੀ ਭਨਵਈਆ, ਅੱਲਾ ਤਾਂ ਸਭ ਜਾਣਦਾ ਹੈ, ਸਵਾਣੀ ਨੂੰ ਕੋਈ ਦੁੱਖ ਸੀ ਉਹਨਾਂ ਨਾਲ, ਸ਼ਾਇਦ ਅੱਲਾ ਬੜਾ ਮਾਰੇਗਾ ਇਹਨਾਂ ਨੂੰ। ਮਰਦ ਨੂੰ ਮਜ਼ਹਬ ਚੇਤੇ ਆ ਗਿਆ,
गुनाह दी भी कोई हद होंदी है जनाब, गुनाह बेहद सवादी लगता है। मर्द ने कोई जवाब ना दिता। वह शायद बहस के मूड विच नहीं सी। कुछ चिर लई दोवां विचकार चुप वरत गई। वह दोवें अपनी अपनी थां कुछ सोचते रहे। औरत बोली, मैं आखदी पई सां निक्के चौधरियां नूं उन्हां दे हंकार लै डुब्बा, पहलों उन्हां दी कुड़ी नसी, अदालत विच जलील होए, धी नूं जहर दे के मारिया ने, बई मूँह उत्ते लगी कालक लै जाएगी, वह भी नहीं लथी। वह किवें उन्हां दा जवाई जिहड़ा उन्हां दी धी नूं उदाल के लै गया, उहदे नाल ना चाहुंदिआं होइआं अपनी धी दे भले लई सुलह करनी पै गई। हुण जवाई भावें नहीं आंदा, धी तां आंदी है ना, जदों आंदी है सारे फट सजरे हो जांदे ने, लोकी मूँह जोड़दे ने। कालक तां वाकई उवें दी उवें रही। ते होर की, चौधरियां नूं गरूर करन दी, लोकां दे पर्दे जहर करन दी, जलील करन दी जिहड़ी रब ने सजा दित्ती, उह हाले की नहीं। वड्डे पुत्तर दी बीवी अपने देवर नाल फड़ी गई, निक्के पुत्तर दा तां व्याह कीता ते उह वी भैड़ी निकली। सुणिआ कुड़ी वसना वुसना कोई नहीं, पिछे कुछ ज्यादा ही मोह प्यार सो। इहनां अनोखां विच लिआंदी ए, उहने सवाल पुछिआ। हां, इहनां नूं रिश्तेदारां साख क्यों नहीं दित्ता? साख तां बड़े सन, इहनां दी उच्चियां हवावां सन, गमूरी विच सन, पहलों ऐ नहीं सन लैंदे, हुण इहनां नूं देंदा कोई नहीं। हां जी, सारिआं नूं नक लगे होए ने। एक वारी फिर चुप दा वक्फा आया, फिर इस चुप नूं औरत नहीं तोड़िया। हां, सच चेते आया, ओ तू सुबह की आखदा पिया सी मोबाइल फोन ते, की आखदा पिया सा? ओहो, बट फैमिली वाली गल। हां, ओ मेरे कोल एक बेली कोल ओदा कजन आया, तां उहनां उहनां बारे कुछ आखिया, वाह तोइयां मारियां, बड़ियां जोड़ जोड़ के उहने अपने दोवां दियां गल्लां कीतियां। ਇਹ ਬਟ ਲੋਕ ਬੜੇ ਬੇਫੈਜ਼ ਤੇ ਖਾ ਪੀ ਕੇ ਭੁੱਲ ਜਾਣ ਵਾਲੇ ਨੇ। ਇਹਨਾਂ ਨੂੰ ਗੁਆਂਢੀ ਹੋਣ ਪਰੋਂ ਹਰ ਔਖੇ ਵੇਲੇ ਮੈਂ ਸੰਭਾਲਿਆ ਹੈ। ਇਹਨਾਂ ਦੀਆਂ ਜਨਾਨੀਆਂ ਦੀਆਂ 100 ਲੋੜਾਂ ਥੋੜਾ ਮੈਂ ਪੂਰੀਆਂ ਕੀਤੀਆਂ ਨੇ, ਫਿਰ ਵੀ ਇਹ ਮੇਰੇ ਖਿਲਾਫ ਗੱਲਾਂ ਕਰਨ ਤੋਂ ਬਾਜ਼ ਨਹੀਂ ਆਏ। ਔਰਤ ਗੁੱਸੇ ਵਿੱਚ ਸੀ। ਹਾਲੇ ਇਹਨਾਂ ਨੂੰ ਇਹ ਗੱਲਾਂ ਕਰਕੇ ਹਾਸਲ ਹੁਸਲ ਵੀ ਕੁਝ ਨਹੀਂ ਹੋਇਆ। ਬੰਦਾ ਪੁੱਛੇ, ਜਿਹਨੂੰ ਤੂੰ ਇਹ ਗੱਲਾਂ ਦੱਸੀਆਂ ਨੇ ਉਹਨੂੰ ਕੀ ਦੁੱਖ ਸੀ? ਮਰਦ ਨੂੰ ਕੋਈ ਦੁੱਖ ਸੀ? ਇਹ ਬਾਜ਼ੇ ਬੁੜੀਆਂ ਬੰਦਿਆਂ ਨੂੰ ਐਵੇਂ ਹੀ ਲੋਕਾਂ ਦੀਆਂ ਗੱਲਾਂ ਕਰਨ ਦਾ ਸ਼ੌਕ ਹੁੰਦਾ ਹੈ। ਸਿਰਫ ਝੱਟ ਫਜ਼ੂਲ ਸਵਾਦ ਲੈਣ ਲਈ ਚੁਸ ਚਸਕਾ ਮਾਰਨ ਪਰੋਂ ਗੱਲਾਂ ਕਰਦੇ ਨੇ, ਮਿਲਦਾ ਮਿਲਾਉਂਦਾ ਕੁਝ ਵੀ ਨਹੀਂ। ਹਾਂ, ਇਹ ਲੋਕਾਂ ਬਾਰੇ ਗੱਲਾਂ ਕਰਨ ਦਾ ਸਵਾਦ ਬੜਾ ਪੈਰਾ ਹੈ। ਅਸੀਂ ਕਦੇ ਵੀ ਕਿਸੇ ਦੇ ਘਰ ਦੀ ਗੱਲ ਨਹੀਂ ਕੀਤੀ, ਔਰਤ ਦਾਅਵਾ ਕੀਤਾ। ਹਾਂ, ਆਪਾਂ ਨੂੰ ਕੀ ਜ਼ਰੂਰਤ ਲੋਕਾਂ ਦੀਆਂ ਚੰਗੀਆਂ ਮੰਦੀਆਂ ਗੱਲਾਂ ਕਰਕੇ ਗੁਨਾਹ ਲੈਣ ਦਾ? ਮਰਦ ਉਹਦੀ ਹਾਂ ਵਿੱਚ ਹਾਂ ਮਲਾਈ। ਜੀ, ਕਹਾਣੀ। ਵਾਹ ਵਾਹ ਜੀ ਵਾਹ, ਬਹੁਤ ਅੱਛਾ ਹੈ ਕਰਾਉਂਦਾ ਬਾਈ। ਤੁਸੀਂ ਇੱਕ ਅੱਛੀ ਰੀਤ ਪਾਈ ਹੈ ਕਿ ਛੋਟੀ ਕਹਾਣੀ ਸੁਣਾ ਕੇ ਤੁਸੀਂ ਬਾਕੀਆਂ ਦਾ ਕੰਮ ਵੀ ਸੌਖਾ ਜਾਂ ਔਖਾ ਕਰ ਦਿੱਤਾ ਹੈ। ਤੇ ਡਾਕਟਰ ਸਾਹਿਬ ਦੇ ਜੀ, ਚਾਰ ਜਿਹੜੀਆਂ ਕਿਤਾਬਾਂ ਆਈਆਂ, ਕਰਾਮਤ ਮੁਕਤ, ਤਿੱਤਲੀ, ਵੇਲੇ ਕਵੇਲੇ, ਔਰ ਸ਼ਾਇਦ ਜਿਹੜੀ ਕਹਾਣੀ ਸੀ ਇਹ ਮੇਰਾ ਖਿਆਲ ਆਖਰੀ ਸੀ। ਇਹ ਕਿਹੜੀ ਕਿਤਾਬ ਜੋ ਕਹਾਣੀ ਸਰ ਸੁਣਾਈ ਡਾਕਟਰ ਸਾਹਿਬ ਤੁਸਾਂ? ਇਹ ਕਿਹੜੇ ਕਿਤਾਬ ਸੀ ਕਹਾਣੀ ਜੀ ਜਿਹੜੀ ਤੁਸੀਂ ਸੁਣਾਈ ਹੈ? ਭਾਈਚਾਰੇ ਵਾਲਾ ਘਰ। ਅੱਛਾ, ਭਾਈਚਾਰੇ ਵਾਲਾ ਘਰ, ਇੱਕ ਤੁਹਾਡੀ ਕਿਤਾਬ ਪੁੱਠੇ ਟੁਰਦੇ ਲੋਕ ਵੀ ਹੈ ਜੀ, ਔਰ ਬੜੇ ਸੋਹਣੇ ਨਾਮ ਤੁਸੀਂ ਆਪਣੀ ਕਿਤਾਬ ਰੱਖੇ ਜੀ, ਉਹਦੇ ਚ ਲੰਮੀ ਕਹਾਣੀ। ਅੱਛਾ ਅੱਛਾ, ਚਲੋ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਜੀ ਮੇਰੇ। ਤੇ ਜ਼ਾਹਿਦ ਭਾਈ ਜੀ, ਹੁਣ ਅਸੀਂ ਤੁਹਾਡੇ ਮੈਂ ਜ਼ਿਆਦਾਤਰ ਨਾਲ ਚਲਾ ਰਿਹਾ ਪ੍ਰੋਗਰਾਮ, ਕਿਉਂਕਿ ਪ੍ਰਧਾਨ ਤੁਸੀਂ ਹੋ ਤੇ ਤੁਹਾਨੂੰ ਆਵਾਜ਼ ਕੋਈ ਲੱਗਦਾ ਸਾਡੀ ਨਹੀਂ ਆ ਰਹੀ। ਇਹ ਜ਼ਾਹਿਦ ਭਾਈ ਨੂੰ ਆਵਾਜ਼ ਨਹੀਂ ਜਾ ਰਹੀ, ਮੈਂ ਇੱਧਰ ਨੂੰ ਖੋਲਣ ਦੀ ਕੋਸ਼ਿਸ਼ ਕਰਨਾ ਜੀ। ਤੇ ਉੱਥੇ ਵੀ ਸ਼ੋਰ ਆ ਰਿਹਾ, ਹਾਂ ਹੁਣ ਆਇਆ ਜੀ। ਜ਼ਾਹਿਦ ਭਾਈ ਜਾਨ, ਤੁਹਾਡੀ ਤੁਹਾਨੂੰ ਆਵਾਜ਼ ਆ ਰਹੀ ਸਾਡੀ ਜੀ? ਜ਼ਾਹਿਦ ਸਾਹਿਬ, ਆ ਰਹੀ ਆਵਾਜ਼? ਲਓ ਜੀ, ਹੁਣ ਅਸੀਂ ਆਪਣੇ ਦੋਸਤ ਜਿਹੜੇ ਨੇ ਭੁਪਿੰਦਰ ਸਿੰਘ ਬੈਦੀ ਨਾਲ ਦਰਖਾਸਤ ਕਰਾਂਗੇ ਕਿ ਉਹ ਵੀ ਆਪਣੀ ਕਹਾਣੀ ਸਾਂਝੀ ਕਰਨ। ਦੋਸਤ ਸੁਣ ਰਹੇ ਨੇ ਨਾਲ ਨਾਲ, ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ ਉਹਨਾਂ ਦੇ ਮੈਂ ਨਾਂ ਲੈ ਦੇਵਾਂ ਕੁਝ ਨਾਂ। ਜੀ ਜੀ ਬਿਲਕੁਲ, ਮੈਨੂੰ ਆ ਰਹੀ ਹੈ, ਮੇਰੇ ਖਿਆਲ ਮੇਰਾ ਮਸਲਾ ਹੋ ਰਿਹਾ। ਸਾਨੂੰ ਵੀ ਆ ਰਹੀ ਹੈ, ਤੁਸੀਂ ਇਹ ਯਕੀਨ ਰੱਖੋ ਕਿ ਦੋਵਾਂ ਪਾਸੋਂ ਆਉਣ ਡਈ ਜੀ। ਜੀ ਭੁਪਿੰਦਰ ਸਾਹਿਬ,
हाँ जी बोला जी। जी बोलो जी, जगदीप सिद्धू हरी, रूपम शर्मा हरी और चमकौर सिंह, तुम सुन रहे हैं सारे और बड़े खुश ने कि कहानी दरबार भी किसी ने कराया मुशायरे के मौसम च। ये संजीदा जो कारी ने खुश हो रहे ने कि कहानी भी मिल रहे हैं समझ जी। पढ़ो जी कहानी। हाँ जी, मैं सब तो पहला था चढ़ते ਅਤੇ ਲਹਿੰਦੇ ਪੰਜਾਬ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਦਾਬ। ਰਾਮ ਸਰੂਪ ਅਣਖੀ ਜੀ ਦੇ ਜਨਮ ਦਿਨ ਨੂੰ ਸਮਰਪਿਤ, 99 ਜਨਮ ਦਿਨ ਨੂੰ ਸਮਰਪਿਤ ਇਹ ਕਹਾਣੀ ਦਰਬਾਰ ਹੈ ਜੋ ਅਜ਼ਮ ਮਲਿਕ ਅਤੇ ਬੇਅੰਤ ਬਾਜਵਾ ਜੀ ਦੀ ਮਿਹਨਤ ਦੇ ਸਦਕੇ ਅਸੀਂ ਅੱਜ ਇਕੱਠੇ ਹੋਏ ਹਾਂ ਔਰ ਰਾਮ ਸਰੂਪ ਅਣਖੀ ਸਹਿਤ ਸਭਾ ਦੇ ਸਹਿਯੋਗ ਨਾਲ ਔਰ ਰਾਮ ਸਰੂਪ ਅਣਖੀ ਜੀ ਦੇ ਸਪੁੱਤਰ ਡਾਕਟਰ ਕ੍ਰਾਂਤੀਪਾਲ ਜੀ ਵੀ ਵਧਾਈ ਦੇ ਪਾਤਰ ਨੇ ਜੋ ਅੱਜ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਵੀ ਰਹੇ ਨੇ। ਸੋ ਮੈਂ ਆਪਣੀ ਉਹ ਕਹਾਣੀ ਸ਼ਾਮਿਲ ਕਰ ਰਿਹਾ ਜਿਹੜੀ ਰਾਮ ਸਰੂਪ ਅਣਖੀ ਜੀ ਨੂੰ ਬਹੁਤ ਪਸੰਦ ਸੀ ਔਰ ਇਹਨਾਂ ਨੇ ਉਚੇਚੇ ਤੌਰ ਤੇ ਕਹਾਣੀ ਆਪਣੇ ਮੈਗਜ਼ੀਨ ਦੇ ਵਿੱਚ ਛਾਪੀ ਸੀ ਔਰ ਉਹਨਾਂ ਨੇ ਕਿਹਾ ਸੀ ਇਹ ਕਹਾਣੀ ਦੇ ਬਾਰੇ ਕਿ ਇਹੋ ਜਿਹੀਆਂ ਕਹਾਣੀਆਂ ਕਦੇ ਕਦੇ ਲਿਖੀਆਂ ਜਾਂਦੀਆਂ। ਇਹ ਕਹਾਣੀ ਦਾ ਨਾਂ ਹੈ ਜੀ ਪਿਆਸ। ਕਹਾਣੀ ਦਾ ਨਾਂ ਹੈ ਪਿਆਸ। ਪਿਆਸ ਕੀ ਗੱਲ, ਅੱਜ ਕੰਮ ਵਾਲੀ ਆਈ ਨੀ? ਤੁਸੀਂ ਅੱਜ ਕੱਲ ਕੰਮ ਵਾਲੀ ਨੂੰ ਬਹੁਤ ਉਡੀਕਦੇ ਰਹਿੰਦੇ ਹੋ। ਤੈਨੂੰ ਐਵੇਂ ਵਹਿਮ ਹੋ ਜਾਂਦਾ ਹੈ ਕੀ ਹੋਇਆ ਜੇ ਪੁੱਛ ਲਿਆ, ਨਾਲੇ ਕਿੰਨੀ ਚੰਗੀ ਹੈ ਵਿਚਾਰੀ, ਮੈਨੂੰ ਤੁਹਾਡੇ ਰੱਥ ਠੀਕ ਨੀ ਲੱਗਦੇ। ਤੂੰ ਤਾਂ ਕਮਲੀ ਹੈ ਕਮਲੀ, ਭਲਾ ਕੋਈ ਕੰਮ ਵਾਲੀ ਤੇ ਵੀ ਮਾੜੀ ਅੱਖ ਰੱਖੂ? ਕੀ ਹੋਇਆ ਜੇ ਉਹ ਸੋਹਣੀ ਸੁਰੱਖੀ ਹੈ ਤਾਂ ਕੰਮ ਵਾਲੀ? ਮੈਂ ਤਾਂ ਵੈਸੇ ਹੀ ਪੁੱਛ ਲਿਆ ਸੀ। ਅੱਛਾ ਅੱਛਾ ਤੂੰ ਕੰਮ ਕਰ, ਮੈਂ ਸਭ ਜਾਣਦੀ ਹਾਂ ਤੁਹਾਡੀਆਂ ਖੱਚਰ ਵਿੱਦਿਆਂ ਨੂੰ। ਤੂੰ ਮੇਰਾ ਵੀ ਨਾਂ ਕਮਲਾ ਹੈ ਕਮਲਾ। ਮਾਸਟਰ ਸੁਰੇਸ਼ ਨੂੰ ਪਤਾ ਨੀ ਕੀ ਹੋ ਗਿਆ ਸੀ, ਆਪਣੀ ਸਕੂਲ ਦੀ 10 ਸਾਲ ਦੀ ਨੌਕਰੀ ਚ ਕਿਸੇ ਦੀ ਅੱਖ ਚ ਪਾਇਆ ਨੀ ਸੀ ਰਲਕਿਆ। ਆਪਣੀ ਧਰਮ ਪਤੀ ਕਮਲਾ ਤਾਂ ਬਹੁਤ ਖਿਆਲ ਰੱਖਦਾ ਸੀ, ਕਈ ਥਾਵਾਂ ਤੇ ਜਾ ਉਸਦਾ ਇਲਾਜ ਕਰਵਾਉਂਦਾ ਰਿਹਾ, ਪਰ ਫੇਰ ਵੀ ਔਲਾਦ ਨਹੀਂ ਸੀ ਹੋਈ। ਕਮਲਾ ਵੀ ਇਸੇ ਝੋਰੇ ਚ ਡੁੱਬੀ ਰਹਿੰਦੀ। ਉਸਦਾ ਕੁੰਤਨ ਵਰਗਾ ਸਰੀਰ ਸੁੱਕ ਕੇ ਤੀਲਾ ਹੋ ਗਿਆ ਲੱਗਦਾ ਸੀ, ਹਾਰ ਕੇ ਉਸਨੂੰ ਕੰਮ ਵਾਲੀ ਰੱਖਣੀ ਪਈ। ਨਾਮੋ ਘਰ ਦਾ ਨਿੱਕਾ ਮੋਟਾ ਸਾਰਾ ਕੰਮ ਕਰੀ ਜਾਂਦੀ, ਉਸਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ। ਉਹ ਸਵੇਰੇ ਹੀ ਸੱਸ ਅਮਰ ਕੇ ਕੰਮ ਤੇ ਆਉਂਦੀ, ਸੁਰੇਸ਼ ਦੀ ਨਿਗਾਹ ਮੱਲੋ ਮੱਲੀ ਉਸ ਵੱਲ ਤਿਲਕ ਜਾਂਦੀ। ਨਾਮੋ ਵੱਲ ਤੱਕ ਕੇ ਸੁਰੇਸ਼ ਆਪਣੇ ਅੰਦਰ ਅਜੀਬ ਕਿਸਮ ਦੀ ਝਰਨਾਹਟ ਜਿਹੀ ਮਹਿਸੂਸ ਕਰਦਾ। ਫੇਰ ਸੋਚਦਾ ਇਹ ਇੰਨੀ ਸੋਹਣੀ, ਸਰੀਰ ਮਖਮਲ ਵਰਗਾ ਤੇ ਉੱਪਰੋਂ ਹਾਰ ਸ਼ਿੰਗਾਰ ਲਾ ਕੇ ਫਿਰ ਕੰਮ ਕਿਉਂ ਕਰਦੀ ਹੈ? ਹੋ ਸਕਦਾ ਕੋਈ ਮਜਬੂਰੀ ਹੋਵੇ, ਚਲੋ ਆਪਾਂ ਨੂੰ ਕੀ ਹੈ। ਸੁਰੇਸ਼ ਨੇ ਹੁਣ ਤੱਕ ਆਪਣੇ ਘਰ ਆਪਣੀ ਪਤਨੀ ਕਮਲਾ ਨੂੰ ਹੀ ਤੱਕਿਆ ਸੀ, ਜੋ ਅਕਸਰ ਬੁਝੀ ਬੁਝੀ ਜੀ ਰਹਿੰਦੀ ਸੀ। ਉਸਦੇ ਮਨ ਉੱਤੇ ਕਦੇ ਵੀ ਕਮਲਾ ਦੀਆਂ ਚੂੜੀਆਂ ਦੀ ਛਣਕਾਰ ਦਾ ਅਸਰ ਨਹੀਂ ਹੋਇਆ ਸੀ। ਬਸ ਦੋ ਜਿਸਮ ਇੱਕ ਛੱਤ ਹੇਠ ਜ਼ਿੰਦਗੀ ਜੀ ਰਹੇ ਸਨ। ਸ਼ਾਇਦ ਇਸਦੇ ਪਿੱਛੇ ਇਹ ਕਾਰਨ ਛੁਪਿਆ ਹੋਇਆ ਸੀ ਕਿ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ। ਪਰ ਮਨੁੱਖੀ ਮਨ ਦਾ ਕੀ ਹੈ, ਇਹ ਤਾਂ ਬਦਲਦਾ ਰਹਿੰਦਾ ਹੈ। ਇਸ ਉੱਪਰ ਪਤਾ ਨਹੀਂ ਕਦੋਂ ਵਕਤ ਦੀਆਂ ਪੈੜਾਂ ਆਪਣਾ ਨਿਸ਼ਾਨ ਛੱਡ ਜਾਣ। ਇੱਕ ਦਿਨ ਸੁਰੇਸ਼ ਨੇ ਨਾਮੋ ਨੂੰ ਪੁੱਛਿਆ ਵੀ ਸੀ, ਨਾਮੋ ਤੈਨੂੰ ਦੂਸਰਿਆਂ ਦੇ ਘਰਾਂ ਚ ਕੰਮ ਕਿਉਂ ਕਰਨਾ ਪੈਂਦਾ? ਮੈਂ ਜੀ ਤੁਹਾਨੂੰ ਕੀ ਦੱਸਾਂ, ਹਾਂ ਤੂੰ ਸੰਗਦੀ ਕਿਉਂ ਹੈ ਦੱਸ? ਉਹ ਜੀ ਮੇਰਾ ਆਦਮੀ ਕੋਈ ਕੰਮ ਨਹੀਂ ਜੀ ਕਰਦਾ, ਸਾਰਾ ਦਿਨ ਮੰਜਾ ਹੀ ਤੋੜਦਾ ਹੈ ਜਾਂ ਫਿਰ ਮੇਰੇ ਹੱਡ ਭੰਨਦਾ। ਬਈ ਇਹ ਤਾਂ ਬਹੁਤ ਮਾੜੀ ਗੱਲ ਹੈ ਉਸਦੀ, ਨਾਲੇ ਤੂੰ ਕਮਾਵੇ ਨਾਲੇ ਤੈਨੂੰ ਕੁੱਟੇ। ਬਸ ਜੀ ਸਾਡੇ ਤਾਂ ਇਉਂ ਹੀ ਚੱਲਦਾ ਜੀ। ਸੁਰੇਸ਼ ਜਿੱਥੇ ਕਮਲਾ ਨੂੰ ਦਵਾਈ ਦਵਾਉਂਦਾ ਹੈ ਉੱਥੇ ਉਸਨੂੰ ਨਾਮੋ ਵਾਂਗ ਹਮੇਸ਼ਾ ਸੱਜ ਸਮਰ ਕੇ ਰਹਿਣ ਲਈ ਪ੍ਰੇਰਦਾ ਵੀ ਹੈ। ਕਮਲਾ ਇਸ ਗੱਲ ਦਾ ਬੁਰਾ ਮਨਾਉਂਦੀ ਤੇ ਸਧਾਰਨ ਔਰਤਾਂ ਵਾਂਗ ਬਣ ਕੇ ਰਹਿਣਾ ਪਸੰਦ ਕਰਦੀ। ਸੁਰੇਸ਼ ਦੇ ਬਦਲੇ ਹੋਏ ਤੇਵਰਾਂ ਨੂੰ ਦੇਖ ਕਮਲਾ ਆਪਣੀਆਂ ਸਹੇਲੀਆਂ ਨਾਲ ਗੱਲ ਸਾਂਝੀ ਕਰਦੀ
ਪਰ ਉਹ ਸਾਰੀਆਂ ਸੁਰੇਸ਼ ਦਾ ਹੀ ਪੱਖ ਪੂਰਦੀਆਂ। ਉਹਨਾਂ ਵਿੱਚੋਂ ਇੱਕ ਆਖਦੀ, ਕੁੜੇ ਤੂੰ ਹੀ ਆਪਣੇ ਆਪ ਨੂੰ ਔਲਾਦ ਨਾ ਹੋਣ ਦੇ ਗਮ ਚ ਸਾੜ ਰੱਖਿਆ, ਤੂੰ ਉਸ ਨੂੰ ਰਜਾਉਣ ਲਈ ਕੀ ਕਰਦੀ ਆ? ਉਹ ਵੀ ਕੀ ਕਰੇ ਵਿਚਾਰਾ, ਮਰਦ ਨੂੰ ਆਪਣੇ ਬੱਸ ਚ ਰੱਖਣਾ ਕੀ ਔਖਾ ਹੈ? ਤੂੰ ਤਾਂ ਕਦੇ ਹੱਸ ਕੇ ਵੀ ਗੱਲ ਨਹੀਂ ਕਰਦੀ, ਜਦੋਂ ਵੀ ਦੇਖੋ ਮੱਥੇ ਚ ਤਿਉੜੀਆਂ ਪਾਈ ਰੱਖਦੀ ਆ। ਕਮਲਾ ਆਈ ਤਾਂ ਸੀ ਆਪਣਾ ਦੁੱਖ ਸਾਂਝਾ ਕਰਨ, ਉਲਟਾ ਆਪਣੀਆਂ ਸਹੇਲੀਆਂ ਦੀਆਂ ਨਸੀਹਤਾਂ ਪੱਲੇ ਪੈ ਗਈਆਂ। ਉਹ ਸੋਚਦੀ, ਠੀਕ ਹੀ ਤਾਂ ਕਹਿੰਦੀਆਂ ਨੇ, ਮੈਂ ਆਪਣੇ ਆਪ ਨੂੰ ਖੁਦ ਹੀ ਸਾੜ ਰੱਖਿਆ। ਕਮਲਾ ਸੋਚਦੀ ਸੋਚਦੀ ਕੁੱਝ ਬੋਲਣ ਲੱਗੀ, ਹਾਂ ਹਾਂ ਮੈਂ ਹੀ ਮਾੜੀ ਹਾਂ। ਕੀ ਮੈਂ ਸੱਚਮੁੱਚ ਹੀ ਇੰਨੀ ਮਾੜੀ ਹਾਂ? ਮੈਂ ਆਪਣੇ ਆਪ ਨੂੰ ਬਦਲ ਲਵਾਂਗੀ, ਪਹਿਲਾਂ ਵਾਂਗ ਕਮਲਾ ਬਣ ਜਾਵਾਂਗੀ, ਪਰ ਲੋਕ ਕੀ ਕਹਿਣਗੇ ਕਹੀ ਜਾਣ, ਮੈਂ ਕੀ ਲੈਣਾ, ਮੈਂ ਤਾਂ ਆਪਣੇ ਘਰ ਬਚਾਵਾਂਗੀ। ਕਮਲਾ ਦੇ ਚਿਹਰੇ ਤੇ ਇੱਕ ਜੇਤੂ ਮੁਸਕਾਨ ਝਲਕ ਰਹੀ ਸੀ ਤੇ ਉਸਨੂੰ ਇੰਜ ਲੱਗਿਆ ਜਿਵੇਂ ਉਸਦਾ ਭਾਰੀ ਬੋਝ ਹੁਣ ਲੱਥ ਜਾਵੇਗਾ। ਸੁਰੇਸ਼ ਅਕਸਰ ਹੀ ਸਕੂਲ ਵਿੱਚੋਂ ਆ ਕੇ ਆਪਣੀਆਂ ਕਿਤਾਬਾਂ ਵਿੱਚ ਗੁਆਚ ਜਾਂਦਾ। ਅੱਜ ਕੱਲ ਉਹ ਮਨੋਵਿਗਿਆਨ ਦੀਆਂ ਕਿਤਾਬਾਂ ਪੜ੍ਹ ਰਿਹਾ ਸੀ, ਪੜ੍ਹਦਾ ਪੜ੍ਹਦਾ ਇੱਕ ਥਾਂ ਰੁਕ ਜਾਂਦਾ ਹੈ ਤੇ ਕਮਲਾ ਨੂੰ ਬੁਲਾ ਕੇ ਕਹਿੰਦਾ ਹੈ, ਕਮਲਾ ਆਹ ਦੇਖ ਫਰਾਈਡ ਨੇ ਕੀ ਲਿਖਿਆ। ਕੀ ਲਿਖਿਆ ਜਿਹੜਾ ਇੰਨਾ ਰੌਲਾ ਪਾਇਆ? ਸੁਣ ਤਾਂ ਸਹੀ, ਕਹਿੰਦਾ ਬੱਚਾ ਜਦੋਂ ਆਪਣੀ ਮਾਂ ਦੀ ਗੋਦ ਵਿੱਚ ਪਿਆ ਦੁੱਧ ਚੁੰਘਦਾ ਹੈ ਤਾਂ ਉਸ ਅੰਦਰ ਕਾਮ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ। ਨਿਰਾ ਬਕਵਾਸ, ਇਹ ਕਿਵੇਂ ਹੋ ਸਕਦਾ? ਬੱਚਾ ਦਾ ਖੀਰ ਮਾਸੂਮ ਹੁੰਦਾ ਹੈ, ਮਾਸੂਮ ਬੱਚੇ ਨੂੰ ਕੀ ਪਤਾ ਹੈ? ਮੈਂ ਨਹੀਂ ਮੰਨਦੀ। ਨਿਰਾ ਬਕਵਾਸ, ਇਹ ਕਿਵੇਂ ਹੋ ਸਕਦਾ ਹੈ? ਬੱਚਾ ਤਾਂ ਆਖਿਰ ਮਾਸੂਮ ਹੁੰਦਾ ਹੈ, ਬੱਚੇ ਨੂੰ ਕੀ ਪਤਾ ਹੈ? ਮੈਂ ਨਹੀਂ ਮੰਨਦੀ। ਤੇਰੇ ਮੰਨਣ ਜਾਂ ਨਾ ਮੰਨਣ ਚ ਕੀ ਹੈ? ਮਨੋਵਿਗਿਆਨੀ ਤਾਂ ਮੰਨਦੇ ਨੇ। ਤੁਸੀਂ ਜੀ ਅੱਜ ਕੱਲ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਰਹਿੰਦੇ ਹੋ? ਅੱਛਾ ਅੱਛਾ, ਤੇਰੇ ਗੱਲਾਂ ਸਮਝ ਨਹੀਂ ਆ ਸਕਦੀਆਂ। ਜਾ ਇੱਕ ਕੱਪ ਵਧੀਆ ਚਾਹ ਦਾ ਬਣਾ ਕੇ ਲਿਆ। ਪੜ੍ਹਦਾ ਪੜ੍ਹਦਾ ਸੁਰੇਸ਼ ਆਪਣੇ ਮੰਜੇ ਤੇ ਪਿਆ ਸਸਤਾਉਣ ਲੱਗਿਆ। ਅੱਧ ਸੁੱਤੀ ਹਾਲਤ ਵਿੱਚ ਉਹ ਨਾਮੋ ਨੂੰ ਆਪਣੇ ਖਿਆਲਾਂ ਵਿੱਚ ਚਿਤਵਣ ਲੱਗਿਆ। ਉਸਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਨਾਮੋ ਉਸਦੇ ਕੋਲ ਹੋਵੇ। ਨਾਮੋ ਨੂੰ, ਨਾਮੋ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆ, ਤੁਸੀਂ ਜੀ ਇਹੋ ਜਿਹੀਆਂ ਗੱਲਾਂ ਨਾ ਕਰੋ ਜੀ, ਚੰਗਾ ਨਹੀਂ ਲੱਗਦਾ। ਚੰਗੇ ਨੂੰ ਕੀ ਹੈ, ਇਹ ਤਾਂ ਦਿਲ ਦੀਆਂ ਗੱਲਾਂ ਨੇ, ਜੋ ਮਣ ਕੇ ਉਹ ਕਰ ਲੈਣਾ ਚਾਹੀਦਾ। ਮੈਂ ਠਹਿਰੀ ਨੀਚ ਜਾਤ ਤੇ ਤੁਸੀਂ ਨਾਮੋ, ਪਿਆਰ ਮੁਹੱਬਤ ਚ ਸਭ ਕੁਛ ਜਾਇਜ਼ ਹੈ। ਆ ਮੇਰੇ ਕੋਲ ਆ, ਦੇਖ ਤੇਰਾ ਹੱਥ ਕਿੰਨਾ ਮੁਲਾਇਮ ਹੈ ਤੇ ਤੇਰੇ। ਅਚਾਨਕ ਹੀ ਕਮਲਾ ਦੀ ਆਵਾਜ਼ ਸੁਣਾਈ ਦਿੱਤੀ, ਸੁਰੇਸ਼ ਦੀ ਅੱਖ ਖੁੱਲ ਗਈ। ਉਹ ਮੰਜੇ ਦੇ ਆਸੇ ਪਾਸੇ ਦੇਖਣ ਲੱਗਾ, ਉੱਥੇ ਤਾਂ ਕੁਝ ਵੀ ਨਹੀਂ ਸੀ। ਕੀ ਗੱਲ, ਕਿਹਦੇ ਨਾਲ ਗੱਲਾਂ ਕਰਦੇ ਸੀ? ਕਮਲਾ ਨੇ ਸੁਰੇਸ਼ ਵੱਲ ਚਾਹ ਦਾ ਕੱਪ ਵਧਾਉਂਦੀ ਹੋਈ ਨੇ ਕਿਹਾ, ਨਹੀਂ ਨਹੀਂ ਕੋਈ ਗੱਲ ਨਹੀਂ। ਸੁਰੇਸ਼ ਦੇ ਚਿਹਰੇ ਤੇ ਪਸੀਨੇ ਦੀਆਂ ਬੂੰਦਾਂ ਟਪਕ ਰਹੀਆਂ ਸਨ ਜਿਵੇਂ ਕਿਸੇ ਨੇ ਉਸਨੂੰ ਰੰਗੇ ਹੱਥੀ ਫੜ ਲਿਆ ਹੋਵੇ। ਸੁਰੇਸ਼ ਦੀ ਕਮਲਾ ਵੱਲ ਤੱਕ ਕੇ ਹੈਰਾਨ ਹੀ ਰਹਿ ਗਿਆ। ਕਮਲਾ ਪਹਿਲਾਂ ਨਾਲੋਂ ਕਾਫੀ ਬਦਲੀ ਬਦਲੀ ਜਾਪੀ, ਉਸਦੇ ਪਹਿਰਾਵੇ ਵਿੱਚ ਪਹਿਲਾਂ ਨਾਲੋਂ ਢੇਰ ਸਾਰਾ ਅੰਤਰ ਦਿਸ ਰਿਹਾ ਸੀ। ਉਸਦੇ ਬੋਲਣ ਦਾ ਅੰਦਾਜ਼ ਵੀ ਪਹਿਲਾਂ ਨਾਲੋਂ ਕਾਫੀ ਬਦਲ ਚੁੱਕਿਆ ਸੀ। ਸੁਰੇਸ਼ ਦੇ ਮਨ ਵਿੱਚ ਅਜੀਬ ਕਿਸਮ ਦੀ ਖਲਬਲੀ ਉੱਠਣ ਲੱਗੀ। ਉਹ ਕਮਰੇ ਦੇ ਬਾਹਰ ਆਇਆ ਤੇ ਦੇਖਿਆ ਕਮਲਾ ਰਸੋਈ ਵਿੱਚ ਰਾਤ ਦੀ ਰੋਟੀ ਦਾ ਆਹਾਰ ਕਰ ਰਹੀ ਸੀ। ਇੱਕ ਭਰਮੀ ਨਜ਼ਰ ਉਸਨੇ ਕਮਲਾ ਤੇ ਸੁੱਟੀ। ਕਮਲਾ ਪੂਰੀ ਤਰ੍ਹਾਂ ਸਜੀ ਸਮਰੀ ਦੁਲਹਨ ਵਾਂਗ ਲੱਗ ਰਹੀ ਸੀ। ਉਸਦੇ ਹੱਥਾਂ ਵਿੱਚ ਪਾਈਆਂ ਚੂੜੀਆਂ ਵੀ ਛਣਕਾਰ ਚੌਂ ਤਰਫੀ ਫੈਲ ਰਹੀ ਸੀ। ਸੁਰੇਸ਼ ਪੌੜੀਆਂ ਚੜ੍ਹ ਉੱਪਰ ਛੱਤ ਤੇ ਚਲਾ ਗਿਆ। ਆਸੇ ਪਾਸੇ ਰਾਤ ਦੀ ਕਲਖ ਨੇ ਮਕਾਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਹਲਕੀ ਹਲਕੀ ਠੰਡ ਪਸਰ ਰਹੀ ਸੀ। ਸੁਰੇਸ਼ ਨੇ ਅਸਮਾਨ ਵੱਲ ਤੱਕਿਆ ਤਾਂ ਲੱਗਿਆ ਜਿਵੇਂ ਤਾਰੇ ਉਸ ਨਾਲ ਗੱਲਾਂ ਕਰ ਰਹੇ ਹੋਣ ਤੇ ਚੰਦਰਮਾ ਦੀ ਟਿੱਕੀ ਰਾਤ ਦੀ ਰੌਣਕ ਵਿੱਚ ਹੋਰ ਵੀ ਵਾਧਾ ਕਰ ਰਹੀ ਸੀ। ਸੁਰੇਸ਼ ਆਪਣੇ ਆਪ ਵਿੱਚ ਹੀ ਸਵਾਦ ਸਵਾਦ ਹੋ ਰਿਹਾ ਸੀ। ਉਹ ਛੱਤ ਦੇ ਇੱਧਰ ਉੱਧਰ ਘੁੰਮਣ ਲੱਗਿਆ। ਉਸਦੇ ਖਿਆਲਾਂ ਦੀ ਲੜੀ ਉਦੋਂ ਟੁੱਟੀ ਜਦੋਂ ਕਮਲਾ ਦੀ ਆਵਾਜ਼ ਦਿੱਤੀ, ਤੁਸੀਂ ਜੀ ਹੇਠਾਂ ਉੱਤਰ ਆਓ, ਠੰਡ ਵੀ ਵਧਣ ਲੱਗ ਪਈ ਹੈ, ਰੋਟੀ ਵੀ ਠੰਡੀ ਹੋ ਰਹੀ ਹੈ। ਸੁਰੇਸ਼ ਜਲਦੀ ਜਲਦੀ ਹੇਠਾਂ ਉੱਤਰ ਆਇਆ, ਖਾਣਾ ਖਾਧਾ। ਬੜੇ ਹੀ ਚਿਰ ਪਿੱਛੋਂ ਉਸਨੂੰ ਰੋਟੀ ਦਾ ਸਵਾਦ ਆਇਆ। ਫਿਰ ਸੁਨਹਿਰੀ
ਸੁਪਨਿਆਂ ਦੀ ਗੋਦ ਵਿੱਚ ਸਮਾਉਣ ਲਈ ਰਜਾਈ ਦੇ ਨਿੱਘ ਨੂੰ ਮੰਨ ਲੱਗਿਆ। ਕਿੰਨੇ ਹੀ ਸਮੇਂ ਤੋਂ ਬਾਅਦ ਉਸਦੇ ਸਰ ਤੰਗਾਂ ਨੂੰ ਗਰਮਾਟ ਆਈ। ਸਵੇਰੇ ਹੀ ਨਾਮੋ ਕੰਮ ਤੇ ਆ ਜਾਂਦੀ, ਜਿੱਥੋਂ ਵੀ ਲੰਘ ਜਾਂਦੀ ਛਣ ਛਣ ਦੀ ਆਵਾਜ਼ ਆਉਂਦੀ। ਉਸਦੇ ਪੈਰਾਂ ਵਿੱਚ ਝਾਂਜਰਾਂ ਦੀ ਛਣਕਾਰ, ਉਸਦੇ ਆਉਣ ਦਾ ਅਲਾਰਮ ਵੀ ਹੁੰਦੀ। ਸਵੇਰੇ 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 ਘਰ ਹੀ ਹੁੰਦਾ। ਬਹੁਤ ਹੀ ਉਹ ਨਾਮੋ ਬਾਰੇ ਸੋਚਦਾ, ਦੇਖਦਾ, ਮਹਿਸੂਸਦਾ, ਪਰੰਤੂ ਉਸਨੂੰ ਕਹਿਣ ਤੋਂ ਬਹੁਤ ਹੀ ਝਿਜਕਦਾ। ਆਪਣੇ ਅੰਦਰ ਉੱਠੀਆਂ ਛਾਵਾਂ ਨੂੰ ਆਪਣੇ ਅੰਦਰ ਹੀ ਦਬਾਉਣ ਦਾ ਯਤਨ ਕਰਦਾ। ਕਮਲਾ ਹੁਣ ਹਰ ਰੋਜ਼ ਸਵੇਰੇ ਸਵੇਰੇ ਨਾਮੋ ਵਾਂਗ ਤਿਆਰ ਪਰ ਤਿਆਰ ਹੋ ਕੇ ਰਹਿੰਦੀ, ਆਪਣੇ ਆਪ ਨੂੰ ਸੰਵਾਰਦੀ। ਉਸ ਅੰਦਰ ਨਾਮੋ ਨੂੰ ਲੈ ਕੇ ਈਰਖਾ ਵੀ ਪੈਦਾ ਹੁੰਦੀ ਹੈ। ਦੇਖ ਕੁਜਾਤਨ ਨੂੰ ਰੱਬ ਨੇ ਲੋਹੜਿਆਂ ਦਾ ਹੁਸਨ ਦਿੱਤਾ। ਕਈ ਵਾਰ ਉਸਦੇ ਮਨ ਵਿੱਚ ਆਇਆ ਕਿ ਨਾਮੋ ਨੂੰ ਕੰਮ ਤੋਂ ਹਟਾ ਦੇਵੇ, ਪਰ ਕੰਮ ਵਾਲੀ ਨੂੰ ਕੌਣ ਰੱਖੂ। ਪਰੰਤੂ ਕੁਛ ਸਮੇਂ ਬਾਅਦ ਹੀ ਸੋਚਦੀ, ਅੱਜ ਕੱਲ ਕੰਮ ਵਾਲੀਆਂ ਕਿੱਥੋਂ ਮਿਲਦੀਆਂ ਨੇ, ਆਪਣਾ ਕੀ ਲੈਂਦੀ ਹੈ, ਕਰੀ ਜਾਂਦੀ ਹੈ ਤਾਂ ਕਰੀ ਜਾਣ ਦਿਓ। ਕਈ ਦਿਨਾਂ ਤੋਂ ਬਾਅਦ ਅੱਜ ਦੀ ਸਵੇਰ ਕੁਝ ਵੱਖਰੀ ਵੱਖਰੀ ਲੱਗ ਰਹੀ ਸੀ। ਧੁੰਦ ਰਹਿਣ ਤੋਂ ਪਿੱਛੋਂ ਮੌਸਮ ਵੀ ਕੁਝ ਗਰਮਾਹਟ ਮਹਿਸੂਸ ਹੋ ਰਹੀ ਸੀ। ਸੂਰਜ ਦੀਆਂ ਸੁਨਹਿਰੀ ਕਿਰਨਾਂ ਧੁੰਦ ਨੂੰ ਚੀਰ ਕੇ ਧਰਤੀ ਤੇ ਪਸਰ ਰਹੀਆਂ ਸਨ। ਕਮਲਾ ਅੱਜ ਸਵੇਰੇ ਸਦਿਆਂ ਹੀ ਉੱਠੀ। ਅਜੀਬ ਕਿਸਮ ਦੀ ਸੰਤੁਸ਼ਟੀ ਉਹਦੇ ਚਿਹਰੇ ਤੇ ਦਿਖਾਈ ਦੇ ਰਹੀ ਸੀ। ਸੁਰੇਸ਼ ਸਕੂਲ ਜਾਣ ਦੀ ਤਿਆਰੀ ਕਰ ਰਿਹਾ ਸੀ। ਕਮਲਾ ਸੁਰੇਸ਼ ਵੱਲ ਦੇਖ ਕੇ ਕੁਝ ਕਹਿਣ ਲਈ ਤਾਵਲੀ ਹੋ ਰਹੀ ਸੀ। ਸੁਰੇਸ਼ ਦੇ ਨੇੜੇ ਆਈ, ਬੜੇ ਧੀਮੇ ਸੁਰ ਚ ਕਹਿਣ ਲੱਗੀ, ਹੈਰੋ ਜੀ ਤੁਹਾਨੂੰ ਇੱਕ ਗੱਲ ਦੱਸਣੀ ਆ। ਦੱਸ ਕੀ ਗੱਲ ਹੈ, ਬੈਠੋ ਤਾਂ ਸਹੀ, ਦੱਸਦੀ ਹਾਂ, ਮੈਨੂੰ ਦੇਰ ਹੋ ਜਾਵੇਗੀ, ਜਲਦੀ ਜਲਦੀ ਦੱਸ ਗੱਲ ਕੀ ਹੈ। ਤੁਹਾਡੇ ਲਈ ਖੁਸ਼ਖਬਰੀ ਹੈ, ਸੁਣ ਕੇ ਹੈਰਾਨ ਹੋ ਜਾਓਗੇ। ਅਜਿਹੀ ਕਿਹੜੀ ਗੱਲ ਹੈ ਬਈ ਜਿਸ ਨੂੰ ਸੁਣ ਕੇ ਹੈਰਾਨ ਹੋ ਜਾਵੋਗੇ। ਦੱਸਦੀ ਹਾਂ, ਕਿਉਂ ਕਾਹਲੀ ਕਰ ਦਿਓ, ਤੁਸੀਂ ਜਲਦੀ ਬਾਪ ਬਣਨ ਵਾਲੇ ਹੋ। ਸੁਰੇਸ਼ ਸੁਣਦੇ ਸਾਰ ਹੀ ਵਾਕ ਰਹਿ ਗਿਆ, ਉਸਨੂੰ ਯਕੀਨ ਹੀ ਨਹੀਂ ਆ ਰਿਹਾ ਸੀ। ਕਮਲਾ ਇਹ ਤਾਂ ਕਮਾਲ ਕਰ ਦਿੱਤੀ ਤੈ, ਕੱਲ ਹੀ ਮੈਂ ਆਪਣੇ ਲੇਡੀ ਡਾਕਟਰ ਕੋਲ ਚੈੱਕਅਪ ਕਰਵਾਉਣ ਗਈ ਸੀ। ਆਹ ਤਾਂ ਕਮਲਾ ਤੂੰ ਕਮਾਲ ਕਰ ਦਿੱਤੀ, ਹੁਣ ਤੈਨੂੰ ਵੱਧ ਤੋਂ ਵੱਧ ਰੈਸਟ ਕਰਨੀ ਚਾਹੀਦੀ ਹੈ, ਅਤੇ ਨਾਮੋ ਨੂੰ ਕਹਿ ਦੇਵੀ ਕਿ ਘਰ ਦਾ ਸਾਰਾ ਕੰਮ ਉਸਨੇ ਹੀ ਕਰਨਾ ਹੈ। ਤੁਸੀਂ ਤਾਂ ਫੇਰ ਨਾਮੋ ਲਾਈ ਹੈ, ਉਹ ਵੀ ਤਾਂ ਮਾਂ ਬਣਨ ਵਾਲੀ ਹੈ, ਪਰ ਫੇਰ ਵੀ ਤਕੜੀ ਹੈ, ਸਾਰਾ ਕੰਮ ਕਰਕੇ ਹੀ ਜਾਂਦੀ ਹੈ। ਅੱਛਾ ਮੈਂ ਸਕੂਲ ਚੱਲਿਆ, ਬਹੁਤ ਦੇਰ ਹੋ ਗਈ। ਕਮਲਾ ਸਰੀਰਕ ਪੱਖੋਂ ਕਾਫੀ ਕਮਜ਼ੋਰ ਸੀ, ਉਸਦਾ ਖੂਨ ਵੀ ਘੱਟ ਸੀ ਤੇ ਅਕਸਰ ਬਿਮਾਰ ਹੀ ਰਹਿੰਦੀ। ਲੇਡੀ ਡਾਕਟਰ ਨੇ ਉਸਨੂੰ ਬੈੱਡ ਰੈਸਟ ਲਈ ਕਿਹਾ। ਜਿੱਥੇ ਘਰ ਵਿੱਚ ਬੱਚੇ ਦੇ ਆਉਣ ਦਾ ਚਾਅ ਸੀ, ਉੱਥੇ ਕਮਲਾ ਦੇ ਮਨ ਵਿੱਚ ਸ਼ੱਕ ਵੀ ਪਲ ਰਿਹਾ ਸੀ, ਭਾਵੇਂ ਸੁਰੇਸ਼ ਉਸਦਾ ਪੂਰਾ ਖਿਆਲ ਰੱਖਦਾ ਸੀ। ਨਾਮੋ ਹਰ ਰੋਜ਼ ਉਸੇ ਤਰ੍ਹਾਂ ਹੀ ਸਜੀ ਸਮਰੀ ਆਉਂਦੀ। ਸੁਰੇਸ਼ ਉਸ ਵੱਲ ਦੇਖ ਕੇ ਆਪਣੇ ਅੰਦਰ ਹੀ ਅੰਦਰ ਕਈ ਤਰ੍ਹਾਂ ਦੇ ਖਿਆਲੀ ਪਲਾਉ ਬਣਾਉਂਦਾ ਰਹਿੰਦਾ। ਹਰ ਰੋਜ਼ ਹੀ ਸੋਚਦਾ ਕਿ ਅੱਜ ਸਵੇਰੇ ਹੀ ਉਹ ਨਾਮੋ ਨੂੰ ਬੁਲਾ ਕੇ ਆਪਣੇ ਦਿਲ ਦੀ ਗੱਲ ਕਰੇਗਾ, ਜੋ ਉਹ ਕਈ ਵਾਰ ਆਪਣੇ ਸੁਪਨਿਆਂ ਵਿੱਚ ਕਹਿ ਸਕਿਆ ਸੀ, ਪਰੰਤੂ ਉਸਦੇ ਸਾਹਮਣੇ ਨਾ ਕਹਿ ਸਕਿਆ। ਬਸ ਆਪਣੇ ਖਿਆਲਾਂ ਚ ਨਾਮੋ ਬਾਰੇ ਸੋਚਦਾ ਰਹਿੰਦਾ, ਕਿਵੇਂ ਹੁਣ ਉਸਦੇ ਗਦਰਾਏ ਅੰਗ ਪਹਿਲਾਂ ਨਾਲੋਂ ਹੋਰ ਵੀ ਭਰ ਆਏ ਸੀ, ਉਸਦੇ ਜਿਸਮ ਦੇ ਪਏ ਕੱਪੜਿਆਂ ਚੋਂ ਬਾਹਰ ਨਿਕਲਦੇ ਜਾਪਦੇ। ਖਿਆਲਾਂ ਹੀ ਖਿਆਲਾਂ ਚ ਉਸਨੂੰ ਆਪਣੇ ਨਾਲ ਹੀ ਪਈ ਚਿਤ ਵਧਾ, ਪਰ ਕੁਝ ਹੀ ਪਲਾਂ ਬਾਅਦ ਆਪਣੀ ਸਚੇਤ ਅਵਸਥਾ ਚ ਪਰਤ ਆਉਂਦਾ ਅਤੇ ਆਪ ਹੀ ਆਪਣੇ ਆਪ ਨੂੰ ਕੋਸਦਾ, ਸ਼ੀਸ਼ੀ ਮੈਂ ਇਸ ਤਰ੍ਹਾਂ ਵੀ ਸੋਚ ਸਕਦਾ ਹਾਂ, ਨਹੀਂ ਇਹ ਗੱਲਾਂ ਤੇਰੇ ਲਈ ਠੀਕ ਨਹੀਂ। ਸੁਰੇਸ਼ ਕਿੰਨਾ ਹੀ ਚਿਰ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ। ਕਮਲਾ ਦੀ ਹਾਲਤ ਕਈ ਵਾਰੀ ਇੰਨੀ ਵਿਗੜ ਜਾਂਦੀ ਕਿ ਉਸਨੂੰ ਹਸਪਤਾਲ ਦਾਖਲ ਕਰਵਾਉਣਾ ਪੈਂਦਾ। ਲੇਡੀ ਡਾਕਟਰ ਉਸਨੂੰ ਹਮੇਸ਼ਾ ਖੁਸ਼ ਰਹਿਣ ਲਈ ਕਹਿੰਦੀ। ਸੁਰੇਸ਼ ਕਮਲਾ ਨੂੰ ਇਹ ਸਮਝਾਉਂਦਾ, ਕਮਲਾ ਹੁਣ ਤੂੰ ਇੱਕ ਨਹੀਂ ਦੋ ਹੈ, ਤੈਨੂੰ ਆਪਣੇ ਨਾਲ ਨਹੀਂ ਉਸ ਲਈ ਖੁਸ਼ ਹੋ ਕੇ ਜਾਣਾ ਪਵੇਗਾ, ਜਿਸ ਦੀ ਉਡੀਕ ਆਪਾਂ ਨੂੰ ਕਿੰਨੇ ਸਾਲਾਂ ਤੋਂ ਕਰ ਰਹੇ ਹਾਂ। ਫਿਰ ਤੁਸੀਂ ਕਿਉਂ ਮੇਰੇ ਕੋਲੋਂ ਦੂਰ ਦੂਰ ਰਹਿੰਦੇ ਹੋ, ਮੇਰੇ ਵਿੱਚ ਕਿਹੜੀ ਘਾਟ ਹੈ ਜਿਹੜੀ, ਕਮਲਾ ਨੇ ਮਨ ਦੀ ਗੱਲ ਬੁੱਲਾਂ ਤੇ ਲਿਆਉਂਦੀ ਹੋਈ ਨੇ ਕਿਹਾ। ਬਸ ਤੂੰ ਤਾਂ ਐਵੇਂ ਦਿਲੋਂ ਲਾ ਲੈਂਦੀ ਹੈ, ਮੈਂ ਤਾਂ ਸਾਰੇ ਦਾ ਸਾਰਾ ਤੇਰਾ ਹਾਂ। ਨਾਮੋ ਵੀ ਕਮਲਾ ਦਾ ਹਾਲ
ਉੱਛਣ ਲਈ ਹਸਪਤਾਲ ਆਈ। ਆਪਣੀ ਮਾਲਕਣ ਨੂੰ ਬੜੇ ਪਿਆਰ ਨਾਲ ਕਹਿੰਦੀ, ਬੀਬੀ ਜੀ ਮੈਂ ਵੀ ਤੁਹਾਡੇ ਵਾਕਣਾ, ਹਮੇਸ਼ਾ ਖੁਸ਼ ਹੀ ਰਹਿੰਦੀ ਹਾਂ, ਤੁਸੀਂ ਵੀ ਖੁਸ਼ ਰਿਹਾ ਕਰੋ ਤਾਂ ਹੀ ਠੀਕ ਰਹੋਗੇ। ਕਮਲਾ ਤਾਂ ਜਿਵੇਂ ਸਾਰਿਆਂ ਦੀਆਂ ਨਸੀਹਤਾਂ ਸੁਣ ਸੁਣ ਕੱਕ ਗਈ ਸੀ, ਪਰੰਤੂ ਉਸਦੇ ਮਨ ਦੀ ਬੇਦਰਾਂ ਕੌਣ ਸਮਝੇ, ਸ਼ਾਇਦ ਇਸੇ ਲਈ ਉਸਦਾ ਸੁਭਾਅ ਚਿੜਚਿੜਾ ਹੋ ਗਿਆ ਸੀ। ਸੁਰੇਸ਼ ਦੇ ਅੰਦਰ ਅਜੀਬ ਕਿਸਮ ਦੀ ਕਸ਼ਮਕਸ਼ ਚੱਲਦੀ ਰਹਿੰਦੀ, ਇੱਕ ਬੇਚੈਨੀ ਜਿਹੀ, ਇੱਕ ਭਾਜੜ ਜਿਹੀ ਆਪਣੇ ਅੰਦਰੋਂ ਉੱਠੀ ਪਿਆਸ ਬੁਝਾਉਣ ਲਈ ਸੋਚਦਾ ਰਹਿੰਦਾ, ਪਰ ਸਮਾਜਿਕ ਪ੍ਰਤੀਮਾਨਾਂ ਤੋਂ ਡਰਦਾ, ਕੁਝ ਨਾ ਕਰ ਸਕਦਾ। ਉਹ ਨਾ ਮੋਹ ਨੂੰ ਦੇਖਦਾ, ਚਿਤਵਦਾ, ਮਹਿਸੂਸਦਾ, ਪਰੰਤੂ ਕਰ ਕੁਝ ਵੀ ਨਾ ਸਕਦਾ। ਕਈ ਵਾਰ ਉਸਨੂੰ ਬੁਲਾਉਂਦਾ, ਫੇਰ ਕਹਿ ਦਿੰਦਾ ਕੋਈ ਗੱਲ ਨਹੀਂ। ਕਮਲਾ ਵੀ ਹੁਣ ਘਰੇ ਹੀ ਬੈੱਡ ਰੈਸਟ ਕਰ ਰਹੀ ਸੀ। ਰਿਸ਼ਤੇਦਾਰਾਂ ਵਿੱਚੋਂ ਕਦੇ ਕੋਈ ਸੇਵਾ ਲਈ ਹਾਜ਼ਰ ਰਹਿੰਦਾ, ਘਰ ਵਿੱਚ ਕੋਈ ਤੀਸਰਾ ਹੁੰਦਾ ਤਾਂ ਕਮਲਾ ਨੂੰ ਤਸੱਲੀ ਮਹਿਸੂਸ ਹੁੰਦੀ। ਨਾ ਮੂੰਹ ਵੀ ਘਰ ਦਾ ਕੰਮ ਕਰ ਜਾਂਦੀ। ਸੁਰੇਸ਼ ਕਦੇ ਕਦੇ ਛੁੱਟੀ ਕਰ ਲਿਆ ਕਰਦਾ, ਜ਼ਿਆਦਾ ਸਮਾਂ ਘਰ ਹੀ ਬਿਤਾਉਂਦਾ। ਆਖਰ ਉਡੀਕ ਕਰਦੇ ਕਰਦੇ ਸਮਾਂ ਆ ਗਿਆ। ਬੜੇ ਹੀ ਯਤਨਾਂ ਤੋਂ ਬਾਅਦ ਵੱਡੇ ਆਪਰੇਸ਼ਨ ਨਾਲ ਕਮਲਾ ਦੇ ਮੁੰਡਾ ਹੋਇਆ, ਜੋ ਸਮੇਂ ਤੋਂ ਪਹਿਲਾਂ ਹੀ ਜੀ ਉਹਦੇ ਵਿੱਚ ਕੋਈ ਨੈਟਵਰਕ ਦਾ ਮਸਲਾ ਆ ਗਿਆ, ਥੋੜ੍ਹਾ ਇੰਤਜ਼ਾਰ ਕਰ ਲੈਂਦੇ ਉਹਨਾਂ ਦਾ ਨਕਸ਼ਾ ਉਹਦਾ, ਵਰਨਾ ਫਿਰ ਅਸੀਂ ਤਕਲੀਫ ਦੇਵਾਂਗੇ ਦਰਸ਼ਨ ਜੋਗਾ ਹੋਰਾਂ ਨੂੰ ਕਿ ਉਹ ਅਗਰ ਨਹੀਂ ਜੁੜਦੇ ਤਾਂ ਉਹ ਆਪਣੀ ਕਹਾਣੀ ਜ਼ਰੂਰ ਸਾਂਝੀ ਕਰ ਲੈਣ, ਅਸੀਂ ਉਹ ਵੇਲਾ ਜਿਹੜਾ ਕਿਸੇ ਪਾਸੇ ਨਾਲ ਲੈ ਕੇ ਟੁਰੇ ਰੱਖੀਏ। ਜੀ ਦਰਸ਼ਨ ਵੀਰ ਜੀ ਤੁਸੀਂ ਸ਼ੁਰੂ ਕਰੋ, ਆਉਣਗੇ ਤਾਂ ਫਿਰ ਅਸੀਂ ਪਿੱਛੋਂ ਸੁਣ ਲਵਾਂਗੇ ਕਹਾਣੀ ਹੁੰਦੀ, ਕਿਉਂਕਿ ਨੈੱਟ ਦਾ ਕੋਈ ਮਸਲਾ ਲੱਗ ਰਿਹਾ। ਹਾਂਜੀ ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਰਾਮ ਸਰੂਪ ਪਣਖੀ ਜੀ ਦੇ ਜਨਮ ਦਿਨ ਦੇ ਉੱਤੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਜਿਹੜੇ ਸਾਰੇ ਹੀ ਦੋਸਤ ਇੱਥੇ ਸੱਜਣ ਇਕੱਠੇ ਹੋਏ ਨੇ, ਅਤੇ ਉਹਨਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਆਪਣਾ ਅਜ਼ਮ ਮਲਿਕ ਜੀ, ਡਾਕਟਰ ਕਰਾਮਤ ਮਗਲ ਜੀ, ਜਹੀਦ ਹਸਨ ਜੀ ਅਤੇ ਭੁਪਿੰਦਰ ਬੇਦੀ ਜੀ, ਅਤੇ ਜਿਨ੍ਹਾਂ ਦੇ ਇਹ ਉੱਦਮ ਸਦਕਾ ਮੈਂ ਕਹਿ ਸਕਦਾ ਜਾਂ ਹਿੰਮਤ ਸਦਕਾ ਇਹ ਦੋਵੇਂ ਪੰਜਾਬ ਇਕੱਠੇ ਹੋਏ ਨੇਗੇ। ਆਪਣਾ ਸਹਿਤ ਸਭਾ ਧੌਲਾ, ਰਾਮ ਸਰੂਪ ਸਹਿਤ ਸਭਾ ਧੌਲਾ, ਉਹਨਾਂ ਦੇ ਜਿਹੜੇ ਪ੍ਰਧਾਨ ਨੇਗੇ ਬੇਅੰਤ ਬਾਜਵਾ, ਇਹਨਾਂ ਸਾਰਿਆਂ ਨੂੰ ਮੈਂ ਹੀ ਮੁਬਾਰਕਬਾਦ ਦਿੰਦਾ। ਅਤੇ ਦੂਸਰੀ ਗੱਲ ਦੀ ਮੈਨੂੰ ਖੁਸ਼ੀ ਹੋਈ ਹੈ ਕਿ ਸਾਡੇ ਬਹੁਤ ਹੀ ਸਿਰਮੌਰ ਨਾਵਲਕਾਰ, ਵੱਡੇ ਕਥਾਕਾਰ ਰਾਮ ਸਰੂਪ ਪਣਖੀ ਨੂੰ ਅਸੀਂ ਉਸੇ ਢੰਗ ਨਾਲ ਯਾਦ ਕਰ ਰਹੇ ਹਾਂ ਜਿਸ ਰਾਹੀਂ ਸਾਨੂੰ ਯਾਦ ਕਰਨਾ ਬਣਦਾ। ਮੈਨੂੰ ਲੱਗਦਾ ਹੈ ਕਿ ਅਸੀਂ ਜਿੰਨੇ ਕਲਮਕਾਰ ਹਾਂ ਅਤੇ ਉਹਨਾਂ ਨੂੰ ਕੋਈ ਉਸ ਤਰ੍ਹਾਂ ਦੀਆਂ ਮੋਮਬੱਤੀਆਂ, ਕੇਕ ਕੱਟਣ ਦੀ ਜ਼ਰੂਰਤ ਨਹੀਂ ਪੈਂਦੀ। ਉਹ ਬੜੀ ਖੂਬਸੂਰਤੀ ਨਾਲ ਇਹ ਜਿਹੜਾ ਹੈ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ। ਅੱਛਾ ਭੁਪਿੰਦਰ ਜੀ, ਤੁਸੀਂ ਤੁਹਾਡਾ ਮਾਇਕ ਬੰਦ ਏ ਤੁਹਾਡੇ ਵੱਲੋਂ, ਭੁਪਿੰਦਰ ਵੀਰ ਜੀ ਤੁਹਾਡਾ ਮਾਇਕ ਖੋਲੋ ਤੇ ਫਿਰ ਬਾਕੀ ਕਹਾਣੀ ਸੁਣਾ ਲਓ। ਜੇ ਮਾਇਕ ਤੁਹਾਡੇ ਵੱਲੋਂ ਬੰਦ ਏ, ਤੁਹਾਡੀ ਸਕਰੀਨ ਤੇ ਨਾ ਮਾਇਕ ਨੂੰ ਲਾਲ ਜਿਹਾ ਬਟਨ ਲੱਗਾ ਹੋਇਆ, ਇਹਨੂੰ ਜ਼ਰਾ ਖੋਲ ਲਵੋ। ਅਗਰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਨਾ ਜੀ, ਤੁਸੀਂ ਮਾਇਕ ਆਪਣਾ ਤੁਹਾਡੇ ਵੱਲੋਂ ਬੰਦ ਏ ਜੀ, ਤੁਹਾਡੇ ਵੱਲੋਂ ਬੰਦ ਏ, ਤੁਹਾਡੇ ਸਕਰੀਨ ਤੇ ਮਾਇਕ ਦਾ ਲਾਲ ਜਿਹੀ ਲਕੀਰ ਪਈ ਏ ਜੀ। ਇੱਕ ਮਿੰਟ ਸਾਹਿਬ ਜ਼ਰਾ ਵੇਖ ਲਓ ਜੀ। ਜੀ ਹੈਲੋ ਜੀ, ਸ਼ੁਰੂ ਕਰੋ। ਮੇਰੀ ਆਵਾਜ਼ ਆ ਰਹੀ ਜੀ? ਆ ਰਹੀ ਬਿਲਕੁਲ ਆ ਰਹੀ। ਕਹਾਣੀ ਕਹਾਣੀ ਪੜਾ ਕਿ ਇੱਕ ਅੱਧੀ ਗੱਲ ਕਰ ਸਕਦਾ? ਜੀ ਜੀ ਕਰੋ, ਗੱਲ ਵੀ ਕਰੋ ਜੀ। ਕਹਾਣੀ ਜਿਸ ਤਰ੍ਹਾਂ ਡਾਕਟਰ ਕਰਾਮਤ ਮੁਗਲ ਸਾਹਿਬ ਨੇ ਫੜੀ, ਛੋਟੀ ਜੀ ਕਹਾਣੀ ਪੜ੍ਹੀ ਹੈ ਤੇ ਛੋਟੀ ਕਹਾਣੀ ਵੀ ਪੜ੍ਹ ਸਕਦੇ ਹੋ, ਕਿਉਂਕਿ ਫਿਰ ਅਸੀਂ ਅੱਜ ਦੇ ਪ੍ਰਧਾਨ ਕੋਲ ਵੀ ਜੀ। ਹਾਂ, ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਇਹ ਸਾਹਿਤ ਦੀ ਬਹੁਤ ਵੱਡੀ ਵਿਰਾਸਤ ਹੈ,
ਇਹਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ ਸਾਡੇ ਸਾਰਿਆਂ ਦੀ। ਅਸੀਂ ਵੀ ਸਾਂਭ ਰਹੇ ਹਾਂ ਤੇ ਪਰ ਮੈਨੂੰ ਲੱਗਦਾ ਹੈ ਕਿ ਜੋ ਉਹਨਾਂ ਦੇ ਸਪੁੱਤਰ ਨੇ ਡਾਕਟਰ ਕ੍ਰਾਂਤੀਪਾਲ ਉਹ ਵੀ ਉਹਨੂੰ ਉਸੇ ਹੀ ਸੁਹਿਰਦ ਤਰੀਕੇ ਦੇ ਨਾਲ ਇਸ ਵਿਰਾਸਤ ਨੂੰ ਸੰਭਾਲ ਰਹੇ ਆ। ਉਹ ਸਿਰਫ ਬਾਪ ਬਾਪ ਕਰਕੇ ਨਹੀਂ, ਮੇਰਾ ਖਿਆਲ ਹੈ ਜੋ ਕਹਾਣੀ ਪੰਜਾਬ ਦਾ ਇੱਕ ਵੱਡਾ ਮੈਗਜ਼ੀਨ ਜੋ ਰਾਮ ਸਰੂਪ ਪਣਖੀ ਨੇ ਕੱਢਿਆ ਉਹ ਉਸ ਤੋਂ ਅੱਗੇ ਉਸ ਨੂੰ ਅੱਗੇ ਤੋਰ ਰਹੇ ਹੈਗੇ ਪੰਜਾਬੀ ਸਾਹਿਤ। ਹਾਂਜੀ ਪਤਾ ਲੱਗੇ 100 ਉਹਨਾਂ ਦੇ ਹੋ ਗਏ ਸ਼ਮਾਰੇ, 100 ਇਸ਼ੂ, 100 ਇਸ਼ੂ ਛਪ ਚੁੱਕੇ ਨੇ ਜੀ। ਜੀ ਬੋਲੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਜੋਗਾ ਜੀ? ਰਵਿੰਦਰ ਸਿੰਘ ਬੇਦੀ ਸਾਹਿਬ ਆਏ ਨੇ ਆਵਾਜ਼, ਤੁਸੀਂ ਆਪਣਾ ਮਾਈਕ ਜ਼ਰਾ ਖੋਲ। ਉਹਨਾਂ ਨੇ ਅਸਲ ਚ ਉਧਰੋਂ ਬੰਦ ਹੋਇਆ ਉਹਨਾਂ ਦੇ, ਮੈਂ ਤੇ ਬੜੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਮੇਰੇ ਕਨਵੇ ਹੋ ਜਾਏ ਗੱਲ ਕਿ ਮੈਸੇਜ ਕਰ ਦੋ ਪ੍ਰਾਈਵੇਟ ਚੈਟ ਤੇ। ਅਸਲ ਚ ਇਧਰੋਂ ਕੋਈ ਨੈਟ ਦੀ ਪ੍ਰੋਬਲਮ ਆ ਜਾਂਦੀ ਸੀ ਉਹਦੇ ਕਰਕੇ, ਤੇ ਮੈਂ ਹੁਣ ਆਪਦੀ ਜ਼ਿਆਦਾ ਗੱਲ ਨੂੰ ਇਸ ਨੂੰ ਵਿਸਥਾਰ ਨਾ ਦਿੰਦਾ ਹੋਇਆ ਮੈਂ ਆਪਣੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾ। ਗੱਲਾਂ ਤਾਂ ਮੇਰੇ ਮਨ ਦੇ ਵਿੱਚ ਬਹੁਤ ਚੱਲ ਰਹੀਆਂ ਨੇ ਰਾਮ ਸਰੂਪ ਪਣਖੀ ਜੀ ਬਾਰੇ। ਮੇਰੀ ਕਹਾਣੀ ਦਾ ਨਾਂ ਹੈ, ਹਾਂ ਮੇਰੀ ਕਹਾਣੀ ਦਾ ਨਾਂ ਹੈ ਗੁਆਚਿਆ ਹੋਇਆ ਘਰ। ਲੋਕਾਂ ਨੂੰ ਕਹਿੰਦੇ ਸੁਣਦੀ ਹੁੰਦੀ ਪਤਾ ਨਹੀਂ ਕਦੇ ਆਪਦੀ ਛੱਤ ਹੇਠ ਬੈਠਾਂਗੇ, ਆਪਦਾ ਘਰ ਹੋਵੇਗਾ, ਏਡੀ ਵੱਡੀ ਕੋਠੀ ਚ ਬੈ ਆਪਦੇ ਹੱਥੀਂ ਚਾਵਾਂ ਨਾਲ ਉਸਾਰੀ ਕੋਠੀ ਉਪਰੀ ਲੱਗਦੀ ਹੈ, ਕੰਧਾਂ ਵੀ ਡਰਾ ਰਹੀਆਂ ਨੇ ਇਹਦੀਆਂ, ਮੋਹ ਵੀ ਆਉਂਦਾ ਹੈ ਜੀ। ਉਹਨਾਂ ਦਾ ਵੀ ਨੈੱਟ ਦਾ ਕੋਈ ਮਸਲਾ ਆ ਗਿਆ ਮੈਨੂੰ ਲੱਗਦਾ, ਜਿਹੜਾ ਜਿਹਦਾ ਕੋਈ ਕਹਾਣੀ ਸੁਣਾ ਰਿਹਾ ਉਹਦੇ ਵੱਲ ਕੋਈ ਪ੍ਰੋਬਲਮ ਆ ਰਹੀ। ਹੈਲੋ ਜੀ 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 ਹੈਲੋ ਜੀ ਸਰ, ਆਵਾਜ਼ ਆ ਰਹੀ ਹੈ? ਡਰਾਇੰਗ ਰੂਮ ਦੇ ਆਦਰਸ਼ੀ ਨੂੰ ਲੰਘਣ ਤੋਂ ਵੀ ਡਰ ਲੱਗਦਾ, ਆਪਦਾ ਚਿਹਰਾ ਵੀ ਵੇਖਣ ਤੋਂ ਡਰਦੀ ਆ, ਸਾਰੀ ਰਾਤ ਨੀਂਦ ਨਹੀਂ ਆਈ ਇਸੇ ਕਰਕੇ 3 ਵਜੇ ਦੀ ਉੱਠੀ ਫਿਰਦੀ ਆ, ਸੂਏ ਵਾਲੇ ਮੰਦਰ ਦੇ ਘੜਿਆਲ ਦੀ ਆਵਾਜ਼ ਚਾਹ ਪੀਂਦੀ ਦੇ ਕੰਨੀ ਪੈ ਰਹੀ ਹੈ, ਜੀ ਕਰਦੇ ਤੋਂ ਵੀ ਸਰੀਰ 'ਚ ਹੌਸਲਾ ਨਹੀਂ ਪੈਂਦਾ ਵੀ ਜਾ ਕੇ ਮੱਥਾ ਟੇਕ ਆਵਾਂ, ਦਰਸ਼ਨ ਕਰਨਾ ਵਾਂ ਭਗਵਾਨ ਦੇ, ਹੁਣ ਤਾਂ ਮੰਜੇ ਤੋਂ ਉੱਠਣਾ ਵੀ ਦੁੱਭਰ ਲੱਗਦਾ, ਪਰ ਸਰੀਰ ਦੀ ਬੇਚੈਨੀ ਹੋਈ ਪਈ ਹੈ ਇਸੇ ਕਰਕੇ ਗੇੜੇ ਖਾਂਦੀ ਫਿਰਦੀ ਆ, ਰਮੇਸ਼ ਹੁੰਦੇ ਝੱਟ ਉੱਠ ਖੜ੍ਹਦੀ ਸਾਂ, ਰਸੋਈ 'ਚ ਭਾਂਡਿਆਂ ਦਾ ਖੜਕਾ ਸੁਣ ਕੇ ਉਹ ਵੀ ਉੱਠ ਬਹਿੰਦਾ, ਆਵਾਜ਼ ਮਾਰਦਾ ਸ਼ੀਤਲ 2 ਕੱਪਾਂ 'ਚ ਚਾਹ ਪਾ ਲਿਆ, ਇੱਥੇ ਬੈੱਡ 'ਤੇ ਇਕੱਠੇ ਪੀਵਾਂਗੇ, ਚਾਹ ਦੀਆਂ ਚੁਸਕੀਆਂ ਲੈਂਦਿਆਂ ਟੈਲੀਵਿਜ਼ਨ ਆਨ ਕਰ ਲੈਂਦਾ, ਰਾਮਦੇਵ ਬਾਬਾ ਯੋਗ ਆਸਣ ਕਰਦਾ ਦਿਸਦਾ, ਰਮੇਸ਼ ਉਸੇ ਤਰ੍ਹਾਂ ਨਾਲੋਂ ਨਾਲ ਆਸਣ ਕਰਨ ਲੱਗ ਪੈਂਦਾ, ਬੈਠਾ ਬੈਠਾ ਕਪਾਰ ਭਾਂਤੀ ਕਰਦਾ, ਫੁੰਕਾਰੇ ਜੇ ਮਾਰਦੇ ਨੂੰ ਵੇਖ ਕੇ ਪਹਿਲਾਂ ਪਹਿਲਾਂ ਮੇਰੀ ਹਾਸੀ ਨਿਕਲ ਜਾਂਦੀ, ਰੁਕ ਕੇ ਕਹਿੰਦਾ ਸ਼ੀਤਲ ਤੂੰ ਵੀ ਕਰਿਆ ਕਰ, ਕਿੰਨੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਯੋਗ ਕਰਕੇ, ਦਵਾਈਆਂ ਨਹੀਂ ਖਾਣੀਆਂ ਪੈਂਦੀਆਂ, ਸਰੀਰ ਚੁਸਤ ਫੁਸਤ ਰਹਿੰਦਾ, ਸਾਰਾ ਦਿਨ ਦਾ ਘਰ 'ਚ ਕੰਮ ਕਰੀਂਦਾ, ਉਹ ਸਾਰੇ ਦਿਨ ਦੀ ਕਸਰਤ ਹੀ ਹੈ, ਨਾਲੇ ਮੈਂ ਤਾਂ 9/9 ਹਾਂ, ਤੁਸੀਂ ਕਰ ਲਿਆ ਕਰੋ, ਮੈਂ ਆਪਦਾ ਤਰਕ ਦਿੰਦੀ, ਉਹ ਹੱਸ ਪੈਂਦਾ, ਮੈਂ ਵੀ ਹੱਸਦੀ, ਹੁਣ ਹਾਸੇ ਕਿੱਥੇ ਰਹਿ ਗਏ ਆ, ਲੈ ਗਿਆ ਨਾਲ ਹੀ ਪਰਾਂ 'ਚ ਲੈ ਗਈ ਮੌਤ ਖੋਹ ਕੇ ਮੇਰੇ ਹੱਥਾਂ 'ਚੋਂ, ਚੰਦਰੀ ਹਾਰਟ ਅਟੈਕ ਦੀ ਬਿਮਾਰੀ ਨੇ ਕੋਈ ਗੱਲ ਵੀ ਨਾ ਹੋਣ ਦਿੱਤੀ, ਅੰਦਰ ਹੀ ਲੈ ਗਿਆ ਸਭ ਕੁਝ, ਤੁਰ ਗਿਆ ਚੁੱਪ ਕਰਕੇ, ਮੈਨੂੰ ਛੱਡ ਗਿਆ ਦੰਡ ਭੋਗਣ ਨੂੰ, ਮਨ ਬੁਝਿਆ ਪਿਆ, ਹੋਰ ਹੀ ਪੁੱਠੇ ਪੁੱਠੇ ਖਿਆਲ ਆਉਂਦੇ ਨੇ, ਮੰਦਰ ਜਾਣ ਬਾਰੇ ਸੋਚਦੀ ਹਾਂ ਤਾਂ ਮਨ ਕਹਿੰਦਾ ਕੀ ਖੱਟ ਲਿਆ ਪਹਿਲਾਂ ਮੰਦਰ ਜਾ ਕੇ, ਇੰਨਾ ਭਗਵਾਨ ਦਾ ਨਾਂ ਲੈ ਕੇ, ਜੇ ਇਹੀ ਹੋਣਾ ਸੀ ਤਾਂ ਕੀ ਦਿੱਤਾ ਭਗਵਾਨ ਨੇ,
ਔਖੀ ਹੋਈ ਭਗਵਾਨ ਨੂੰ ਉਲਾਂਭੇ ਦੇਈ ਜਾਂਦੀ ਹਾਂ। ਓਮ ਜੈ ਜਗਦੀਸ਼ ਹਰੇ ਦੀ ਆਵਾਜ਼ ਨਾਲ ਆਰਤੀ ਦੀ ਧੁਨ ਵੱਜਣ ਲੱਗਦੀ ਹੈ। ਲਾਬੀ ਵਿੱਚ ਲੱਗੀ ਸੰਗੀਤਕ ਘੰਟੀ ਦੀ ਆਵਾਜ਼ ਹੈ, ਦੁੱਧ ਵਾਲਾ ਹੋਵੇਗਾ, ਇਹ ਹੀ ਸੰਦੇਹਾ ਆ ਕੇ ਘੰਟੀ ਵਜਾਉਂਦਾ। ਕਿੰਨੀ ਮਿੱਠੀ ਲੱਗਦੀ ਸੀ ਇਹ ਸੰਗੀਤਕ ਧੁਨ। ਰਮੇਸ਼ ਨੇ ਜਿਸ ਦਿਨ ਘੰਟੀ ਲਗਵਾਈ ਸੀ ਤਾਂ ਕਹਿੰਦਾ, ਸ਼ੀਤਲ, ਟਰਨ ਟਰਨ ਵਾਲੀਆਂ ਘੰਟੀਆਂ ਤਾਂ ਅੰਦਰ ਹਿਲਾ ਕੇ ਰੱਖ ਦਿੰਦੀਆਂ, ਸੁੱਤਾ ਪਿਆ ਬੰਦਾ ਤਰਬ ਕੇ ਉੱਠਦਾ ਜਿਵੇਂ ਪਤਾ ਨਹੀਂ ਕੀ ਹੋ ਗਿਆ। ਸਾਡੇ ਬੈਂਕਾਂ ਵਿੱਚ ਤਾਂ ਇਸ ਤਰ੍ਹਾਂ ਦੀਆਂ ਘੰਟੀਆਂ ਖਤਰੇ ਦਾ ਸਾਇਰਨ ਹੁੰਦੀਆਂ ਨੇ, ਲੋਕ ਪਤਾ ਨਹੀਂ ਕਿਵੇਂ ਘਰਾਂ 'ਚ ਲਵਾਈ ਬੈਠੇ ਆ। ਆਉਣ ਵਾਲਾ ਜਦੋਂ ਗੇਟ 'ਤੇ ਘੰਟੀ ਦਾ ਬਟਨ ਦਬਾਊ, ਰੱਬ ਦਾ ਨਾਂ ਤਾਂ ਕੰਨਾਂ 'ਚ ਪਿਆ ਕਰੂ। ਸੰਗੀਤ ਨਾਲ ਘਬਰਾਹਟ ਨਹੀਂ ਹੁੰਦੀ, ਸਗੋਂ ਮਨ ਖੁਸ਼ ਹੁੰਦਾ। ਉਸ ਦਿਨ ਕਿੰਨਾ ਚਿਰ ਗੇਟ 'ਤੇ ਜਾ ਕੇ ਵਾਰ ਵਾਰ ਬਟਨ ਦਬਾਉਂਦਾ ਰਿਹਾ ਜਿਵੇਂ ਉਸ ਨੂੰ ਖਾਸ ਹੀ ਆਨੰਦ ਆ ਰਿਹਾ ਹੋਵੇ। ਅਣਸਰਦੇ ਨੂੰ ਉੱਠਦੀ ਹਾਂ, ਪਤਾ ਇਹਨਾਂ ਨੇ ਤਾਂ ਉੱਠਣਾ ਨਹੀਂ, ਦੁੱਧ ਤਾਂ ਪਵਾ ਕੇ ਧਾਰ ਹੀ ਦੇਵਾਂ। ਰਸੋਈ 'ਚ ਦੁੱਧ ਵਾਲਾ ਬਰਤਨ ਲੈ ਪੋਰ 'ਚ ਹੇਠਾ ਬਾਹਰਲੇ ਬਲਬ ਦਾ ਬਟਨ ਦਬਾਉਂਦੀ ਹਾਂ। ਗਲੀ ਚਾਨਣ ਨਾਲ ਭਰ ਜਾਂਦੀ ਹੈ। ਗੇਟ ਖੋਲ੍ਹਦੀ ਹਾਂ, ਸ਼ੰਕਰ ਦੁੱਧ ਵਾਲੇ ਢੋਲ ਵਿੱਚ ਮਿਣਤੀ ਕਰਨ ਵੇਲੇ ਮੱਗ ਨਾਲ ਦੁੱਧ 'ਚ ਵੀ ਹੱਥ ਪਾ ਰਿਹਾ। ਦੁੱਧ 'ਚ ਇਸ ਤਰ੍ਹਾਂ ਹੱਥ ਪਾਉਣਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ, ਸਗੋਂ ਅਲਕਤ ਆਉਂਦੀ ਹੈ। ਕਿੰਨੇ ਵਾਰੀ ਇਸ ਨੂੰ ਟੋਕਿਆ ਪਰ ਇਹਦੀ ਆਦਤ ਨਹੀਂ ਸੁਧਰਦੀ। ਦੁੱਧ ਡੋਲੂ 'ਚ ਪਾ ਕੇ ਸੰਭੂ ਜੇਬ ਵਿੱਚੋਂ ਪਰਚੀ ਕੱਢਦਾ। ਲੈ ਬੀਬੀ ਜੀ, ਲੋ ਬੀਬੀ ਜੀ, ਇਸ ਮਹੀਨੇ ਕਾ ਹਿਸਾਬ 985 ਰੁਪਏ ਬਣੇ ਹੈ। ਅੱਛਾ ਭਾਈ, ਜਬ ਦੁੱਧ ਪੀਤੇ ਹੈ ਤੋ ਬਣਨੇ ਹੀ ਨੇ। ਮੇਰਾ ਉੱਤਰ ਹਾਲੇ ਮੂੰਹੋਂ ਨਿਕਲਿਆ ਹੀ ਹੈ। ਉਹ ਫਿਰ ਬੋਲਦਾ, ਬੀਬੀ ਜੀ, ਦਿਨ ਕੇ ਟਾਈਮ ਆਇਆ ਨਹੀਂ ਜਾਤਾ, ਜ਼ਰੂਰਤ ਸੀ ਹੈ, ਕਾਕਾ ਕਈ ਦਿਨੋਂ ਕਾ ਮਗਰ ਪੜਾ, ਕਹਿਤਾ ਬੂਟ ਲੈਣੇ ਹੈ, ਜੇ ਹੈਨ ਤਾਂ ਦੇ ਦਿਓ। ਦੁੱਧ 'ਤੇ ਪਰਚੀ ਲੈ ਅੰਦਰ ਆਉਂਦੀ ਹਾਂ, ਪੈਸੇ ਗਿਣ ਕੇ ਗਲੀ 'ਚ ਆ ਸ਼ੰਕਰ ਨੂੰ ਫੜਾ ਕਹਿੰਦੀ ਹਾਂ, ਲੈ ਭਾਈ ਐਤਕੀ ਦੇ ਤੇਰੇ ਪੈਸੇ, ਅੱਗੇ ਜਿਵੇਂ ਹੋਊ ਉਵੇਂ ਸਹੀ। ਉਹ ਹੱਸਦਾ ਹੈ, ਨਹੀਂ ਬੀਬੀ ਜੀ, ਐਸੀ ਕੋਈ ਬਾਤ ਨਹੀਂ। ਉਸਨੂੰ ਕੀ ਪਤਾ ਮੇਰੇ ਅੰਦਰ ਕੀ ਬੀਤੀ ਜਾਂਦੀ ਹੈ। ਵਾਪਸ ਅੰਦਰ ਵੱਲ ਮੁੜ ਰਹੀ ਹਾਂ, ਖਿਆਲਾਂ ਦੀ ਲੜੀ ਫਿਰ ਹੋਰ ਪਿਛਾਂਹ ਨੂੰ ਤੁਰ ਪੈਂਦੀ ਹੈ। ਛੋਟੇ ਹੁੰਦੇ ਰਾਜਨ ਦਾ ਚਿਹਰਾ ਸਾਹਮਣੇ ਆ ਜਾਂਦਾ, ਇਹਦੇ ਬੂਟ ਵਰਦੀ ਫਟਾਫਟ ਕਹਿ ਕੇ ਇਹਦੇ ਪਾਪਾ ਤੋਂ ਮੰਗਵਾਉਂਦੀ ਹੁੰਦੀ ਸਾਂ, ਕਦੇ ਮਿੰਟ ਲੇਟ ਨਹੀਂ ਹੋਣ ਦਿੱਤੇ ਸੀ। ਕਾਲਜ ਪੜ੍ਹਨ ਲੱਗਿਆ ਸਜ਼ਾ ਸਵਾਰ ਕੇ ਤੋਰਦੀ, ਵਧੀਆ ਤੋਂ ਵਧੀਆ ਜੀਨਾ ਪਾਉਂਦਾ, ਮਹਿੰਗੇ ਮਹਿੰਗੇ ਬੂਟ, ਮੇਰੇ ਵੀ ਧਰਤੀ 'ਤੇ ਪੈਰ ਨਾ ਲੱਗਦੇ। ਜਦੋਂ ਰਾਜਨ ਦੀ ਕਿਸੇ ਵੀ ਜਮਾਤ ਦਾ ਨਤੀਜਾ ਆਉਂਦਾ ਹਰ ਵਾਰੀ ਫਸਟ ਆਉਂਦਾ, MSC 'ਚੋਂ ਵਧੀਆ ਨੰਬਰ ਲਏ, ਇਹਦੇ ਪਾਪਾ ਫੁੱਲੇ ਨਾ ਸਮਾਉਣ। ਮੈਨੂੰ ਕਹਿੰਦੇ ਇਹਦੀ ਖੁਸ਼ੀ 'ਚ ਮਸੂਰੀ ਦਾ ਟੂਰ ਲਾਵਾਂਗੇ। ਰਮੇਸ਼ ਨੇ ਬੈਂਕ ਤੋਂ ਹਫ਼ਤੇ ਦੀ ਛੁੱਟੀ ਲੈ ਲਈ, ਮੈਨੂੰ ਸਕੂਲਾਂ ਦੀਆਂ ਛੁੱਟੀਆਂ ਸੀ। ਮਮਤਾ ਨੂੰ ਦੱਸਿਆ, ਉਹ ਖੁਸ਼ੀ 'ਚ ਚਹਿਕ ਉੱਠੀ। ਸਾਹਮਣੇ ਸ਼ੋਅ ਕੇਸ 'ਚੋਂ ਦੋਵੇਂ ਭੈਣ ਭਰਾਵਾਂ ਦੀ ਫੋਟੋ ਪਈ ਦਿਸਦੀ ਹੈ। ਮਸੂਰੀ ਖਿੱਚੀ ਸੀ ਪਹਾੜੀ 'ਤੇ ਖੜਿਆਂ ਦੀ ਇੱਕ ਫੋਟੋਗ੍ਰਾਫਰ ਨੇ। ਹੁਣ ਉਸੇ ਭੈਣ ਨੂੰ ਬੁਲਾਉਣਾ ਵੀ ਨਹੀਂ ਚਾਹੁੰਦਾ ਚੰਦਰੇ ਮੂੰਹ ਵਾਲਾ, ਆਨੇ ਬਹਾਨੇ ਉਸ 'ਤੇ ਚਿੜਦਾ। ਹਾਲਾਂਕਿ ਉਹ ਆਪਦੇ ਘਰ ਬਾਰ ਦੀ ਹੈ, ਇਹਦੇ ਬਰਾਬਰ ਦੀ ਹੈ, ਨੌਕਰੀ ਕਰਦੀ ਹੈ, ਇਹ ਤੋਂ ਕੀ ਧਰਾਉਂਦੀ ਹੈ, ਪਰ ਆਪਦੀ ਮੇਲ ਕੁਛ ਕਰਨ ਵਾਸਤੇ ਕਿੰਨਾ ਕੁਛ ਉਗਲਦਾ ਮਮਤਾ ਨੂੰ। ਜਦ ਉਹਦੀ ਗੱਲ ਕਰਦੀ ਹਾਂ ਤਿਉੜੀ ਮੱਥੇ 'ਚ ਪੈ ਜਾਂਦੀ ਹੈ। ਮੇਰੇ ਵਾਸਤੇ ਤਾਂ ਦੇਵੀ ਰੂਪ ਹੈ ਮੇਰੀ ਧੀ, 12 ਸਾਲ ਹੋ ਗਏ ਸੀ ਮੇਰੀ ਕੁੱਖ ਸੁੰਨੀ ਪਈ ਸੀ, ਕਿੰਨਾ ਉਦਾਸ ਰਹਿੰਦੀ ਸੀ ਮੈਂ। ਸ਼ਾਮ ਨੂੰ ਜਦੋਂ ਰਮੇਸ਼ ਘਰੇ ਆਉਂਦਾ ਮੇਰਾ ਚਿਹਰਾ ਵੇਖ ਕੇ ਚੁੱਪ ਹੋ ਜਾਂਦਾ, ਅੰਦਰੇ ਅੰਦਰ ਉਹ ਵੀ ਤਰਸਿਆ ਪਿਆ ਸੀ ਬੱਚੇ ਦੀ ਕਿਲਕਾਰੀ ਨੇ। ਸੱਸ ਵਾਰ ਵਾਰ ਚੋਭਾ ਦਿੰਦੀ, ਇਹਦਾ ਛੋਟਾ ਭਾਈ ਛਵੀ ਅੱਡ ਮੇਰੇ ਅੱਗੇ ਪਿੱਛੇ ਫਿਰਦਾ ਰਹਿੰਦਾ, ਇਹ ਤਾਂ ਡਿਊਟੀ 'ਤੇ ਹੁੰਦਾ, ਉਹ ਕਾਲਜੋਂ ਆ ਮੈਨੂੰ ਭਾਬੀ ਭਾਬੀ ਕਰਦਾ, ਕਦੇ ਗੁੱਝੀਆਂ ਰਮਜ਼ਾਂ ਮਾਰਦਾ, ਹੱਸ ਕੇ ਟਾਲ ਦਿੰਦੀ। ਉਹਦੀਆਂ ਹਰਕਤਾਂ ਤੋਂ ਲੱਗਦਾ ਜਿਵੇਂ ਘਰੋਂ ਹੀ ਪਾਣ ਦਿੱਤੀ ਹੋਈ ਹੁੰਦੀ ਆ ਉਸਨੂੰ। ਰਮੇਸ਼ ਨੂੰ ਡਰਦੀ ਮੈਂ ਸਾਫ਼ ਨਾ ਦੱਸਦੀ, ਘਰ 'ਚ ਗੱਲ ਵੱਧ ਜਾਊ। ਆਨੇ ਬਹਾਨੇ ਮੈਂ ਅੰਦਰਲਾ ਦਰਦ ਅੱਖਾਂ ਦੇ ਪਾਣੀ ਰਾਹੀਂ ਬਾਹਰ ਕੱਢਦੀ। ਰਮੇਸ਼ ਦਾ ਇਹੀ ਦਿਲਾਸਾ ਹੁੰਦਾ, ਖੁਸ਼ ਰਿਹਾ ਕਰ, ਸਭ ਠੀਕ ਹੋਜੂ, ਤੁਸੀਂ ਤਾਂ ਬਾਹਰ ਜਾ ਕੇ ਦੋਸਤਾਂ ਮਿੱਤਰਾਂ 'ਚ ਕੁਛ ਚਿਰ ਗੱਲਾਂ ਭੁੱਲ ਭੁਲਾ ਜਾਂਦੇ ਹੋਵੋਗੇ, ਮੇਰੀ ਤਾਂ ਸਾਰਾ ਦਿਨ ਤਾਰ ਇੱਥੇ ਹੀ ਵੱਜਦੀ ਰਹਿੰਦੀ ਹੈ, ਸਾਰਾ ਦਿਨ ਇਸੇ ਫਿਕਰ 'ਚ ਲੰਘਦਾ। ਸਕੂਲ 'ਚ ਮੇਰੀਆਂ ਕੁਲੀਗਸ ਆਪੋ ਆਪਣੇ ਬੱਚਿਆਂ ਦੀਆਂ ਗੱਲਾਂ ਕਰਨਗੀਆਂ, ਮੈਂ ਚੁੱਪ ਬੈਠੀ ਰਹਿੰਦੀ ਹਾਂ, ਕੀ ਗੱਲ ਕਰਾਂ ਉਹਨਾਂ ਨਾਲ। ਮਿਸਿਸ ਸਿੱਧੂ ਤਾਂ ਬੜੀ ਨਖਰੇ ਨਾਲ ਗੱਲ ਕਰੂ, ਸ਼ੀਤਲ ਮੈਡਮ ਆਪਾਂ ਕਮਾਉਂਦੇ ਕਾਹਦੇ ਲਈ ਆ, ਚੈੱਕਅਪ ਕਰਵਾਓ ਕਿਸੇ ਚੰਗੇ ਡਾਕਟਰ ਤੋਂ,
ਕੀ ਦੱਸਾਂ ਉਹਨੂੰ ਸਾਡੇ ਦੋਹੇ ਜੀਆਂ ਦੀ ਸਾਰੀ ਤਨਖਾਹ ਤਾਂ ਡਾਕਟਰਾਂ ਦੇ ਘਰਾਂ 'ਚ ਚਲੀ ਜਾਂਦੀ ਹੈ। ਇਹਦੇ ਭਾਅ ਜੀ ਵੀ ਹਾਲੇ ਚੈੱਕਅਪ ਬਾਕੀ ਹੈ, ਘਰੇ ਆ ਜਾਂਦੀ ਹੋਰ ਬਥੇਰਾ ਕੁਛ ਸੁਣਨ ਨੂੰ ਮਿਲਦਾ। ਛਵੀ ਮਾਰੇ ਨੂੰ ਤਾਂ ਮੈਂ ਇੱਕ ਦਿਨ ਸਖ਼ਤ ਸ਼ਬਦਾਂ ਨਾਲ ਆਪਣੇ ਤੋਂ ਪਰੇ ਕੀਤਾ, ਆਪਦੇ ਭਰਾ ਦੀ ਇੱਜ਼ਤ ਬੰਨੀ ਵੇਖ ਕੰਨ ਜੇ ਝਾੜਦਾ ਤੁਰ ਗਿਆ। ਕਿੰਨੇ ਸਾਲਾਂ ਦੇ ਕੋਠੀ ਪਾ ਕੇ ਇੱਥੇ ਰਹਿੰਦੇ ਹਾਂ, ਪਰ ਜੇ ਕਿਤੇ ਆਊ ਅੱਜ ਤੱਕ ਵੀ ਰੜਕ ਰੱਖਦਾ ਮੇਰੇ ਕਹੇ ਦੀ। ਮੈਂ ਕਿਹੜਾ ਪ੍ਰਵਾਹ ਕਰਦੀ ਹਾਂ, ਜਿਉਂਦੀ ਰਹੇ ਮੇਰੀ ਰੀਨਾ ਭੈਣ ਜਿਹਨੇ ਮੇਰਾ ਅੰਦਰਲਾ ਦੁੱਖ ਪਹਿਚਾਣਿਆ। ਰੀਨਾ ਮੇਰੀ ਮਾਸੀ ਦੀ ਧੀ ਹੈ, ਅਸੀਂ ਡੀ ਏ ਵੀ ਕਾਲਜ 'ਚ ਇਕੱਠੀਆਂ ਪੜ੍ਹੀਆਂ, ਹੋਸਟਲ 'ਚ ਇੱਕੋ ਕਮਰਾ ਸੀ, ਦੋਵੇਂ ਇੱਕ ਦੂਜੇ ਦੀਆਂ ਨਿੱਕੀਆਂ ਨਿੱਕੀਆਂ ਆਦਤਾਂ ਤੋਂ ਜਾਣੂ ਸੀ। ਵਿਆਹਾਂ ਤੋਂ ਮਗਰੋਂ ਵੀ ਅਸੀਂ ਇੱਕ ਦੂਜੇ ਨੂੰ ਉਵੇਂ ਹੀ ਮਿਲਦੀਆਂ ਰਹਿੰਦੀਆਂ। ਰੀਨਾ ਦੇ ਘਰ ਵਾਲੇ ਦਾ ਰਮੇਸ਼ ਨਾਲ ਸੁਭਾਅ ਮਿਲਦਾ ਸੀ, ਜਦ ਕਦੇ ਅਸੀਂ ਰੀਨਾ ਕੋਲ ਜਾਂਦੇ ਆਪਦੇ ਜੀਜੇ ਨਾਲ ਉਹ ਪੂਰੇ ਮਖੌਲ ਕਰਦੇ। ਦਿਲ ਦੀ ਸਾਫ ਸੀ ਰੀਨਾ ਜਿਵੇਂ ਬਾਹਰ ਉਵੇਂ ਅੰਦਰੋਂ, ਰਮੇਸ਼ ਰੀਨਾ ਕੋਲ ਜਾ ਕੇ ਖੁਸ਼ ਹੁੰਦਾ ਸੀ। ਇੱਕ ਦਿਨ ਗੱਲਾਂ ਚੱਲਦੀਆਂ 'ਚ ਰੀਨਾ ਨੇ ਕਿਹਾ, ਕਿਉਂ ਜੀਜਾ ਜੀ ਉਦਾਸ ਬੈਠੇ ਹੋ, ਮੇਰੇ ਪੇਟ ਵਿਚਲਾ ਬੱਚਾ ਤੁਹਾਡੇ ਵਿਹੜੇ 'ਚ ਖੇਡਿਆ ਕਿਉਂ? ਮੇਰੇ ਕੋਲ ਹੈਗੇ ਨੇ ਤੂੰ ਤੇ ਵਿਸ਼ਵਾਸ। ਕੁਛ ਮਹੀਨਿਆਂ ਬਾਅਦ ਰੀਨਾ ਦੇ ਪਤੀ ਦਾ ਫੋਨ ਸੀ ਕਿ ਰੀਨਾ ਕੋਲ ਲੜਕੀ ਹੋਈ ਹੈ। ਮੈਂ ਤੇ ਰਮੇਸ਼ ਨੇ ਪੈਰ ਜੁੱਤੀ ਨਾ ਪਾਈ। ਕੁਛ ਦਿਨਾਂ ਦੀ ਹੀ ਮਮਤਾ ਨੂੰ ਅਸੀਂ ਝੋਲੀ 'ਚ ਪਵਾ ਲਏ। ਇੰਜ ਲੱਗਦਾ ਜਿਵੇਂ ਮੇਰੀ ਸੁੱਕੀ ਪਈ ਬਗੀਚੀ ਵਿੱਚ ਬਹਾਰ ਆ ਗਈ ਹੋਵੇ। ਮਮਤਾ ਸੰਭਾਲਦੀ ਨੂੰ ਪਤਾ ਹੀ ਨਾ ਲੱਗਦਾ ਕਦੋਂ ਦਿਨ ਚੜ੍ਹਿਆ ਕਦੋਂ ਛਿਪ ਗਿਆ। ਕਦੇ ਦੁੱਧ ਗਰਮ ਕਰਕੇ ਪਿਲਾਤਾ, ਕਦੇ ਨਹਾ ਦਿੱਤੀ, ਫਿਰ ਮਮਤਾ ਦੀਆਂ ਤੋਤਲੀਆਂ ਗੱਲਾਂ ਦਾ ਸਾਰਿਆਂ ਨੂੰ ਖੁਸ਼ ਕਰੀ ਰੱਖਦੀ ਹੈ। ਭਗਵਾਨ ਨੇ ਮੇਰੇ 'ਤੇ ਮਿਹਰ ਦਾ ਵੱਡਾ ਹੱਥ ਰੱਖ ਕੇ ਮੇਰਾ ਅੰਦਰ ਠਾਰ ਦਿੱਤਾ ਸੀ। 3 ਸਾਲ ਬਾਅਦ ਇਹ ਰਾਜਨ ਮੇਰੇ ਪੇਟ ਪਿਆ। ਇਹਦੇ ਜਨਮ ਨਾਲ ਤਾਂ 100 ਸਵਰਗ ਮਿਲ ਗਏ ਸੀ। ਪੂਰੇ 15 ਵਰ੍ਹਿਆਂ ਬਾਅਦ ਜਦੋਂ ਬੰਦਾ ਆਸ ਵੀ ਛੱਡ ਜਾਂਦਾ ਹੈ ਇੱਕ ਤਰ੍ਹਾਂ ਨਾਲ, ਇਹਨੂੰ ਪਾਲਿਆ ਪੜ੍ਹਾਇਆ ਪਰ ਕੀ ਕਦਰ ਪਾਈ ਹੈ ਮੇਰੀ। ਹੁਣ ਕਹਿੰਦਾ ਮਾਂ ਤਾਂ ਐਵੇਂ ਤੁਰੀ ਫਿਰਦੀ ਹੈ, ਉਲਟਾ ਹੋਰ ਪੱਥਰ ਚੁੱਕ ਚੁੱਕ ਕੇ ਮਾਰਦਾ। ਜੇ ਇਹਦੀ ਰਾਣੀ ਕਹੇ ਉਹੀ ਸੱਤ ਹੈ। ਇਹਨੂੰ ਪੁੱਛਣ ਵਾਲਾ ਹੋਵੇ ਬਗਾਨੀ ਧੀ ਨੂੰ ਕੀ ਦਰਦ ਹੈ, ਤੂੰ ਢਿੱਡੋ ਕੱਢਿਆ ਵੀ ਜ਼ਹਿਰ ਉਬਲਦਾ ਮਾਂ ਨੂੰ। ਇਹ ਜ਼ਹਿਰ ਰਾਤ ਵੀ ਤੰਗ ਕਰੀ ਜਾਂਦੀ ਹੈ। ਮਨ ਹੀ ਕਹਿ ਰਿਹਾ ਕਿ ਘਰ ਛੱਡ ਕੇ ਇੰਨੀ ਦੂਰ ਚਲੀ ਜਾਵਾਂ ਜਿੱਥੇ ਮੁੜ ਹੋਰ ਗੱਲਾਂ ਨਾ ਸੁਣਨੀਆਂ ਪੈਣ। ਨਾਲ ਦੇ ਕਮਰੇ 'ਚੋਂ ਮੋਬਾਈਲ ਦੇ ਅਲਾਰਮ ਦੀ ਆਵਾਜ਼ ਸੁਣਦੀ ਹੈ। ਇਸ ਵਾਰ ਪੋਤਾ ਰਾਹੁਲ ਹੋਸਟਲ ਤੋਂ ਨਹੀਂ ਆਇਆ। ਜੇ ਉਹ ਹੋਵੇ ਉੱਠਣ ਸਾਰ ਮੇਰਾ ਦਰਵਾਜ਼ਾ ਖੋਲ੍ਹ ਕੇ ਮੇਰੇ ਪੈਰੀਂ ਹੱਥ ਲਾਉਂਦਾ ਹੈ, ਅਸੀਸਾਂ ਲੈਂਦਾ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਪਹਿਲਾਂ ਹੀ ਢੋ ਰੱਖਿਆ ਹੈ। ਮੈਨੂੰ ਪਤਾ ਹੈ ਉੱਠਣ ਸਾਰ ਜੇ ਸਾਹਮਣੇ ਦਿਸ ਜਾਵਾਂ ਕੁਛ ਨਾ ਕੁਛ ਜ਼ਰੂਰ ਬੋਲਦਾ ਪੁੱਠਾ ਸਿੱਧਾ। ਨੀਨਾ ਪੋਤੀ ਦੀ ਆਵਾਜ਼ ਵੀ ਸੁਣਦੀ ਹੈ, ਜਾਗ ਉੱਠੀ ਹੈ, ਬਹੁਤ ਪਿਆਰੀ ਬੱਚੀ ਹੈ। ਜਦ ਦੋਵੇਂ ਜੀ ਡਿਊਟੀ 'ਤੇ ਤੁਰ ਜਾਂਦੇ ਨੇ ਤਾਂ ਮੇਰੇ ਕੋਲ ਖੇਡਦੀ, ਕਿੰਨੀਆਂ ਗੱਲਾਂ ਕਰਦੀ ਹੈ, ਮੋਹ ਕਰਦੀ ਹੈ ਅੰਤਾਂ ਦਾ। ਇਹਨਾਂ ਨੂੰ ਅੰਦਰੋਂ ਅੰਦਰ ਅੱਗ ਲੱਗ ਜਾਂਦੀ ਹੈ ਜੇ ਕਿਤੇ ਮੇਰੇ ਨਾਲ ਖੇਡਦੀ ਗੱਲਾਂ ਕਰਦੀ ਨੂੰ ਵੇਖ ਲੈਣ। ਸਕੂਲ ਦੀ ਬਹਿਣ ਆਉਂਦੀ ਹੈ, ਇਹ ਵੀ ਵਿਚਾਰੀ ਸਕੂਲ ਚਲੀ ਜਾਂਦੀ ਹੈ। ਮਜਬੂਰੀ 'ਚ ਮਸਾਂ 20-25 ਮਿੰਟ ਮੇਰੇ ਕੋਲ ਛੱਡਦੇ ਨੇ। ਇਹਨਾਂ ਦੀਆਂ ਬੱਸਾਂ ਦੇ ਸਮੇਂ ਪਹਿਲਾਂ ਨੇ, ਦੂਜਾ ਬੱਸ ਸਟੈਂਡ ਜਾਣਾ ਪੈਂਦਾ ਦੋਹਾਂ ਨੂੰ। ਦੇਖਣ ਵਾਲਾ ਹੁੰਦਾ ਕਿਵੇਂ ਅੱਗੇ ਪਿੱਛੇ ਅੱਗ ਲੱਗੀ ਵਾਲਿਆਂ ਵਾਂਗ ਸਕੂਟਰ ਭਜਾਉਂਦਾ ਘਰੋਂ। ਸੁਨੇਹਾ ਟਾਈਮ 'ਤੇ ਕਦੇ ਉੱਠਦੇ ਨਹੀਂ। ਲੋਕ ਵੀ ਸਕੂਲਾਂ ਦੀਆਂ ਨੌਕਰੀਆਂ ਕਰਦੇ ਆ, ਇਹ ਅਲੈਦਾ ਹੀ ਨੇ। ਕਈ ਵਾਰ ਆਏ ਗਏ ਮੂਹਰੇ ਗੱਲਾਂ 'ਚ ਪੈਂਹਠ ਬਣਾਉਣਗੇ, ਅਸੀਂ ਪ੍ਰੋਫੈਸਰ ਹਾਂ। ਲੋਕ ਸਿਆਣੇ ਤਾਂ ਸਮਝਦੇ ਹੀ ਨੇ ਵੀ ਸਕੂਲਾਂ 'ਚ ਕਿਹੜੇ ਪ੍ਰੋਫੈਸਰ ਹੁੰਦੇ ਆ। ਪਲੱਸ ਟੂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲਿਆਂ ਨੂੰ ਲੈਕਚਰਾਰ ਬਣਾਤਾ ਸਰਕਾਰ ਨੇ। ਮੈਂ ਵੀ ਨੌਕਰੀ ਕੀਤੀ ਹੈ। ਚੱਲ ਛੱਡ ਪਰੇ ਨੀਨਾ ਦੀਆਂ ਗੱਲਾਂ ਕਰਦੀ ਸਾਂ, ਇੰਨੀ ਸਿਆਣੀ ਹੈ ਜੇ ਕਿਤੇ ਮੇਰੇ ਕਮਰੇ 'ਚ ਸ਼ਰਾਰਤ ਕਰਦੀ ਨੂੰ ਸਾਹਮਣੇ ਛੋਹ ਕੇਸ ਵਿੱਚ ਪਈ ਰਮੇਸ਼ ਦੀ ਫੋਟੋ ਵੱਲ ਇਸ਼ਾਰਾ ਕਰਕੇ ਕਹਿ ਦਿੰਦੀ, ਦਾਦਾ ਜੀ ਨਾਰਾਜ਼ ਹੋ ਜਾਣਗੇ। ਇੱਕਦਮ ਗੰਭੀਰ ਹੋ ਜਾਂਦੀ। ਪਹਿਲਾਂ ਤਾਂ ਕਿ ਸਵਾਲ ਵੀ ਕਰਦੀ, ਦਾਦਾ ਜੀ ਕਬ ਆਏਂਗੇ, ਪਰ ਹੁਣ ਸਮਝਦੀ ਹੈ, ਫੋਟੋ ਅੱਗੇ ਹੱਥ ਜੋੜ ਕੇ ਨਮਸਕਾਰ ਕਰਦੀ ਹੈ। ਇਹ ਸਮਝਦੀ ਹੈ ਕੁੜੀ ਇਹਦੇ ਕੋਲ ਰਹਿ ਗਈ, ਪਤਾ ਨਹੀਂ ਕੀ ਹੋਜੂ। ਕੱਪੜਿਆਂ ਵਾਲੀ ਗੱਲ ਕਿਤੇ ਭੁੱਲਦੀ ਹੈ। ਇੱਕ ਦਿਨ ਮੈਂ ਮੰਦਰ ਜਾਣ ਲੱਗੀ, ਪੋਤੀ ਵੇਖ ਕੇ ਕਹਿਣ ਲੱਗੀ, ਦਾਦੀ ਮਾਂ ਮੈਂ ਵੀ ਜਾਊਂਗੀ ਆਪਕੇ ਸਾਥ। ਮੈਂ ਬਥੇਰਾ ਟਾਲੀ, ਮੈਨੂੰ ਪਤਾ ਸੀ ਇਹਨਾਂ ਦਾ, ਬੱਚਾ ਤਾਂ ਅਕਸਰ ਬੱਚਾ ਹੀ ਹੁੰਦਾ। ਨਾ ਟਲੀ, ਮੈਂ ਲੈ ਗਈ ਉੱਥੇ। ਖੇਡ ਜੀ ਨੇ ਕਿਤੇ ਟੂਟੀ ਇੱਕਦਮ ਛੱਡ ਲਈ, ਫਰਾਕ ਗਿੱਲੀ ਹੋ ਗਈ।
ਘਰ ਵੜਨ ਦੀ ਦੇਰ ਸੀ, ਬਸ ਹੋ ਗਈ ਸ਼ੁਰੂ ਮੇਮ। ਮੰਮੀ ਜੇ ਤੁਹਾਨੂੰ ਆਪਦਾ ਫਿਕਰ ਨਹੀਂ, ਇਸ ਬੱਚੀ ਦਾ ਫਿਕਰ ਤਾਂ ਕਰੋ। ਕੀ ਹੈ ਉੱਥੇ ਮੰਦਰ 'ਚ? ਸਾਰੇ ਕੱਪੜੇ ਗਿੱਲੇ ਕਰ ਲਿਆਈਏ। ਜੇ ਤੁਹਾਡਾ ਦਿਮਾਗ ਠੀਕ ਨਹੀਂ, ਕੰਮ ਨਹੀਂ ਕਰਦਾ ਕਿ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੁੰਦੀ ਹੈ। ਤੁਸੀਂ ਲੈ ਕੇ ਕਿਸ ਵਾਸਤੇ ਗਏ ਸੀ ਇਸ ਨੂੰ? ਸੁਣ ਕੇ ਚੁੱਪ ਖੜੀ ਸਾਂ, ਸੋਚਦੀ ਸਾਂ, ਆਖਾਂ ਜਿਹਦੇ ਸਿਰ 'ਤੇ ਸਿਆਣੀ ਬਣੀ ਫਿਰਦੀ ਹੈ। ਜਿਹੜੇ ਲੱਗਦਾ ਇੰਟਰਨੈਟ ਉਹਨਾਂ ਨਾਲ ਖਰਾਬ ਹੋ ਗਿਆ ਕਿ ਸਾਨੂੰ ਕਹਾਣੀ ਕੋਈ ਪੂਰੀ ਨਹੀਂ ਸੁਣ ਦੇਣੀ ਇੰਟਰਨੈਟ ਵਾਲਿਆਂ ਨੇ। ਡਾਕਟਰ ਕਰਾਮਤ ਸਾਹਿਬ ਦਾ ਕਮਾਲ ਹੈ ਕਿ ਪੂਰੀ ਕਹਾਣੀ ਕਰ ਗਏ ਇੱਕੋ ਸਾਹ ਚ। ਅੱਛਾ ਜੀ, ਡਾਕਟਰ ਸਾਹਿਬ ਦਾ ਕਮਾਲ ਹੈ। ਹਾਂਜੀ, ਅੱਛਾ ਇਹ ਜੀ ਭੁਪਿੰਦਰ ਵੀਰ ਜੀ ਹੋਇਆ ਵੇ ਕਿ ਤੁਸੀਂ ਜਿੱਥੇ ਛੱਡ ਕੇ ਗਏ ਸੋ ਕਹਾਣੀ, ਹੁਣ ਆਵਾਜ਼ ਆਉਂਦੀ ਹੈ ਜੀ ਮੇਰੀ? ਆਵਾਜ਼ ਆ ਰਹੀ ਹੈ ਸਰ ਜੀ? ਹੁਣ ਤੁਸੀਂ ਖੋਲ ਲਿਆ ਮਾਈਕ ਤੇ ਆਉਣ ਲੱਗ ਪਈ ਹੈ। ਹੁਣ ਤੁਸੀਂ ਜਿੱਥੇ ਆਪਣੀ ਛੱਡੀ ਸੀ ਕਹਾਣੀ ਉੱਥੋਂ ਹੀ ਸ਼ੁਰੂ ਕਰ ਲਵੋ। ਮੈਂ ਉੱਥੋਂ ਛੱਡੀ ਸੀ ਜੀ ਜਿੱਥੇ ਕਮਲਾ ਦੇ ਲੜਕਾ ਹੋਇਆ ਜੀ, ਉਹਦੇ ਨਾਲ ਜੋੜਨ ਦਾ ਯਤਨ ਕਰਦਾ ਤੁਹਾਨੂੰ ਜੀ ਜੀ। ਆਖਰ ਉਡੀਕ ਕਰਦੇ ਕਰਦੇ ਉਹ ਸਮਾਂ ਆ ਹੀ ਗਿਆ, ਬੜੇ ਹੀ ਯਤਨਾਂ ਤੋਂ ਬਾਅਦ ਵੱਡੇ ਆਪਰੇਸ਼ਨ ਨਾਲ ਕਮਲਾ ਦੇ ਲੜਕਾ ਪੈਦਾ ਹੋਇਆ, ਜੋ ਸਮੇਂ ਤੋਂ ਪਹਿਲਾਂ ਹੀ ਹੋਇਆ ਅਤੇ ਕਾਫੀ ਕਮਜ਼ੋਰ ਹਾਲਤ ਵਿੱਚ ਸੀ। ਬੱਚੇ ਦੇ ਜਨਮ ਲੈਣ ਤੇ ਜਿੱਥੇ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ, ਉੱਥੇ ਇੱਕ ਡਰ ਤੇ ਤੌਖਲਾ ਵੀ ਉੱਭਰ ਆਇਆ ਸੀ। ਕਮਲਾ ਪਹਿਲਾਂ ਤੋਂ ਵੀ ਕਮਜ਼ੋਰ ਹੋਣ ਕਰਕੇ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਅਸਮਰਥ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਜੇ ਬੱਚੇ ਨੂੰ ਮਾਂ ਦਾ ਦੁੱਧ ਨਾ ਚੁੰਘਾਇਆ ਗਿਆ ਤਾਂ ਕਾਫੀ ਸੀਰੀਅਸ ਹੋ ਸਕਦਾ ਹੈ। ਸੁਰੇਸ਼ ਦੇ ਸਾਹਮਣੇ ਆਈਆਂ ਖੁਸ਼ੀਆਂ ਚਿੰਤਾ ਵਿੱਚ ਬਦਲ ਗਈਆਂ। ਕਮਲਾ ਆਪਣੇ ਘਰ ਕਿੰਨੇ ਸਾਲਾਂ ਬਾਅਦ ਪਰਮਾਤਮਾ ਦੀ ਮਿਹਰ ਕੀਤੀ ਹੈ, ਹੁਣ ਕੀ ਕਰੀਏ ਕੁਝ ਸੋਚਦਾ ਹੀ ਨਹੀਂ। ਸੁਰੇਸ਼ ਨੇ ਆਪਣੀ ਚਿੰਤਾ ਕਮਲਾ ਨਾਲ ਸਾਂਝੀ ਕੀਤੀ। ਕੁਝ ਤਾਂ ਕਰਨਾ ਹੀ ਪਵੇਗਾ, ਨਹੀਂ ਤਾਂ ਬੱਚੇ ਨੂੰ, ਕਮਲਾ ਉਧਰ ਨਾ ਮੋਦੇ ਕੁੜੀ ਹੋਈ ਹੈ, ਉਹ ਦੋਵੇਂ ਬਿਲਕੁਲ ਠੀਕ ਨੇ, ਜੇ ਤੂੰ ਆਖੇ ਤਾਂ ਮੈਂ ਉਸ ਨਾਲ ਗੱਲ ਕਰਾਂ, ਜੇ ਆਪਣੇ ਬੱਚੇ ਨੂੰ ਦੁੱਧ। ਹਾਂ ਹਾਂ, ਤੁਸੀਂ ਜ਼ਰੂਰ ਗੱਲ ਕਰੋ, ਮੈਨੂੰ ਉਮੀਦ ਆ ਉਹ ਜ਼ਰੂਰ ਮੰਨ ਜਾਵੇਗੀ। ਸੁਰੇਸ਼ ਨਾਮੋ ਦੇ ਘਰ ਵੱਲ ਜਾ ਰਿਹਾ ਹੈ ਸੀ, ਨਾਲ ਹੀ ਸੋਚ ਰਿਹਾ ਸੀ ਕਿ ਔਰਤਾਂ ਵੀ ਜੀਵ ਹੁੰਦੀਆਂ ਨੇ, ਆਪਣੀ ਮਮਤਾ ਪਿੱਛੇ ਕੁਝ ਵੀ ਕਰ ਸਕਦੀਆਂ ਨੇ, ਆਪਣੇ ਅੰਦਰੋਂ ਸ਼ੱਕ ਸੁਭਾਅ ਵੀ ਬਾਹਰ ਕੱਢ ਸਕਦੀਆਂ ਨੇ। ਨਾਮੋ ਦਾ ਘਰ ਨੇੜੇ ਆ ਗਿਆ, ਸੁਰੇਸ਼ ਨਾਮੋ ਦੇ ਸਾਹਮਣੇ ਬੈਠਾ ਆਪਣੇ ਅੰਦਰੋਂ ਬੋਲਣ ਲਈ ਸ਼ਬਦ ਇਕੱਠੇ ਕਰ ਰਿਹਾ ਸੀ। ਨਾਮੋ, ਡਾਕਟਰਾਂ ਨੇ ਕਿਹਾ ਜੇ ਸਾਡੇ ਬੱਚੇ ਨੂੰ ਮਾਂ ਦਾ ਦੁੱਧ ਨਾ ਦਿੱਤਾ ਗਿਆ ਤਾਂ ਕੁਝ ਵੀ ਹੋ ਸਕਦਾ, ਜੇ ਤੂੰ ਕਾਕੇ ਨੂੰ ਆਪਣਾ ਦੁੱਧ। ਨਾਮੋ ਕੁਝ ਸੋਚਣ ਲੱਗੀ। ਕੁਝ ਸਮੇਂ ਬਾਅਦ ਨਾਮੋ ਨੇ ਹਾਮੀ ਭਰ ਦਿੱਤੀ, ਸੁਰੇਸ਼ ਦੇ ਮੁੰਡੇ ਲਈ ਆਪਣੀ ਧੀ ਦੇ ਮੂੰਹ ਖੋਇਆ ਦੁੱਧ ਉਸਨੇ ਕਿਸੇ ਵੀ ਕਿਸਮ ਦਾ ਉਪਰਾਪਣ ਮਹਿਸੂਸ ਨਾ ਹੁੰਦਾ, ਸਗੋਂ ਉਹਦਾ ਖੁਸ਼ੀ ਖੁਸ਼ੀ ਦੁੱਧ ਚੁੰਘਾਉਂਦੀ ਅਤੇ ਫਖਰ ਮਹਿਸੂਸ ਕਰਦੀ। ਕਾਕਾ ਵੀ ਨਾਮੋ ਦਾ ਦੁੱਧ ਚੁੰਘ ਕੇ ਫੁਰਨ ਲੱਗਿਆ, ਦਿਨੋ ਦਿਨ ਗੋਵਲਾ ਹੁੰਦਾ ਜਾਂਦਾ, ਲੱਤਾਂ ਬਾਹਾਂ ਖੁੱਲ ਕੇ ਚਲਾਉਂਦਾ। ਕਮਲਾ ਇਹ ਸਭ ਕੁਝ ਦੇਖ ਕੇ ਗਦਗਦ ਹੋ ਉੱਠਦੀ, ਨਾਮੋ ਦੀਆਂ ਵੀ ਬਾਦਸ਼ਾਹ ਖਿੜ ਜਾਂਦੀਆਂ। ਸੁਰੇਸ਼ ਦੇ ਪਰਿਵਾਰ ਨਾਲ ਉਸਦੀ ਕੋਈ ਕਹਿ ਸਾਂਝ ਪੀੜ੍ਹੀ ਦਰ ਪੀੜ੍ਹੀ ਹੁੰਦੀ ਜਾ ਰਹੀ ਸੀ। ਇੱਕ ਦੁਪਹਿਰ ਨਾਮੋ ਕਾਕੇ ਨੂੰ ਆਪਣੀ ਨਿੱਘੀ ਗੋਦ 'ਚ ਲਟਾ ਦੁੱਧ ਚੁੰਘਾ ਰਹੀ ਸੀ, ਅਚਾਨਕ ਪੌੜੀਆਂ ਚੜ੍ਹੇ ਸੁਰੇਸ਼ ਦੀ ਨਜ਼ਰ ਦੁੱਧ ਚੁੰਘਾਉਂਦੀ ਨਾਮੋ ਵੱਲ ਗਈ ਤਾਂ ਉਹ ਮਨ ਹੀ ਮਨ ਖੀਵਾ ਹੋ ਉੱਠਿਆ ਤੇ ਛੋਪਲੇ ਹੀ ਕਿਸੇ ਖੁਮਾਰੀ 'ਚ ਪੌੜੀਆਂ ਉਤਰ ਆਇਆ ਸੀ। ਮਤੇ ਮਤੇ ਵਾਹ ਵਾਹ, ਧੰਨਵਾਦ ਜੀ, ਸ਼ੁਕਰੀਆ ਤੁਸੀਂ ਕਹਾਣੀ ਨੂੰ ਸੁਣਿਆ। ਨਹੀਂ ਜੀ ਨਹੀਂ, ਉਹ ਇਹ ਥੋੜਾ ਤਕਨੀਕੀ ਖਰਾਬੀ ਹੋਈ ਜੀ, ਸੁਣ ਵਾਲਿਆਂ ਨੇ ਯਕੀਨਨ ਸਵਾਦ ਲਿਆ ਹੋਏਗਾ, ਉੱਥੋਂ ਹੀ ਜੋੜ ਲੈਣਗੇ ਕਹਾਣੀ ਨੂੰ। ਹੁਣ ਇਹ ਪਿਆਸ ਹੀ ਰਹਿ ਗਈ ਜੀ, ਹੁਣ ਇਹ ਇਮਤਿਹਾਨ ਹੈ ਜੀ ਕਿ ਜਿਹੜੀ ਤੁਹਾਡੀ ਕਹਾਣੀ ਹੈ ਔਰ ਜੋਗਾ ਜੀ ਆਪਸ ਰਲ ਨਾ ਜਾਣ, ਕਿਉਂਕਿ ਦੋ ਵਾਰੀ ਟੋਟਿਆਂ ਟੋਟੇ ਸੁਣੀਆਂ ਨੇ ਤੇ ਲੋਕ ਆਪਸ ਹੀ ਜੋੜਨ ਤੇ ਜ਼ਿਆਦਾ ਚੰਗਾ। ਜੋਗਾ ਜੀ ਦੁਬਾਰਾ ਜੁੜ ਗਏ ਨੇ ਤੇ ਜੋਗਾ ਜੀ ਕਿੰਨੀ ਕੁ ਰਹਿ ਗਈ ਕਹਾਣੀ ਆਪਣੀ ਜੀ? ਮੇਰੀ ਕਹਾਣੀ ਦੇ ਰਹਿੰਦੇ ਹੈਗੇ
ਤਿੰਨ ਚਾਰ ਤਿੰਨ ਕੁ ਪੇਜ ਰਹਿ ਜਾ ਢਾਈ ਪੇਜ। ਅੱਛਾ ਅੱਛਾ, ਉਹ ਅਸਲ ਚ ਹੋਇਆ ਜੀ ਕਿ ਜੇ ਥੋੜਾ ਟੈਕਨੀਕਲ ਮਸਲਾ ਆ ਗਿਆ ਤੇ ਉਸੀ ਅਸੀਂ ਚਾਹਾਂਗੇ ਜੀ ਜੀ ਸਰ ਜੀ ਮੈਂ 5 ਮਿੰਟ ਚ ਕਹਾਣੀ ਆਪ ਜੀ ਮੁਕੰਮਲ ਕਰ ਦਿੰਦਾ ਜੀ। ਜੀ ਕਰੋ ਜੀ ਕਰੋ, ਤਾਂ ਕਿ ਫਿਰ ਅਸੀਂ ਪ੍ਰਧਾਨ ਕੋਲੋਂ ਗੱਲਬਾਤ ਵੀ ਸੁਣੀਏ ਤੇ ਕੋਈ ਛੋਟੀ ਜਿਹੀ ਕਹਾਣੀ ਵੀ ਜੇ। ਹਾਂਜੀ ਜ਼ਰੂਰ ਜੀ 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 ਬਿਸਮਿਲ੍ਲਾ ਜੀ। ਬੈਠ ਕੋਈ ਜ਼ੋਰ ਨਹੀਂ, ਇਸ ਘਰ ਚ ਰਹਿਣ ਨੂੰ ਉੱਕਾ ਮਨ ਨਹੀਂ ਮੰਨਦਾ, ਪਰ ਘਰ ਪਰ ਬੈਠੀ ਆ ਬੁੱਤ ਬਣੀ, ਸੋਚਦੀਆਂ ਲੋਕ ਕੀ ਕਹਿਣਗੇ, ਪੜ੍ਹੇ ਲਿਖਿਆਂ ਦਾ ਟੱਬਰ ਹੈ ਕਰੀ ਕੀ ਜਾਂਦੇ ਆ, ਪਰ ਅੱਜ ਫੈਸਲਾ ਕਰਨਾ ਹੀ ਹੈ, ਬੈੱਡ ਤੋਂ ਉੱਠ ਕੇ ਬਾਹਰ ਗੁਸਲਖਾਨੇ ਵੱਲ ਜਾਣ ਦੀ ਸੋਚਦੀ ਆ। ਇੰਨੇ ਨੂੰ ਮੇਰੇ ਮੋਬਾਈਲ ਦੀ ਘੰਟੀ ਵੱਜਣ ਲੱਗਦੀ ਹੈ, ਐਨਕ ਲਾ ਕੇ ਨੰਬਰ ਸਕਰੀਨ ਵੇਖਦੀ ਆ, ਮਮਤਾ ਦਾ ਫੋਨ ਹੈ, ਮਨ ਕੰਬ ਜਿਹਾ ਜਾਂਦਾ, ਅੰਦਰ ਸੁਣ ਕੇ ਹੋਰ ਸੜਨਗੇ, ਆਨ ਕਰਕੇ ਹੌਲੀ ਜਿਹੀ ਪੁੱਛਦੀ ਆ, ਬੇਟਾ ਠੀਕ ਹੋ? ਹਾਂ ਮੰਮੀ ਜੀ, ਤੁਸੀਂ ਠੀਕ ਹੋ? ਮੈਂ ਤਾਂ ਵੈਸੇ ਹੀ ਮਿਲਾ ਲਿਆ ਤੁਹਾਡੀ ਸਿਹਤ ਦਾ ਪਤਾ ਕਰਨ ਲਈ, ਰਾਤ ਫੋਨ ਨਹੀਂ ਆਇਆ, ਕੁਝ ਅੰਕਤ ਨੂੰ ਖੰਘ ਜ਼ੁਕਾਮ ਜਿਹਾ ਸੀ, ਉਲਝੀ ਰਹੀ ਕੰਮ 'ਚ, ਮੈਂ ਸੋਚਿਆ ਹੁਣ ਪੁੱਛ ਲਵਾਂ। ਮੈਂ ਠੀਕ ਹਾਂ ਬੇਟੀ, ਇਹ ਉੱਠੇ ਫਿਰਦੇ ਨੇ ਦੋਵੇਂ, ਅੱਧਾ ਘੰਟਾ ਠਹਿਰ ਕੇ ਕਰਾਂਗੇ ਤੈਨੂੰ ਫੋਨ, ਚਾਹੇ ਫੋਨ ਕੱਟ ਦਿੱਤਾ। ਫੋਨ ਮੇਜ਼ 'ਤੇ ਰੱਖਦੀ ਹਾਂ, ਮਨ ਹੋਰ ਔਖਾ ਹੁੰਦਾ ਮਮਤਾ ਬਾਰੇ ਸੋਚ ਕੇ। ਸੱਸ ਤਾਂ ਵਿਚਾਰੀ 4 ਸਾਲ ਹੋ ਗਏ ਮੰਜੇ 'ਚ ਪਈ ਹੈ, ਐਸੀ ਬਿਮਾਰੀ ਨੇ ਉਲਝਾਈ ਹੈ, ਨਾ ਇੱਧਰ ਦੀ ਨਾ ਉੱਧਰ ਦੀ, ਪਈ ਪਈ ਦੀ ਕਿਰਿਆ ਸੋਧਣੀ ਪੈਂਦੀ ਹੈ। ਮਮਤਾ ਦਾ ਘਰ ਵਾਲਾ ਰਵੀ ਦਵਾਈਆਂ ਦੀ ਕੰਪਨੀ 'ਚ ਲੱਗਾ ਹੋਇਆ, ਭੱਜ ਨੱਠ ਦੀ ਜ਼ਿੰਦਗੀ ਆ ਵਿਚਾਰੇ ਦੀ, ਪਤਾ ਹੀ ਆ ਅੱਜ ਕੱਲ੍ਹ ਦੀਆਂ ਪ੍ਰਾਈਵੇਟ ਨੌਕਰੀਆਂ ਦਾ ਕੀ ਹਾਲ ਹੈ, ਸੁਬਹਾ 6 ਵਜੇ ਘਰੋਂ ਨਿਕਲ ਜਾਂਦਾ, ਅੱਧੀ ਰਾਤੀ ਘਰੇ ਮੁੜਦਾ। ਰੱਬ ਦਾ ਸ਼ੁਕਰ ਹੈ ਮੈਂ ਮਮਤਾ ਦਾ ਦਫ਼ਤਰ 10 ਵਜੇ ਲੱਗਦਾ, 5 ਵਜੇ ਘਰੇ ਆ ਜਾਂਦੀ ਹੈ, ਸ਼ਨੀ ਐਤ ਦੀ ਛੁੱਟੀ ਹੁੰਦੀ ਆ ਉਸਨੂੰ, ਜਿਹਨੇ ਉਹਦਾ ਸਹੁਰਾ ਸਾਂਭਦਾ, ਸੱਸ ਨੂੰ ਧੀ ਸੁਪ੍ਰੀਆ ਬੰਗਲੌਰ MBA ਕਰਦੀ ਹੈ, ਲਾਇਕ ਹੈ, ਟੈਸਟ ਪਾਸ ਕਰ ਗਈ ਸੀ ਪਿਛਲੇ ਸਾਲ। ਸ਼ੁਕਰ ਹੈ ਮਮਤਾ ਦਾ ਦਫ਼ਤਰ 10 ਵਜੇ ਲੱਗਦਾ, 5 ਵਜੇ ਘਰੇ ਆ ਜਾਂਦੀ ਹੈ, ਸ਼ਨੀ ਐਤ ਦੀ ਛੁੱਟੀ ਹੁੰਦੀ ਹੈ ਉਸਨੂੰ, ਜਿਹਨੇ ਉਹਦਾ ਸਹੁਰਾ ਸਾਂਭਦਾ, ਸੱਸ ਨੂੰ ਧੀ ਸੁਪ੍ਰੀਆ ਬੰਗਲੌਰ MBA ਕਰਦੀ ਹੈ, ਲਾਇਕ ਹੈ, ਟੈਸਟ ਪਾਸ ਕਰਦੀ ਸੀ ਪਿਛਲੇ ਸਾਲ। ਮੁੰਡਾ ਅੰਕਿਤ ਹਾਲੇ ਛੋਟਾ, ਉੱਥੇ ਹੀ 4th 'ਚ ਪੜ੍ਹਦਾ। ਮਮਤਾ ਫੋਨ ਕਰ ਦਿੰਦੀ ਹੈ, ਮੰਮੀ ਕੁਛ ਦਿਨਾਂ ਵਾਸਤੇ ਆ ਜਾਓ, ਮੈਂ ਚਲੀ ਜਾਂਦੀ ਹਾਂ। ਵਿਚਾਰੀ ਦਾ ਮਨ ਹੋਰ ਹੋ ਜਾਂਦਾ, ਕੰਮ ਤਾਂ ਮੈਥੋਂ ਵੀ ਕਿਹੜਾ ਹੁੰਦਾ ਬਹੁਤਾ, ਇੱਕ ਬੰਦਾ ਬੈਠਾ ਰਹਿੰਦਾ, ਘਰ 'ਚ ਬੰਦਾ ਹਰ ਵੇਲੇ ਬਿਮਾਰ ਪਿਆ ਹੋਵੇ, ਸਾਰਾ ਘਰ ਹੀ ਬਿਮਾਰ ਲੱਗਦਾ, ਧੀ ਦੀ ਔਖ ਵੀ ਵੇਖਣੀ ਔਖੀ ਹੈ। ਇਹਨਾਂ ਦੇ ਢਿੱਡਾਂ ਨੂੰ ਹੋਰ ਹੀ ਗੱਲਾਂ ਭਰੀਆਂ ਪਈਆਂ, ਅੰਦਰ ਸਾਫ਼ ਹੋਵੇ ਤਾਂ ਸਹਿਜ ਹੋਣ, ਚੰਗਾ ਕਮਾਉਂਦੇ ਆ, ਚੰਗਾ ਖਾਂਦੇ ਆ, ਅੰਦਰ ਪਤਾ ਨਹੀਂ ਕੀ ਘੁਲਦਾ ਰਹਿੰਦਾ ਦੋਨਾਂ ਦੇ। ਰਾਹੁਲ ਪੋਤੇ ਨੇ +2 ਕੀਤੀ ਹੈ ਨਾਨ ਮੈਡੀਕਲ ਨਾਲ, ਉਸਨੂੰ ਇੰਜੀਨੀਅਰਿੰਗ 'ਚ ਦਾਖਲਾ ਮਿਲਿਆ, IIT ਰੁੜਕੀ ਦਾਖਲਾ ਭਰ ਕੇ ਆਇਆ, ਲਾਬੀ 'ਚ ਸਾਰੇ ਇਕੱਠੇ ਬੈਠੇ ਸੀ, ਮੈਨੂੰ ਚਾਅ ਸੀ ਪੂਰਾ, ਮੈਂ ਕਿਹਾ ਪੁੱਤ ਪੜ੍ਹਿਆ ਕਰ ਵਧੀਆ, ਦਿਲ ਲਾ ਕੇ ਜਿੰਨੇ ਪੈਸੇ ਤੇਰੇ ਮੰਮੀ ਪਾਪਾ ਦੇਣ ਉਹ ਵੀ ਠੀਕ ਹੈ, ਜੇ ਹੋਰ ਲੋੜ ਹੋਵੇ ਮੈਨੂੰ ਫੋਨ ਕਰ ਦਿਆ ਕਰੀ, ਮੈਂ ਆਪੇ ਭੇਜਿਆ ਕਰੂੰ, ਔਖ ਨਾ ਕੱਟੀ। ਸਾਰੇ ਖੁਸ਼ੀ ਬੈਠੇ ਸਾਂ ਤਾਂ ਰਾਜਨ ਬੋਲਦਾ, ਮੰਮੀ ਚੰਗਾ ਹੋਇਆ ਤੁਸੀਂ ਗੱਲ ਯਾਦ ਕਰਵਾ ਦਿੱਤੀ, ਮੈਂ ਰਾਤ ਵੀ ਸੋਚਦਾ ਰਿਹਾ, ਰਾਹੁਲ ਲਈ ਹਾਇਰ ਐਜੂਕੇਸ਼ਨ ਲੋਨ ਅਪਲਾਈ ਕਰ ਦਿਆਂ, ਕੋਠੀ ਦੀ ਰਜਿਸਟਰੇਸ਼ਨ ਮੇਰੇ ਨਾਂ ਹੋ ਜਾਵੇ, ਅਚਲ ਜਾਇਦਾਦ ਦੀ ਗਰੰਟੀ ਦੇਣੀ ਪੈਂਦੀ ਹੈ ਮੈਨੂੰ, ਬੱਚਾ ਪੜ੍ਹਦਾ ਰਹੂ, ਨਾਲੇ ਆਪਾਂ ਸੌਖੇ ਰਹਾਂਗੇ। ਬੇਟੇ ਤੇਰੇ ਨਾਂ ਚੇਂਜ ਕਰਨ ਦੀ ਕੀ ਗੱਲ ਹੈ, ਮੈਂ ਸਿੱਧੀ ਮਾਰਟਗੇਜ ਕਰਵਾ ਦਿੰਦੀ ਹਾਂ, ਲੈ ਮੇਰੇ 'ਤੇ ਯਕੀਨ ਨਹੀਂ ਤੈਨੂੰ, ਮੈਂ ਹੀ ਸਾਂਭਾਂਗਾ ਤੈਨੂੰ, ਕੋਠੀ ਨੇ ਨਹੀਂ ਸੰਭਾਲਣਾ, ਸਾਂਭ ਸੰਭਾਲ ਦਾ ਮੌਕਾ ਆਊ ਬੇਟੇ ਸੰਭਾਲ ਲਈ, ਹਾਲੇ ਮੈਂ ਤੁਰੀ ਫਿਰਦੀ ਹਾਂ ਦਵਾਈਆਂ ਬੂਟੀਆਂ ਦੇ ਸਹਾਰੇ, ਬੱਚੇ ਨੂੰ ਪੜ੍ਹਾ। ਬਸ ਇਸੇ ਗੱਲ 'ਤੇ ਤਿਣਕ ਹੋ ਗਿਆ, ਮਮਤਾ ਦਾ ਫੋਨ ਆ ਜੇ, ਹਰੇਕ ਚੀਜ਼ ਉਹਨੂੰ ਹਾਜ਼ਰ ਕਰਦੀ ਹੈ, ਪੈਨਸ਼ਨ ਮਿਲੂ ਤਾਂ ਦਿੱਲੀ ਵਾਲੀ ਗੱਡੀ ਫੜ ਲੂ, ਕਿਸੇ ਮੇਰੀ ਕਿਸੇ ਗੱਲ ਦੀ ਕੋਈ ਕਦਰ ਨਹੀਂ, ਮੈਨੂੰ ਬੋਲਿਆ। ਬੱਚੇ ਦੀ ਸਾਰੀ ਖੁਸ਼ੀ ਕਲੇਸ਼ 'ਚ ਰੋਲਤੀ ਇਹਨੇ, ਮੈਂ ਸੁਣ ਕੇ ਫਿਰ ਵੀ ਚੁੱਪ ਰਹੀ। ਆਖੂ ਤੀਜੇ ਦਿਨ ਮਮਤਾ ਕੋਲ ਕੀ ਲੈਣ ਜਾਂਦੀ ਹੈ, ਰਵੀ ਕੰਪਨੀ ਚਲੀ ਜਾਂਦਾ, ਮਮਤਾ ਡਿਊਟੀ 'ਤੇ ਤੁਰ ਜਾਂਦੀ ਹੈ, ਤੂੰ ਦੱਸ ਇਕੱਲੀ ਕਿਹਦੇ ਕੋਲ ਜਾਂਦੀ ਹੈ। ਮੈਂ ਬਥੇਰਾ ਸਮਝਾਇਆ, ਧੀ ਦੀ ਔਫ ਕਰਕੇ ਜਾਂਦੀ ਹਾਂ, ਸਾਰਾ ਦਿਨ ਵਿਚਾਰੀ ਰੁੜੀ ਰਹਿੰਦੀ ਹੈ, ਕੁੜੀ ਬਾਹਰ ਹੈ, ਉਹਦਾ ਫਿਕਰ ਕਰਦੀ ਹੈ, ਮੁੰਡਾ ਆਪ ਛੋਟਾ ਇੰਨਾ ਚੁਸਤ ਨਹੀਂ, ਘਰ ਦੀ ਬਿਮਾਰੀ 'ਚ ਹਰ ਵੇਲੇ ਦੀ ਔਖ ਨਾਲ ਬੰਦਾ ਟੁੱਟ ਜਾਵੇ।
ਨਾਲੇ ਜਿਹੜਾ ਰੋਜ਼ ਜਾਂਦੀ ਹੈ 2 ਮਹੀਨੇ ਮਗਰੋਂ ਜਾ ਕੇ ਆਉਂਦੀ ਹਾਂ, ਹੋਰ ਉੱਥੇ ਜਾ ਕੇ ਮੈਂ ਉਸਨੂੰ ਕੀ ਦੇ ਜਾਂਦੀ ਹਾਂ, ਪਰ ਮੇਰੀ ਇੱਕ ਵੀ ਸੁਣਨ ਨੂੰ ਤਿਆਰ ਨਹੀਂ। ਥੋੜ ਤੇ ਚੱਕੀ ਰੱਖਦਾ ਅੰਨੀ ਬਹਾਨੀ, ਆਖੂ ਸਾਡੇ ਬੱਚਿਆਂ ਦਾ ਖਿਆਲ ਕਰ, ਜਦ ਗੱਲ ਕਰੀਏ ਖਾਲੀ ਹੱਥ ਬੁਲਾ ਦਿੰਦੀ ਹਾਂ। ਜੀ ਨੈਟ ਦਾ ਮਸਲਾ ਫਿਰ ਆ ਗਿਆ, ਇੱਕ ਮੋਗੇ ਹੀ ਗਾਣੇ ਜੀ। ਅੱਛਾ ਜੀ, ਇਸ ਦੌਰਾਨ ਮੈਂ ਦੱਸਾਂਗੇ, ਇੱਕ ਸਾਡੇ ਦੋਸਤ ਦੀਪ ਦਵਿੰਦਰ ਕਹਿ ਰਹੇ ਨੇ ਕਿ ਡਾਕਟਰ ਕਰਾਮਤ ਅਲੀ ਤਲਵਿੰਦਰ ਵੀਰ ਨਾਲ ਮੇਰੇ ਘਰ ਆਏ ਸਨ ਅੰਮ੍ਰਿਤਸਰ, ਲੋ ਤੁਹਾਡੀ ਪਿਛਲੀ ਵੀ ਯਾਦ ਇੱਕ ਸਾਂਝੀ ਹੋ ਗਈ ਡਾਕਟਰ ਕਰਾਮਤ ਸਾਹਿਬ। ਪੁੱਛਿਆ ਜਾਂਦਾ ਪਰਸੋਂ ਮਮਤਾ ਕੋਲੋਂ ਆਈ, ਰਾਤ ਨੂੰ ਪੈ ਗਏ ਰੋਟੀ ਖਾ ਕੇ, ਕੱਲ ਸਵੇਰੇ ਰਾਜਨ ਕਹਿੰਦਾ ਮੰਮੀ ਗਰਮੀਆਂ ਆ ਰਹੀਆਂ ਨੇ, ਪੁਰਾਣਾ ਏਸੀ ਠੀਕ ਨਹੀਂ ਚੱਲ ਰਿਹਾ, ਬਦਲਣਾ ਹੈ, ਪੈਨਸ਼ਨ ਮਿਲ ਗਈ ਹੋਊ। ਮੈਂ ਕਿਹਾ ਮੇਰੀ ਸਿਹਤ ਠੀਕ ਨਹੀਂ, ਕੁਛ ਮੈਂ ਦਵਾਈਆਂ ਲੈ ਆਈ, ਦੂਰ ਦਾ ਪੈਂਡਾ ਕਰਕੇ ਕਿਰਾਇਆ ਪਹਾੜਿਆਂ 'ਚ ਐਤਕੀ ਲੱਗ ਗਏ ਪੈਸੇ, ਇੰਨਾ ਹੀ ਕਿਹਾ। ਬਸ ਫਿਰ ਕੀ ਸੀ, ਉਹ ਬੋਲਿਆ ਜੋ ਨਹੀਂ ਬੋਲਣਾ ਸੀ, ਉੱਥੇ ਜਾਣ ਵਾਸਤੇ ਬਥੇਰੇ ਪੈਸੇ ਆ ਜਾਂਦੇ ਨੇ, ਆਪਦੇ ਘਰ ਵਾਸਤੇ ਕੁਛ ਨਹੀਂ ਤੇਰੇ ਕੋਲੇ। ਉਹ ਬੇਗਾਨੇ ਖੂਨ ਨੂੰ ਪਾਲ ਦਿੱਤਾ, ਪੜ੍ਹਾ ਦਿੱਤਾ, ਵਿਆਹ ਦਿੱਤੀ, ਹਾਲੇ ਹੋਰ ਕੀ ਰਹਿ ਗਿਆ ਉਹਦਾ। ਚੁੱਕਦੀ ਹੈ ਅਟੈਚੀ ਗੰਜੀ ਮਾਸੀ, ਖੂਹ ਸਲਾਮ ਦਿੱਲੀ। ਕਿੰਨਾ ਚਿਰ ਬੋਲਿਆ ਮੈਂ, ਫਿਰ ਵੀ ਚੁੱਪ ਰਹੀ। ਇੰਨੇ ਨੂੰ ਮੇਮ ਸਾਹਿਬ ਵੀ ਅੰਦਰੋਂ ਬੋਲ ਉੱਠੀ, ਕਿਉਂ ਆਪਦਾ BP ਵਧਾਇਆ, ਇਹਦਾ ਕੀ ਜਾਊ ਡਾਕਟਰਾਂ ਕੋਲ, ਤੁਸੀਂ ਤੇਰੇ ਫੁਰੇ ਗਏ, ਅੰਦਰ ਆ ਜਾਓ। ਮਨ 'ਚ ਆਵੇ ਕੀ ਕਹਾਂ ਵੀ BP ਤੂੰ ਵਧਾਉਣੀ ਹੈ, ਜਿਹੜੀ ਰਾਤ ਦੀ ਲੱਗੀ ਪਈਆਂ ਇਹਦਾ ਦਿਮਾਗ ਚੱਕਣ, ਇਹ ਡੋਰੂ ਨੂੰ ਇੰਨੀਆਂ ਕਿੱਥੇ ਉੱਡਦੀਆਂ, ਮਗਰੋਂ ਆ ਕੇ ਸੱਚੀ ਬਣਦੀਆਂ। ਆਖੇ ਚੁੱਪ ਰਹੋ, ਮੈਂ ਚੁੱਪ ਰਹੀ, ਜੇ ਬੋਲੀ ਤਾਂ ਗੱਲ ਹੋਰ ਵਧੂ। ਨਿਟਾਲ ਹੋ ਕੇ ਆਪਦੇ ਕਮਰੇ 'ਚ ਆ ਪਈ, ਵਾਹਵਾ ਚਿਰ ਬਾਅਦ ਗੁਸਲਖਾਨੇ ਬੰਨੀ ਗਈ ਤਾਂ ਲੱਗੇ ਪਏ ਦੋਵੇਂ, ਪੱਖੇ ਦੀ ਆਵਾਜ਼ 'ਚ ਮੇਰੇ ਬਾਹਰ ਆਉਣ ਦਾ ਪਤਾ ਹੀ ਨਾ ਲੱਗਿਆ ਇਹਨਾਂ ਨੂੰ। ਤੁਸੀਂ ਮੂੰਹ ਨਹੀਂ ਵੇਖਿਆ ਕਿਵੇਂ ਨੀਲ ਪਾਏ ਪਏ ਨੇ ਬਾਹਾਂ 'ਤੇ, ਨਾਲੇ ਗਲੇ ਕੋਲ ਮੋਢਿਆਂ 'ਤੇ ਝਰੀਟਾਂ ਵੀ ਨੇ। ਆਹੋ ਮੈਂ ਸਭ ਸਮਝਦਾ, ਮੈਂ ਨਿਆਣਾ ਉਹ ਭੈਣ 'ਚੋਂ ਚੰਗਾ ਹੱਟਾ ਕੱਟਾ ਪਿਆ, ਤੀਵੀਂ 5 ਸਾਲ ਹੋ ਗਏ ਮੰਜੇ 'ਚ ਪਈ ਹੈ, ਇੱਥੇ ਆ ਗਈ ਉਹਨੂੰ ਮੁਫ਼ਤ 'ਚ। ਆਹੀ ਗੱਲ ਤਾਂ ਮੈਂ ਕਹਿੰਦੀ ਹਾਂ, ਹੋਰ ਸਾਂਭਦੇ ਨੇ ਇਹ ਮਰੀਜ਼ ਨੂੰ, ਧੀ ਨੂੰ ਚੜ੍ਹੇ ਮਹੀਨੇ ਪੈਨਸ਼ਨ ਫੜਾ ਆਉਂਦੀ ਹੈ, ਉਹਨੂੰ ਕੀ ਲੋੜ ਹੈ ਬੋਲਣ ਦੀ, ਉਹ ਕਿਉਂ ਕੁਸਕਦੀ ਹੈ। ਸੁਣ ਕੇ ਸਰੀਰ ਕੰਬ ਗਿਆ, ਕਦਮ ਉੱਥੇ ਹੀ ਰੁਕ ਗਏ, ਲੱਤਾਂ ਦਾ ਭਾਰ ਮਣਾ ਮੁਣੀ ਹੋ ਗਿਆ, ਲੱਗਿਆ ਦਿਮਾਗ ਦੀ ਨਾੜੀ ਫਟੂ। ਮਸਾਂ ਗੁਸਲਖਾਨੇ ਵਿੱਚ ਗਈ, ਵਾਪਸ ਆ ਮੰਜੇ 'ਤੇ ਧੜੰਬ ਦੇਣੇ ਡਿੱਗੀ, ਪਤਾ ਨਹੀਂ ਲੱਗਾ ਕਿਹੜੇ ਵੇਲੇ ਹਨੇਰਾ ਹੋ ਗਿਆ, ਨਾ ਇਹਨਾਂ ਨੇ ਬੁਲਾਇਆ ਨਾ ਮੈਂ ਬੋਲੀ। ਬੈਗ ਵਿੱਚ ਕੱਪੜੇ ਉਵੇਂ ਪਾਏ ਪਏ ਨੇ, ਹੁਣ ਇਸ ਘਰ ਦਾ ਮੂੰਹ ਨਹੀਂ ਦੇਖੂੰਗੀ। ਆਪਣਾ ਬੈਗ ਅਤੇ ਅਟੈਚੀ ਚੁੱਕ ਤੁਰਨ ਲੱਗਦੀ ਹਾਂ, ਪਿੱਛੋਂ ਨੀਨਾ ਦੀ ਆਵਾਜ਼ ਹੈ, ਦਾਦੀ ਮਾਂ ਆਜ ਫਿਰ ਕਹਾਂ ਚਲੇ, ਨਹੀਂ ਜਾਣਾ, ਮੁਝੇ ਅਕੇਲੇ ਰਹਿਣਾ ਪੜਤਾ ਹੈ, ਬੈਨ ਆਨੇ ਤੱਕ, ਮੁਝੇ ਐਸਾ ਨਹੀਂ ਅੱਛਾ ਲੱਗਦਾ, ਮੈਂ ਨਹੀਂ ਜਾਣੇ ਦੂੰਗੀ। ਨੀਨਾ ਮੇਰਾ ਬੈਗ ਫੜ ਕੇ ਅੰਦਰ ਵੱਲ ਖਿੱਚ ਰਹੀ ਹੈ, ਨਾ ਬੇਟੇ ਰਹਿਣ ਦੇ, ਉਹ ਦੇਖੋ ਦਾਦਾ ਜੀ ਵੇਖ ਰਹੇ ਹੈ, ਨਾਰਾਜ਼ ਹੋਵੋਗੇ। ਪੋਤੀ ਦੇ ਬੋਲ ਸੁਣ ਕੇ ਕਮਰੇ ਅੰਦਰ ਕੰਧ 'ਤੇ ਟੰਗੀ ਰਮੇਸ਼ ਦੀ ਫੋਟੋ ਬੰਨੀ ਵੇਖ ਕੇ ਤਾਂ ਸਾਹ ਸੂਤੇ ਜਾਂਦੇ ਨੇ, ਬੈਗ ਹੱਥੋਂ ਸੁੱਕ ਜਾਂਦਾ। ਸੁੰਨ ਹੋਈ ਦਾ ਦੇਹਲੀ ਦੇ ਇੱਕ ਪੈਰ ਤੇ ਦੂਜਾ ਅੰਦਰ ਹੈ। ਜੀ ਸ਼ੁਕਰੀਆ ਜੀ, ਦਰਸ਼ਨ ਜੋਗਾ ਨੇ ਕਹਾਣੀ ਬੜੀ ਸੋਹਣੀ ਸਾਂਝੀ ਕੀਤੀ। ਹੁਣ ਮੈਂ ਚਾਹਾਂਗਾ ਕਿ ਜਿਹੜੇ ਜਿਵੇਂ ਕਹਿੰਦੇ ਨੇ ਜੀ ਮਾਂ ਦਾ ਇਸ ਤੋਂ ਦਰਜਾ ਹੈ ਕਿ ਮਾਂ ਨੂੰ ਕੁਰਬਾਨੀ ਦੇਣੀ ਪੈਂਦੀ ਹੈ, ਤੇ ਪ੍ਰਧਾਨ ਦਾ ਵੀ ਇਸ ਤੋਂ ਦਰਜਾ ਹੈ ਕਿ ਪ੍ਰਧਾਨ ਨੇ ਸਾਰੀਆਂ ਕਹਾਣੀਆਂ ਸੁਣਨੀਆਂ ਹੁੰਦੀਆਂ ਨੇ, ਆਖਰ ਤੇ ਫਿਰ ਆਪਣੀ ਗੱਲ ਕਰਨੀ ਹੁੰਦੀ। ਤੇ ਅੱਜ ਦੇ ਪ੍ਰਧਾਨ ਜਾਹਿਰ ਸਾਨੂੰ ਅਸੀਂ ਬੇਨਤੀ ਕਰਨੇ ਆ ਕਿ ਉਹ ਰਾਮ ਸਰੂਪ ਅਣਖੀ ਹੋਰਾਂ ਦੇ ਵਾਲੇ ਵੀ ਆਪਣੇ ਵਿਚਾਰ ਸਾਂਝੇ ਕਰਨ, ਔਰ ਆਪਣੀ ਕੋਈ ਕਹਾਣੀ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰਨ ਵਾਲਿਆਂ ਨਾਲ। ਇਹ 'ਚ ਕੋਈ ਸ਼ੱਕ ਨਹੀਂ ਕਿ ਕਹਾਣੀ ਦੇ ਸੁਣਨ ਵਾਲੇ ਮੁਸ਼ਾਇਰਿਆਂ ਨਾਲ ਥੋੜ੍ਹੇ ਹੁੰਦੇ ਨੇ, ਲੇਕਿਨ ਜਿੰਨੇ ਵੀ ਹੁੰਦੇ ਨੇ ਉਹ ਸੰਜੀਦਾ ਹੁੰਦੇ ਰਹੇ ਤੱਕ ਜੁੜੇ ਹੋਏ ਨਾਲ, ਔਰ ਸਾਡੀਆਂ ਕਹਾਣੀਆਂ ਤੋਂ ਸਵਾਦ ਲੈ ਰਹੇ ਨੇ, ਔਰ ਡਾਕਟਰ ਜ਼ਾਹਿਦ ਹਸਨ ਸਾਹਿਬ ਨੂੰ ਸੁਣਨਾ ਚਾਹੁੰਦੇ। ਜੀ ਜ਼ਾਹਿਦ ਭਾਈ ਜੀ, ਮੇਰੀ ਮੇਰੇ ਖਿਆਲ ਆਵਾਜ਼ ਵੀ ਆ ਰਹੀ ਹੋਏਗੀ, ਹੁਣ ਤਸਵੀਰ ਵੀ ਵਿੱਚੋਂ ਥੋੜ੍ਹਾ ਜਿਹਾ ਮਸਲਾ ਖਰਾਬ ਹੋ ਗਿਆ ਸੀ, ਲੇਕਿਨ ਉਮੀਦ ਹੈ ਕਿ ਹੁਣ ਠੀਕ ਹੋ ਗਿਆ। ਅਸਲ 'ਚ ਅਸੀਂ ਟੈਕਨੀਕਲ ਬੰਦੇ ਨਹੀਂ ਹੁੰਦੇ ਨਾ, ਤੇ ਐਵੇਂ ਹੀ ਕਿਸੇ ਚੀਜ਼ ਨੂੰ ਉਂਗਲ ਲਾ ਦਈਏ ਤੇ ਫਿਰ ਹਰ ਚੀਜ਼ ਜਿਹੜੀ ਨਾ ਅਦਲ ਬਦਲ ਹੋ ਜਾਂਦੀ ਹੈ। ਅੱਛਾ, ਇਹੀ ਕੰਮ ਹੁੰਦਾ ਹੈ ਕਹਾਣੀ ਦਾ ਵੀ, ਕਿ ਕਹਾਣੀ ਜਿਹੜੀ ਹੈ ਨਾ ਉਹ ਵੀ ਸਾਡੇ ਕੋਲੋਂ ਇੰਨੀ ਤਵੱਜੋ ਇੰਨੀ ਫੋਕਸ ਕਹਿੰਦੀ ਹੈ ਕਿ ਇਨਸਾਨ ਨੂੰ ਮੇਰੇ 'ਤੇ ਕਰਕੇ ਤੇ ਲਿਖਣਾ ਚਾਹੀਦਾ ਹੈ ਕਿ ਜਿਹਦੀ ਹੱਦ ਨਹੀਂ।
और जिहड़े वड्डे वड्डे कहानीकार ने उह तां इहनां नूं पता है साडे बड़े अच्छे कहानीकार अज शामिल होए। लेकिन इह सारी गल्लां तों पहले इक तां मैं तुहानूं ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਮੈਂ ਕੋਈ ਕਹਾਣੀ ਨਹੀਂ ਪੜ੍ਹਾਂਗਾ, ਗੱਲਾਂ ਚਲੋ ਦੋ ਚਾਰ ਕਰ ਲਵਾਂਗੇ ਦੋਸਤ, ਕਹਾਣੀਆਂ ਮੇਰੀਆਂ ਉੱਥੇ ਇਹਨਾਂ ਨੂੰ ਪਤਾ ਹੈ ਕਿ ਕਿਤਾਬਾਂ ਮਸ਼ਰਕੀ ਪੰਜਾਬ ਵਿੱਚ ਵੀ ਦੋ ਚਾਰ ਛਪੀਆਂ ਹੋਈਆਂ ਨੇ, ਕਹਾਣੀਆਂ ਵੀ ਛਪਦੀਆਂ ਰਹਿੰਦੀਆਂ ਨੇ। ਮੈਂ ਬੁਨਿਆਦੀ ਤੌਰ 'ਤੇ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਜਿਹੜੀ ਇੱਕ ਇਦਾਰਾ ਹੈ, ਇੱਕ ਤਾਂ ਪੰਜਾਬੀ ਕਾ ਹੋ ਗਿਆ, ਇੱਕ ਹੋ ਗਿਆ ਕੀਮਤੀ ਗੱਲਾਂ, ਉਹ ਕਿਤੇ ਕਿਹੜਾ ਇਦਾਰਾ ਹੈ? ਲੇਕਿਨ ਇਹ ਜਿਹੜਾ ਇਹ ਤਕਰੀਬਾਤ ਹੋ ਰਹੀਆਂ ਨੇ, ਰਾਮ ਸਰੂਪ ਅਣਖੀ ਸਭਾ ਬਣੀ ਹੈ ਇਹਨਾਂ ਦੇ ਬਜ਼ੁਰਗਾਂ ਦੇ ਆਪਣੇ ਨਾਂ ਤੇ, ਤੇ ਬੇਅੰਤ ਬਾਜਵਾਰੀ ਇਹਦੇ ਮੋਢੀ ਨੇ, ਇਹ ਉਹ 6 ਦਿਨ ਦੀਆਂ ਤਕਰੀਬਾਤ ਕਰ ਰਹੇ ਨੇ ਉਹਨਾਂ ਲਈ, ਤੇ ਮੈਨੂੰ ਬਹੁਤ ਅੱਛਾ ਲੱਗਾ ਕਿਸੇ ਦੇ ਜਾਣ ਮਗਰੋਂ ਕਿਸੇ ਪੰਜਾਬੀ ਲਿਖਾਰੀ ਨੂੰ ਵਡਿਆਇਆ ਜਾਏ, ਤੇ ਇਹ ਮੈਨੂੰ ਬਹੁਤ ਪਸੰਦ ਆਇਆ। ਤੇ ਇਸ ਤੋਂ ਪੰਜਾਬੀ ਕਾ ਤੇ ਰਾਮ ਸਰੂਪ ਅਣਖੀ ਸਭਾ ਰਲ ਕੇ ਇਹ 6 ਦਿਨ ਦੀਆਂ ਤਕਰੀਬਾਤ ਕਰ ਰਹੀਆਂ ਨੇ ਜੀ। ਮੈਂ ਬਾਜਵਾ ਸਾਹਿਬ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹ ਬਿਲਾਖਿਰ ਉਹ ਵੀ ਨਜ਼ਰ ਆਏ, ਔਰ ਮੈਂ ਜਿਹੜੀਆਂ ਅੱਜ ਕਹਾਣੀਆਂ ਸੁਣੀਆਂ ਨੇ, ਖਾਸ ਤੌਰ 'ਤੇ ਮੈਂ ਮਲਿਕ ਸਾਹਿਬ ਤੁਹਾਡਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਸਾਰੇ ਲਿਖਣ ਵਾਲਿਆਂ ਨੂੰ ਔਰ ਖਾਸ ਤੌਰ 'ਤੇ ਪੰਜਾਬੀਆਂ ਨੂੰ ਕਿ ਹੁਣ ਜਿਹੜਾ ਸੋਰਸ ਹੈ ਨਾ, ਜਿਹੜਾ ਨੈੱਟ ਦਾ ਔਰ ਹੈ ਜਿਹੜਾ ਆਨਲਾਈਨ ਸਿਸਟਮ ਚੱਲਿਆ ਹੈ, ਇਹ ਬਹੁਤ ਵੱਡਾ ਜ਼ਰੀਆ ਹੈ ਔਰ ਇਹਦੇ ਜ਼ਰੀਏ ਅਸੀਂ ਬਹੁਤ ਸਾਰਾ ਕੰਮ ਜਿਹੜਾ ਕਿ ਪਹਿਲੇ ਨਹੀਂ ਹੋ ਸਕਿਆ ਸੀ ਉਹ ਕਰ ਸਕਦੇ ਹਾਂ। ਪੰਜਾਬੀ ਕਾ ਦਾ ਵੀ, ਕੀਮਤੀ ਗੱਲਾਂ ਦਾ ਵੀ, ਹੋਰ ਜਿਤਨੀਆਂ ਵੀ ਸੱਥਾਂ ਨੇ ਜਿਵੇਂ ਬੇਅੰਤ ਸਾਹਿਬ ਦੀ ਹੈ, ਉਸ ਆਪਣੇ ਉਹਨਾਂ ਨੇ ਬਣਾਈ ਅਣਖੀ ਸਾਹਿਬ ਉਹਨਾਂ ਦੇ ਪਿੰਡ 'ਚ ਬਹਿ ਕੇ, ਇਹ ਸਾਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਕਿ 2-3 ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਰੂਰੀ ਨੇ। ਮੈਂ ਫਿਰ ਅੱਜ ਦੀਆਂ ਕਹਾਣੀਆਂ ਵਾਲੇ ਪਾਸੇ ਵੀ ਆਵਾਂਗਾ ਜ਼ਰੂਰ, ਬਹੁਤ ਮੈਂ ਗੌਰ ਨਾਲ ਜਿਤਨਾ ਸੁਣ ਸਕਿਆ, ਕਿਉਂਕਿ ਲਿੰਕ ਸਾਡਾ ਜਿਹੜਾ ਨਾ ਡਾਊਨ ਹੁੰਦਾ ਰਿਹਾ ਔਰ ਫਿਰ ਰਾਬਤਾ ਬਹਾਲ ਵੀ ਹੁੰਦਾ ਰਿਹਾ, ਕਿ ਕਿਸੇ ਵੀ ਇੱਕ ਗੱਲ ਤੇ ਤੈਅ ਹੈ ਕਿ ਪੰਜਾਬੀ ਜ਼ਬਾਨ ਸਦੀਆਂ ਤੋਂ ਇਸ ਧਰਤੀ 'ਤੇ ਮੌਜੂਦ ਹੈ ਔਰ ਜਦੋਂ ਤੱਕ ਇਨਸਾਨ ਮੌਜੂਦ ਰਹੇਗਾ, ਇਹ ਮੇਰਾ ਯਕੀਨ ਹੈ ਇਹ ਜ਼ਬਾਨ ਮੌਜੂਦ ਰਹੇਗੀ। ਉਹਦੀ ਕਈ ਵਜੂਹਾਤ ਹੈ, ਉਹਦੇ 'ਚ ਬੜੀਆਂ ਵਜ੍ਹਾ ਤੇ ਨੇ ਕਿ ਸਾਡੇ ਇਸ ਜ਼ਬਾਨ 'ਚ ਬਹੁਤ ਵੱਡੀ ਇੱਕ ਫੋਕ ਟ੍ਰੈਡੀਸ਼ਨ ਮੌਜੂਦ ਰਹੀ ਹੈ, ਲੋਕਾਈ ਦਾ ਅਦਬ ਮੌਜੂਦ ਰਿਹਾ ਹੈ। ਫਿਰ ਉਸ ਤੋਂ ਬਾਅਦ ਸਾਡੇ ਸੂਫੀਆ ਕਰਾਮ ਦਾ ਇੰਨਾ ਜ਼ਿਆਦਾ ਅਦਬ ਮੌਜੂਦ ਹੈ, ਸ਼ਾਇਰੀ ਮੌਜੂਦ ਹੈ, ਬੁਨਿਆਦੀ ਤੌਰ 'ਤੇ ਸ਼ਾਇਰੀ ਹੈ, ਲੇਕਿਨ ਅਸੀਂ ਚੂੰਕਿ ਗੌਰ ਨਹੀਂ ਕੀਤਾ ਕਿ ਸਾਡਾ ਜਿਹੜਾ ਨਸਰ ਦਾ ਸਰਮਾਇਆ ਹੈ ਉਹ ਵੀ ਬੜਾ ਕਦੀਮ ਹੈ। ਅੱਜ ਤੋਂ ਕੋਈ 550 ਸਾਲ ਪਹਿਲੇ ਜਿਹੜੀਆਂ ਸਾਨੂੰ ਨਸਰ ਦੀਆਂ ਸੂਰਤਾਂ ਮਿਲਦੀਆਂ ਨੇ ਨੌਸ਼ਾਗੰਜ ਬਖਸ਼ ਹੋਰਾਂ ਦੀਆਂ, ਉਹ ਵੀ ਕੋਈ ਇੰਨੀ ਮਤਲਬ ਕਿ ਨਵੀਆਂ ਚੀਜ਼ਾਂ ਨਹੀਂ ਨੇ। ਸੋ ਇਹ ਬਹੁਤ ਕਦੀਮ ਜ਼ਬਾਨ ਹੈ ਔਰ ਜਿਹਦੇ 'ਚ ਗੁਰੂਆਂ ਨੇ, ਸੂਫੀਆਂ ਨੇ, ਸੰਤਾਂ ਨੇ ਔਰ ਸਾਰੇ ਇਸ ਤਰ੍ਹਾਂ ਦੇ ਮਾਣਯੋਗ ਸਾਡੇ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਆਪਣਾ ਕਲਾਮ ਲਿਖਿਆ ਹੋਵੇ, ਆਪਣੀ ਗੱਲ ਕੀਤੀ ਹੋਵੇ, ਆਪਣੀ ਦਾਨਾਈ, ਆਪਣੀ ਵਿਜ਼ਡਮ ਜਿਹੜੀ ਹੈ ਸਾਂਝੀ ਕੀਤੀ ਹੋਵੇ, ਤਾਂ ਮੈਂ ਸਮਝਣਾ ਕਿ ਉਹ ਉਹਨੂੰ ਕੋਈ ਹਿਲਾ ਨਹੀਂ ਸਕਦਾ। ਜਿਹਦੇ 'ਚ ਬੜੇ ਬੜੇ ਵੱਡੇ ਗਾਇਕ ਮੌਜੂਦ ਹੋਵਣ, ਜਿਹਦੇ 'ਚ ਵਾਰਿਸ ਸ਼ਾਹ ਵਰਗੇ ਸ਼ਾਇਰ ਮੌਜੂਦ ਹੋਵਣ, ਜਿਹਦੇ 'ਚ ਗੁਰੂ ਨਾਨਕ ਵਰਗੇ ਔਰ ਦੂਸਰੇ ਗੁਰੂਆਂ ਦੇ ਵਰਗੇ ਲਿਖਿਆਰ ਮੌਜੂਦ ਹੋਵਣ, ਮੈਂ ਕਹਿੰਦਾ ਕਿ ਉਹਨੂੰ ਤਾਂ ਕੋਈ ਹਿਲਾਉਣ ਵਾਲੀ ਗੱਲ ਨਹੀਂ ਹੈ। ਹੁਣ ਰਹਿ ਗਈ ਗੱਲ ਕਿ ਕੋਈ ਵੀ ਜ਼ਬਾਨ ਜਿਹੜੀ ਨਵਾਂ ਜ਼ਮਾਨਾ ਹੈ ਉਹਦੇ 'ਚੋਂ ਕਿਵੇਂ ਸਰਵਾਈਵ ਕਰ ਸਕਦੀ ਹੈ, ਉਹ ਅੱਗੇ ਕਿਵੇਂ ਵੱਧ ਸਕਦੀ ਹੈ, ਉਹਦੇ ਨਾਲ ਜਿਹੜਾ ਕਲਚਰ, ਜਿਹੜਾ ਹੈਰੀਟੇਜ, ਜਿਹੜੀ ਸਕਾਫਤ, ਜਿਹੜਾ ਇੱਕ ਚੀਜ਼ਾਂ ਜੁੜੀਆਂ ਹੋਈਆਂ ਨੇ ਲੋਕਾਂ ਦੀਆਂ, ਉਹਨਾਂ ਨੂੰ ਅਸੀਂ ਅੱਗੇ ਕਿਸ ਤਰ੍ਹਾਂ ਬਤਾ ਸਕਦੇ ਹਾਂ। ਅਤੇ ਮੈਂ ਸਮਝਣਾ ਕਿ ਇਸ ਵਕਤ ਵਹਿਦ ਜਿਹੜਾ ਸੋਰਸ, ਵਹਿਦ ਜਿਹੜਾ ਮੀਡੀਅਮ ਰਹਿ ਗਿਆ, ਜਿਹੜਾ ਜ਼ਰੀਆ ਰਹਿ ਗਿਆ, ਉਹ ਕਹਾਣੀ ਹੈ। ਇਹ ਸਾਡੇ ਕਰਾਮਤ ਸਾਹਿਬ ਬੈਠੇ ਨੇ, ਤੁਸੀਂ ਮਲਿਕ ਸਾਹਿਬ ਮੌਜੂਦ ਹੋ, ਸਾਡੇ ਹੋਰ ਸੀਨੀਅਰ ਜਿਹੜੇ ਇੱਥੇ ਲਿਖਣ ਵਾਲੇ ਨੇ, ਜਦੋਂ ਵੀ ਉਹਨਾਂ ਨਾਲ ਗੱਲ ਹੁੰਦੀ ਹੈ ਤਾਂ ਅਸੀਂ ਇਹੀ ਕਹਿੰਦੇ ਹਾਂ ਕਿ ਕਿਸੇ ਵੀ ਜ਼ਬਾਨ ਨੂੰ ਅੱਗੇ ਵਧਾਉਣ ਲਈ, ਉਹਨੂੰ ਬਚਾਉਣ ਲਈ, ਉਹਦਾ ਜਿਹੜਾ ਸਕਾਫਤੀ ਵਿਰਸਾ ਹੈ ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ, ਹੁਣ ਜਿਹੜਾ ਵਹਿਦ ਚੀਜ਼ ਰਹਿ ਗਈ ਹੈ ਉਹ ਕਹਾਣੀ ਔਰ ਨਾਵਲ ਹੈ, ਸ਼ਾਇਦ ਕਹਾਣੀ ਤੋਂ ਵੀ ਵੱਧ ਕੇ ਨਾਵਲ ਹੈ। ਅੱਛਾ, ਸਾਡੇ ਆ ਨਾਵਲ ਦੀ ਜਿਹੜੀ ਸੂਰਤ ਹਾਲ ਹੈ ਉਹ ਅਸੀਂ ਉਂਗਲੀਆਂ 'ਤੇ ਗਿਣੀਏ, ਅਤੇ ਸਾਡੇ ਲਿਖਿਆਰ ਜਿਹੜੇ ਨੇ, ਮੇਰਾ ਮਤਲਬ ਮਗਰਬੀ ਪੰਜਾਬ ਤੋਂ ਹੈ, ਯਾਨੀ ਸ਼ਾਹ ਮੁਖੀ 'ਚ ਲਿਖਣ ਵਾਲੇ, ਅਸੀਂ ਮੀਰਾ ਬਖਸ਼ ਮਿਨਾਸ ਤੋਂ ਔਰ ਉਹਨਾਂ ਤੋਂ ਸ਼ੁਰੂ ਹੁੰਦੇ ਹਾਂ, ਅਤੇ ਥੋੜ੍ਹੇ ਥੋੜ੍ਹੇ ਨਾਂ ਆਉਂਦੇ ਨੇ,
बाद लोगों ने मतलब रंधावा साहब वर्गे मौजूद सन, फरखंदा लोधी सी, मनशा याद सी, बेशुमार लोग सन। जिहड़ी साडी पीढ़ी है उन्हों मैं समझना कि इन्ना रिच लिटरेचर पंजाबी दा शाहमुखी विच नहीं मिलिया, लेकिन गुरमुखी विच मौजूद है। और उहदे एक दो किताबां ने जिस तरह ना इनसाइक्लोपीडिया पंजाबी का उत्थे ही लिखिया गया, मशरकी पंजाब विच उहदा तर्जमा होया, और उहदे जरिए मैनू राम स्वरूप अनखी होरां तों मुतारफ होण दा एक मतलब है कि मिलिया जरिया बनिया वह किताब। लेकिन उस तो भी पहले मैं एक मेरा दो मेरे दोस्त सी ते उनू कहानियां मतलब मनजीत कौर टिवाणा दी असी उहदे पढ़ी कहानी, फिर इस तरह मैनू याद है कि एक उहदे च कहानी मौजूद सी सुत्ता सप, जिहड़ी कि राम स्वरूप अनखी होरां दी सी, और वह कहानी बिल्कुल मुख्तसर है, लेकिन उहदे अंदर लगता है कि कहानीकार जिहड़ा वह कितना कारीगर है, वह कितना माहिर है, वह कितना जाणू है कहानी के फन तो। सो अज सानू अनखी साहब जिन्होंने के कोठे खड़क सिंह जया वड्डा नावल लिखिया, साढ़े हाँ बड़े बड़े नावल मौजूद ने। और एक गल मैं होर जी मेरे जेहन आ रही सी बार बार वो करना जरूरी समझना कि साढ़े पंजाब के जितने डायलैक्ट्स ने जितने लहजे ने उहदे सानू कोई ना कोई लिखण वाला सूफी संत या मॉडर्न प्रोज राइटर मिल जाता है। लेकिन जिहड़ा मालवई लहजा है साढ़े पंजाब दा या पंजाबी दा, उहदे विच ले दे के दो नाम रह जांदे ने, एक गुरदयाल दा, गुरदयाल सिंह दा, उहदे आ दो तीन किताबां जिहड़ियां ने साढ़े आ छपियां और बहुत ही मशहूर होईयां ने, मड़ी दा दीवा और अंधे घोड़े दा दान और तीसरी किताब भी अज चाननी रात। सो उहदे ते बड़ियां अच्छियां फिल्मां भी बस दोस्तां ने देखियां होणगियां बड़ियां। इसे तरह जिहड़ी एक मैं थोड़े दिन पहले एक नावल पढ़िया दोबारा, यानी जिहड़ा है ना फलाबियर दा मादाम बुवारी, कि मैं मतलब कोशिश करी दी है कि वह नावल जिहड़े कि मास्टर पीसिस ने और दुनिया च दो दो सौ साल तीन सौ सौ साल लंघ गए और हाल ही तक भी उन्हां दी जिहड़ी एक ताकत है, उन्हां दी जिहड़ी पढ़त है, लोगों च उन्हां दी जिहड़ी मानता है, उंझ दी उंझ है, तो उहदी वजह की है? उहदी वजह यह होंदी है कि वह लिखियार जिहड़े ने वह इतने ताकतवर होंदे ने कि वह अपने माशरे अपने समाज अपनी लोकाई चों वह सारियां चीज़ां लेके तुहाडे सामने पेश कर देंदे ने जिहड़ियां कि कोई पढ़ना चाहुंदा है। सो मैं उहदे नोट्स लैणा शुरू कीते और उहदे ते कोशिश कीती कि मैं ये सीखण की कोशिश करा कि एक वड्डा नावल निगार जिहड़ा है किवें लिखदा है और की तुहानूं मैसेज देना चाहुंदा है। सो इस सारी गल करन दा मकसद यह सी कि असीं ट्रिब्यूट पेश कर रहे हैं जनाब राम स्वरूप अनखी होरां नूं, जिन्होंने कि लंबी जिंदगी गुजारी और उस लंबी जिंदगी नूं बेमकसद नहीं रहण दिता। उन्होंने शायरी तो काम शुरू किया, उन्होंने 250 तो ज़्यादा कहानियां लिखियां, उन्होंने कई नावल लिखे, उन्होंने अपनी आप बीती दो हिस्सों लिखी, बेशुमार काम किया। साढ़े हाँ जी एक चीज़ है और वो साढ़े करामत मुगल साहब पाल साहब होर दोस्त जिहड़े ने वो कोशिश करते रहते हैं और मजीद करनी चाहिए है कि इहो जे जिहड़े लेखक ने या इहो जे जिहड़े लिखियार ने उन्होंने जिहड़ियां मास्टर पीसिस ने जिवें कोठे खड़क सिंह है, मैं समझना कि जितनी उन्होंने उहदे ते मेहनत की जितनी उहदे ते इमेजिनेशन उन्होंने अपनी कर रख के तो उन्होंने बनाया एक पिंड का माहौल बनाया उहदे सारे किरदार बना, उस तो इलावा साड़ियाँ इत्थे जिहड़ियां किसानां दीआं मूवमेंट्स चलदियां रहियां जिहदे साढ़े बहुत ही मशहूर शायर भी शामिल होए और उन्हां दी मौत भी पाश वर्गे और होर लोग भी, असीं चूंकि कोर्स बनाया और उहदे च असीं सारी मूवमेंट्स जिहड़ियां चलियां पंजाबी शायरी च उहदे च मैं असीं पढ़ाते रहे, तो सानूं नसर दी ऐसी दी जरूरत है क्योंकि इहदे विच जिहड़े ज़्यादातर नावल ने अनखी साहब होरां दे उह लो लैवल दे जिहड़े ने उन्हां दी जिंदगी उन्हां दी मूवमेंट उन्हां दी जिद्दोजहद उन्हां दे सारे विरसे दे बारे वो चीज़ां ने। सो मकसद यह है कि अज अगर असी पूरा हफ्ता उन्हां नूं ट्रिब्यूट पेश कर रहे हैं तो मैं समझना कि इस तों अच्छा तरीका इस तों अच्छा सलीका होर कोई नहीं हो सकता कि उन्हां दीआं जिहड़ियां लिखतां ने उन्हां नूं सांझा किया जाए पूरी दुनिया च वसदे पंजाबियों के नाल।
ਜਿੱਥੋਂ ਔਰ ਮੇਰਾ ਖਿਆਲ ਹੈ ਕਿ ਦੋਸਤ ਜਿਹੜੇ ਨੇ ਉਹ ਜ਼ਰੂਰ ਇਹਦੇ 'ਤੇ ਸਿਵਾਏ ਜ਼ਖਮੀ ਅਤੀਤ ਦੇ ਜਾਂ ਕੁਛ ਕਹਾਣੀਆਂ ਦੇ ਜਿਹੜੀਆਂ ਕਿ ਇੱਧਰ ਛਪੀਆਂ ਅਨਖੀ ਸਾਹਿਬ ਦੀਆਂ ਹੋਰ ਕੰਮ ਜ਼ਿਆਦਾ ਸਾਹਮਣੇ ਨਹੀਂ ਆਇਆ, ਹਾਲਾਂਕਿ ਬੇਸ਼ੁਮਾਰ ਨਵੇਂ ਲਿਖਣ ਵਾਲਿਆਂ ਦਾ ਵੀ ਬਹੁਤ ਸਾਰਾ ਕੰਮ ਸਾਡੇ ਸਾਹਮਣੇ ਮੌਜੂਦ ਹੈ। ਕਦੀ ਕਦੀ ਕੋਈ ਇੰਤਖਾਬ ਵੀ ਆ ਜਾਂਦਾ, ਉਹਦੇ 'ਚ ਕੋਈ ਕਹਾਣੀ ਆ ਜਾਂਦੀ ਜਾਂ ਹੋਰ ਚੀਜ਼ਾਂ ਆ ਜਾਂਦੀਆਂ ਨੇ। ਸੋ ਮਕਸਦ ਇਹ ਹੈ, ਦੋ ਤਿੰਨ ਚੀਜ਼ਾਂ ਜਿਹੜੀਆਂ ਜਿਹਦੇ 'ਤੇ ਮੈਂ ਫੋਕਸ ਰੱਖਿਆ ਕਿ ਅੱਜ ਸਾਨੂੰ ਜ਼ਰੂਰਤ ਹੈ ਕਿ ਅੱਛਾ ਫਿਕਸ਼ਨ ਔਰ ਐਸਾ ਫਿਕਸ਼ਨ ਜਿਹਦੇ 'ਚ ਸਾਨੂੰ ਪੰਜਾਬ ਬੋਲਦਾ ਹੋਇਆ, ਪੰਜਾਬ ਜਿਹੜਾ ਉਹਦਾ ਸੁਨੱਪ, ਉਹਦੇ ਜਿਹੜੇ ਪੀੜਾ ਹੈ, ਉਹਦੀ ਜਿਹੜੀ ਦੁਖਾਂਤ ਹੈ, ਉਹਦੇ ਜਿਹੜੇ ਮਸਾਇਲ ਨੇ, ਉਹਦੇ ਜਿਹੜੇ ਮਾਮਲਾਤ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਦੇ 'ਚ ਲਿਆ ਕੇ ਅਸੀਂ ਸਾਹਮਣੇ ਲਿਆਈਏ ਔਰ ਸਾਡੇ ਲਿਖਣ ਵਾਲੇ ਉਹਦੇ 'ਚ ਕੋਸ਼ਿਸ਼ ਪੂਰੀ ਕਰ ਰਹੇ ਨੇ। ਇਤਫਾਕ ਦੀ ਗੱਲ ਹੈ, ਅੱਜ ਜਿਹੜੀਆਂ ਤਿੰਨੋਂ ਕਹਾਣੀਆਂ ਸੁਣੀਆਂ ਵਿੱਚੋਂ ਥੋੜ੍ਹਾ ਜਿਹਾ ਮੈਂ ਵੀ ਡਿਸਟਰਬ ਹੋਇਆ, ਮੇਰਾ ਵੀ ਲੇਕਿਨ ਉਹਦੇ ਵਿੱਚ ਤਿੰਨਾਂ ਕਹਾਣੀਆਂ ਔਰ ਇਹ ਕਹਾਣੀਆਂ ਜਿਹੜੀਆਂ ਤਿੰਨੋਂ ਅਸੀਂ ਸੁਣੀਆਂ ਨੇ, ਮਲਿਕ ਸਾਹਿਬ ਇਹ ਯਕੀਨ ਕਰੋ ਕਿ ਇਨਸਾਨੀ ਰਿਸ਼ਤਿਆਂ ਔਰ ਇਨਸਾਨੀ ਨਫਸੀਆਤ ਦੇ ਹਵਾਲੇ ਨਾਲ ਜਿਹੜੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਨੇ ਉਹ ਬਹੁਤ ਔਖੀਆਂ ਹੁੰਦੀਆਂ ਨੇ, ਉਹਨਾਂ 'ਤੇ ਯਾਨੀ ਬਹੁਤ ਜ਼ਿਆਦਾ ਤੁਹਾਨੂੰ ਕਸ਼ਟ ਕਰਨਾ ਪੈਂਦਾ, ਬੜੀ ਮਿਹਨਤ ਕਰਨੀ ਪੈਂਦੀ। ਬਹੁਤ ਸੋਹਣੀ ਗੱਲਬਾਤ ਦਰਸ਼ਨ ਸਿੰਘ ਦੀ ਵੀ। ਸੋ ਮੈਂ ਸਮਝਣਾ ਕਿ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਬਹੁਤ ਹੀ ਜ਼ਬਰਦਸਤ ਰਿਹਾ, ਇੱਕ ਮੈਸੇਜ ਪਹੁੰਚਿਆ ਪੂਰੀ ਦੁਨੀਆ ਤੱਕ ਕਿ ਸਾਡੇ ਕੋਲ ਰਾਮ ਸਰੂਪ ਅਨਖੀ ਵਰਗੇ ਔਰ ਸਾਡੇ ਅੱਜ ਦੇ ਜਿਹੜੇ ਲੇਖਕ ਨੇ ਜਿਹਨਾਂ 'ਚ ਕਰਾਮਤ ਮੁਗਲ ਸਾਹਿਬ ਸਨ, ਦਰਸ਼ਨ ਜੋਗਾ ਸਾਹਿਬ ਸਨ ਅਤੇ ਭੁਪਿੰਦਰ ਸਾਹਿਬ ਸਨ, ਇਹ ਅਜੇ ਰਾਈਟਰ ਮੌਜੂਦ ਨੇ ਔਰ ਅਨਖੀ ਸਾਹਿਬ ਨੂੰ ਦੁਨੀਆ 'ਤੇ ਬੈਨ ਅਲਕਵਾਮੀ ਸਤਾ 'ਤੇ ਮੁਤਾਰਫ ਕਰਾਉਣ ਲਈ ਔਰ ਉਹਦੇ 'ਚ ਕੋਸ਼ਿਸ਼ ਕਰਨ ਲਈ ਬੇਅੰਤ ਵਰਗੇ ਲੋਕ, ਬਾਜਵਾ ਵਰਗੇ ਲੋਕ ਮੌਜੂਦ ਨੇ ਅਤੇ ਮੇਰਾ ਖਿਆਲ ਹੈ ਕਿ ਅਸੀਂ ਉਹ ਟਾਰਗੇਟ ਜਿਹੜਾ ਸਾ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਫਿਕਸ਼ਨ ਰਾਹੀਂ, ਉਮੀਦ ਹੈ ਕਿ ਬਹੁਤ ਜਲਦ ਕਰ ਲਵਾਂਗੇ। ਬਹੁਤ ਸ਼ੁਕਰੀਆ ਆਦਮ ਮਲਿਕ ਸਾਹਿਬ। ਲਓ ਜੀ, ਬਹੁਤ ਬਹੁਤ ਮੁਹੱਬਤ ਜ਼ਾਹਿਰ ਬਾਈ, ਤੁਸੀਂ ਬਹੁਤ ਸੋਹਣਾ ਵੇਰਵਾ ਕੀਤਾ, ਐਡੀ ਸੋਹਣੀ ਗੱਲਬਾਤ ਕੀਤੀ ਔਰ ਤੁਸੀਂ ਪ੍ਰਧਾਨ ਨੂੰ ਦਾਖਲਾ ਕੀਤਾ ਕਿ ਵੱਡਿਆਂ ਦਾ ਕੰਮ ਹੁੰਦਾ ਆਪਣੀ ਕਹਾਣੀ, ਤੁਸੀਂ ਜਿਹੜਾ ਆਪਣਾ ਟਾਈਮ ਸੀ ਉਹ ਵੀ ਤੁਸੀਂ ਸਾਨੂੰ ਸਾਰਿਆਂ ਨੂੰ ਦਿੱਤਾ, ਅਸੀਂ ਇਸ ਗੱਲ ਦੇ ਧੰਨਵਾਦੀ ਹਾਂ। ਬਹੁਤ ਸਾਰੇ ਦੋਸਤ ਦੁਨੀਆ ਭਰ 'ਚੋਂ ਇਸ ਸੁਣ ਰਹੇ, ਰਾਸ਼ਦ ਜਵੇਦ ਸਾਹਿਬ ਸੁਣ ਰਹੇ ਲਹਿੰਦੇ ਪੰਜਾਬ ਤੋਂ, ਦੀਪ ਦਰਵਿੰਦਰ ਸਾਹਿਬ, ਕੁਲਦੀਪ ਸਿੰਘ ਬੜਾਏ 'ਚ ਔਰ ਸਾਡੇ ਦੋਸਤ ਰਾਜ ਲਾਲੀ ਬਟਾਲਾ, ਇਹ ਬ੍ਰਿਟਿਸ਼ ਪੰਜਾਬੀ ਟੀਵੀ ਨੂੰ ਵੇਖਦੇ ਨੇ ਬਰਤਾਨੀਆ 'ਚ ਔਰ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਪੰਜਾਬੀ ਲਈ। ਉਹ ਕਹਿ ਰਹੇ ਨੇ ਕਿ ਹੱਕ ਅਦਾ ਕਰਤਾ ਜ਼ਾਹਿਰ ਸਾਹਿਬ ਨੇ ਪੰਜਾਬੀ ਦਾ ਮੁਕੱਦਮਾ ਪੇਸ਼ ਕਰ ਦਿੱਤਾ। ਬਹੁਤ ਮਿਹਰਬਾਨੀ ਰਾਜ ਲਾਲੀ ਜੀ, ਇਹ ਜ਼ਾਹਿਰ ਹਸਨ ਹਮੇਸ਼ਾ ਹੀ ਮਾਂ ਬੋਲੀ ਲਈ, ਅੱਜ ਜਿਹੜੇ ਅਸੀਂ ਦੋ ਬੰਦੇ ਉੱਧਰੋਂ ਲਹਿੰਦੇ ਪੰਜਾਬ 'ਚੋਂ ਦੇਖ ਰਹੇ ਹਾਂ, ਡਾਕਟਰ ਕਰਾਮਤ ਮੁਗਲ ਜ਼ਾਹਿਰ ਹਸਨ, ਮੈਂ ਉਹੀ ਲੋਕਾਂ ਨੂੰ ਸਹਿਮਤ ਦਿੱਤੀ, ਦਾਵਤ ਦਿੱਤੀ ਜਿਹਨਾਂ ਨੇ ਆਪਣੀਆਂ ਜ਼ਿੰਦਗੀਆਂ ਵਕਫ ਕੀਤੀਆਂ ਮਾਂ ਬੋਲੀ ਲਈ ਔਰ ਜਮੀਲ ਪਾਲ ਜੈਸੇ ਉਸਤਾਦ ਉੱਥੇ ਮੌਜੂਦ ਨੇ ਜਿਹਨਾਂ ਦੇ ਪੰਜਾਬੀ ਤੋਂ ਇਲਾਵਾ ਹੋਰ ਕੰਮ ਜਿਹਨਾਂ ਨੇ ਕੀਤਾ ਹੀ ਨਹੀਂ, ਔਰ ਯਕੀਨਨ ਮਾਂ ਬੋਲੀ ਨੂੰ ਉਹਦੀ ਜਗ੍ਹਾ ਦਿਵਾਉਣ ਲਈ ਜਿਹੜੀ ਸਟਰਗਲ ਹੁਣ ਅਸੀਂ ਕਰ ਰਹੇ ਹਾਂ ਔਰ ਅਸੀਂ ਜਿਹੜੇ ਮੈਂ ਔਰ ਜ਼ਾਹਿਦ ਭਾਈ ਦੀ ਉਮਰ ਦੇ ਲੋਕ ਅਸੀਂ ਜੁੜ ਰਹੇ ਹਾਂ ਸੋਸ਼ਲ ਮੀਡੀਆ ਨਾਲ, ਅਸੀਂ ਵੀ ਇੱਕ ਤਰ੍ਹਾਂ ਦਾ ਇਹ ਆਪਣੇ ਆਪ 'ਤੇ ਜਬਰ ਕਰਕੇ ਜੁੜ ਰਹੇ ਹਾਂ ਮਸ਼ੀਨਾਂ ਨਾਲ, ਸਾਡੇ ਅੰਦਰ ਕੰਪੈਟੇਬਲ ਨਹੀਂ ਹੈਗਾ ਸਾਡਾ ਸੋਫਟਵੇਅਰ, ਲੇਕਿਨ ਸ਼ੁਕਰ ਹੈ ਕਿ ਅਸੀਂ ਦੋ ਪੰਜਾਬਾਂ ਦੇ ਲੋਕ ਇਕੱਠੇ ਬੈਠੇ ਹਾਂ, ਆਰਾਮ ਸੁਣੋ ਫਲਵੀਰ ਕਰ ਰਹੇ ਹਾਂ ਔਰ ਉਹਨਾਂ ਦੀ ਜਿਹੜੀ ਲਿਖਤਾਂ ਸਨ ਉਹਨਾਂ ਦੀ ਆਵਾਜ਼ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੰਮ ਸਾਡੇ ਕੋਲੋਂ ਮਾਲਕ ਲੈ ਰਿਹਾ ਹੈ ਔਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਦੋਸਤਾਂ ਦਾ, ਜ਼ਾਹਿਦ ਹਸਨ ਦੇ ਪ੍ਰਧਾਨ ਦਾ, ਡਾਕਟਰ ਕਰਾਮਤ ਮੁਗਲ ਹੋਰਾਂ ਦਾ ਔਰ ਡਾਕਟਰ ਦਰਸ਼ਨ ਜੋਗਾ, ਡਾਕਟਰ ਦਰਸ਼ਨ ਜੋਗਾ ਸਾਹਿਬ ਔਰ ਡਾਕਟਰ ਭੁਪਿੰਦਰ ਸਿੰਘ ਬੈਦੀ ਹੋਰਾਂ ਦਾ ਉਹਨਾਂ ਟਾਈਮ ਦਿੱਤਾ ਔਰ ਇੱਕ ਵੱਡੇ ਪੰਜਾਬ ਦੇ ਸੂਰਮੇ ਨੂੰ ਅਸੀਂ ਅੱਜ ਸਲਾਮ ਪੇਸ਼ ਕਰਨ ਇਕੱਠੇ ਹੋਏ ਹਾਂ ਅਤੇ ਫਿਰ ਵੀ ਇਕੱਠੇ ਹੁੰਦੇ ਰਹਾਂਗੇ। ਕੱਲ੍ਹ ਤੱਕ ਦੇ ਲਈ ਆਪਣੇ ਮਜਮਾਨ ਆਜ਼ਮ ਮਲਕ ਨੂੰ ਇਜਾਜ਼ਤ ਦਿਓ, ਕੱਲ੍ਹ ਅਸੀਂ ਇਸੇ ਤਕਰੀਬ ਨੂੰ 28 ਤੱਕ ਚਲਾਉਣਾ ਹੈ ਔਰ ਇਹ ਅਸੀਂ ਆਪਣੇ ਵੱਡਿਆਂ ਦੀਆਂ ਗੱਲਾਂ 'ਚ ਮਨਾਉਂਦੇ ਰਹਾਂਗੇ। ਅਤੇ ਮੈਂ ਕੱਲ੍ਹ ਵੀ ਐਲਾਨ ਕਰਨਾ ਚਾਹੁੰਦਾ ਸਾਂ, ਦੋਸਤਾਂ ਨੇ ਕਿਹਾ ਕਿ ਇਸ ਤੋਂ ਫੌਰਨ ਬਾਅਦ ਅਸੀਂ ਲਹਿਦੇ ਪੰਜਾਬ ਦੇ ਬਹੁਤ ਵੱਡੇ ਕਹਾਣੀਕਾਰ ਜਿਹੜੇ ਸਾਡੇ ਲੈਲਪੁਰ ਸਨ, ਜਿਹਨਾਂ ਦਾ ਪੱਗ ਦਾ ਜਿਹਨਾਂ ਦਾ ਆਪਣਾ ਸੋਰੀ ਮੈਂ ਰੰਧਾਵਾ ਸਾਹਿਬ ਜੀ, ਸੋਰੀ ਮੇਰੀ ਵੀ ਆਵਾਜ਼ ਕੱਟੀ ਗਈ ਸੀ, ਅਫਜ਼ਲ ਅਹਿਸਨ ਰੰਧਾਵਾ ਸਾਹਿਬ, ਮੈਂ ਦਰਿਆਵਾਂ ਦਾ ਹਾਣੀ ਸਾਂ, ਤਰਨੇ ਪੈ ਗਏ ਖਾਲ ਨਹੀਂ ਮਾਏ,
ਤੇ ਦੋਜ਼ਖ ਤੇਥੋਂ ਦੂਰੀ ਜੰਨਤ ਤੇਰੇ ਆਲ ਦਵਾਲ ਨਹੀਂ ਮਾਏ ਤੇ ਇੰਨੇ ਫੱਟ ਮੇਰੇ ਜੁੱਸੇ ਤੇ ਜਿੰਨੇ ਤੇਰੇ ਵਾਲ ਨਹੀਂ ਮਾਏ ਅਫਜ਼ਲ ਲੈਸਨ ਲੋਹਾ ਸੀ ਪਰ ਖਾ ਗਿਆ ਦਰਦ ਜੰਗਾਲ ਨਹੀਂ ਮਾਏ ਤੇ ਅਸੀਂ ਇਹ ਰਾਮ ਸਰੂਪ ਅਨਖੀ ਸਭਾ ਕੋਲੋਂ ਸਿੱਖਦੇ ਹੋਏ ਹਾਂ ਅਸੀਂ ਵੀ ਉਸ ਇਸੇ ਤਰ੍ਹਾਂ ਹੀ ਇੱਕ ਹਫ਼ਤੇ ਤਕਰੀਬਾਤ ਕਰਾਂਗੇ ਔਰ ਇਹ ਸਾਬਤ ਕਰਾਂਗੇ ਕਿ ਚੰਗਾ ਕੰਮ ਜਿਹੜਾ ਇੱਕ ਦੂਜੇ ਸੁੱਖਣਾ ਚਾਹੀਦਾ ਹੈ ਦੀਵੇ ਤੋਂ ਦੀਵਾ ਬਣਨਾ ਚਾਹੀਦਾ ਹੈ ਔਰ ਅਸੀਂ ਚੜ੍ਹਦੇ ਪੰਜਾਬ ਤੋਂ ਬੇਲੀਆਂ ਨੂੰ ਇੰਝ ਬੁਲਾਵਾਂਗੇ ਤੇ ਇੱਕ ਪੂਰਾ ਮੇਲਾ ਉਹਨਾਂ ਦੀ ਯਾਦ ਸਜਾਵਾਂਗੇ ਜਿਹਦੇ 'ਚ ਡਾਕਟਰ ਕਰਾਮਤ ਸਾਹਿਬ ਔਰ ਰਾਏ ਦੱਸਣ ਵੀ ਮੇਰੇ ਨਾਲ ਹੋਣਗੇ ਮੇਰੀ ਕੰਧ 'ਤੇ ਹੋਣਗੇ ਅਤੇ ਬਹੁਤ ਸ਼ੁਕਰੀਆ ਜੀ ਇੱਦਾਂ ਹੀ ਖਿਆਲਾਂ ਦਾ ਇਜਾਜ਼ਤ ਚਾਹੁੰਦੇ ਹਾਂ ਅਤੇ ਕੱਲ੍ਹ ਤੱਕ ਦੀ ਇਜਾਜ਼ਤ ਦਿਓ ਅੱਲਾ ਬੇਲੀ ਰੱਬ ਰੱਖੇ।